ਮੈਨੂੰ ਹੁਣ ਹੀ ਪਤਾ ਲੱਗਿਆ ਵੀ ਉਹ ਕਹਿੰਦਾ ਬਦਲਾ ਲੈ ਲਿਆ। ਮੈਨੂੰ ਕਿਹੜਾ ਕਿਸੇ ਨੇ ਕੁਛ ਕਿਹਾ, ਤੂੰ ਗੋਰਿਆਂ ਤੋਂ ਬਦਲਾ ਨਹੀਂ ਲਿੱਤਾ। ਤੁਸੀਂ ਵੀ ਮਾਨਸੇ ਵੱਲ ਦੇ ਹੋ ਨਾ? ਹਾਂਜੀ ਹਾਂਜੀ, ਸਿੱਧੂ ਬਾਈ ਦੀ ਵੀ ਗੱਲ ਕੇ ਇੱਥੇ ਆ ਕੇ ਤੁਸੀਂ ਤਾਂ ਬਹੁਤ ਹੀ ਲਾਗੇ ਰਹਿੰਦੇ ਉਹਨਾਂ ਦੇ। ਮੈਂ ਤਾਂ ਸਾਡੇ ਨਾਲ ਹੀ ਆ ਭਾਜੀ, ਬਹੁਤ ਵਾਰੀ ਮਿਲਿਆ ਵੀ ਆ ਭਾਜੀ ਨੂੰ। ਪੰਜਾਬ 'ਚ ਤਾਂ ਇਹ ਸਭ ਤੋਂ ਪਹਿਲਾਂ ਰਿਸ਼ਤੇ ਨਾਲ ਤੇ ਪੈਸੇ ਦੇ ਜੇਬ 'ਚ 4 ਰੁਪਈਏ ਆ। ਹਾਂ, ਮੇਰੀ ਭੂਆ ਦਾ ਮੁੰਡਾ, ਮਾਮੇ ਦਾ ਪੁੱਤ। ਮੈਂ PTC ਪੰਜਾਬੀ ਅਤੇ ਲਾਫਟਰ ਦਾ ਮਾਸਟਰ ਦੇ ਵਿੱਚ ਵੀ ਪਾਰਟੀਸਪੇਟ ਕਰਦਾ ਸੀ, 3-4 ਰਾਊਂਡ ਉੱਥੋਂ ਵੀ ਕਲੀਅਰ ਕੀਤੇ। ਪਰ ਹੁਣ ਜਿਹੜਾ ਸੈਲਫੀਆਂ ਦਾ ਇਹ ਬਦੋ ਬਦੀ ਫਿਰ ਨਿਕਲ ਗਿਆ ਮੂੰਹੋਂ, ਇਹ ਪਤਾ ਨਹੀਂ ਕਿਉਂ ਨਿਕਲ ਰਿਹਾ ਮੇਰੇ ਮੂੰਹੋਂ ਬਦੋ ਬਦੀ। ਨਹੀਂ, ਬਦੋ ਬਦੀ, ਬਦੋ ਬਦੀ, ਆਏ ਹਾਏ ਓਏ। ਮੁੰਡੇ ਨੂੰ ਪੁੱਛਦਾ ਵੀ ਤੇਰੇ ਬਟਨ ਲਾਇਆ ਸੀ? ਉਹ ਕਹਿੰਦਾ ਹਾਂ ਵੀਰੇ ਲਾਇਆ ਸੀ। ਮੈਂ ਕਿਹਾ ਤੈਨੂੰ ਪਤਾ ਬਟਨਾ ਕਿਉਂ ਲਾਉਂਦੇ ਆ? ਕਹਿੰਦਾ ਕਿਉਂ ਲਾਉਂਦੇ? ਤੁਸੀਂ ਵੀ ਡਾਂਗਾਂ ਡੂੰਗਾਂ ਖਾਧੀਆਂ ਕਾਲਜ ਸਕੂਲ ਟਾਈਮ 'ਚ ਜਾਂ ਕਿਤੋਂ? ਮੇਰੀ ਸਖੀਆਂ ਦੇ ਨਾਲ ਸਾਂਝ ਮੁੱਕੀ ਸ਼ੈਰੀ, ਮੇਰਾ ਪਿੰਡ ਹੋਇਆ ਫਰਜਾਈਆਂ ਦਾ। ਯੋ ਯੋ ਹਣੀ ਸਿੰਘ, ਮੈਨੂੰ ਹਮੇਸ਼ਾ ਕੰਪਲੀਮੈਂਟ ਮਿਲਦਾ ਸੀ ਜਦੋਂ ਮੈਂ, ਕਿਉਂਕਿ ਮੈਂ ਇਕੱਲਾ ਹੀ ਹੁੰਦਾ ਸੀ ਦਾੜੀ ਵਾਲਾ, ਬਹੁਤ ਘੱਟ ਨੇ ਜਿਹੜੇ ਪ੍ਰੋਪਰ ਦਾੜੀ ਵਾਲੇ ਬੰਦੇ ਭੰਗੜੇ ਦੇ ਵਿੱਚ। ਉਹ ਲੱਕੜਾਂ ਕੱਟਣ ਗਿਆ, ਉੱਥੇ ਡਾਕੂ ਆਉਂਦੇ ਆ, ਉਹ ਹੀਰੇ ਜਵਾਹਰ ਲੁੱਟ ਕੇ ਲਿਆਉਂਦੇ ਹੁੰਦੇ ਆ। ਉਹ ਕਿਤੇ ਗੇਟ ਖੋਲ੍ਹਦੇ ਨੇ, ਉਹਨੂੰ ਸੁਣ ਲੈਂਦਾ ਉਹ ਕੋਡ ਵਾਰਡ ਹੁੰਦਾ ਉਹਨਾਂ ਦਾ। ਘਰ ਦੀ ਕੁਛ ਗਰੀਬੀ ਕਰਕੇ ਹਾਲਾਤ ਇੱਦਾਂ ਦੇ ਸੀਗੇ ਵੀ ਨਹੀਂ ਅੱਗੇ ਵੱਧ ਸਕੇ, ਅਤੇ ਘਰਦਿਆਂ ਨੂੰ ਬਸ ਪੈਸੇ ਦੀ ਉਹ ਸੀ ਵੀ ਪੈਸਾ ਘਰ ਆਉਣਾ ਜ਼ਰੂਰੀ ਹੈ। ਮੈਨੂੰ ਵੀ ਪਤਾ ਵੀ ਜੇ ਫਾਦਰ ਸਾਹਿਬ ਹੈ ਨਹੀਂ, ਉਹਨਾਂ ਦੀ ਵੀ ਡੈਥ ਹੋ ਚੁੱਕੀ ਸੀਗੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤਰਨ ਸਿੰਘ ਅਤੇ ਤੁਸੀਂ ਦੇਖ ਰਹੇ ਹੋ ਐਵਰੇਜ ਪੋਡਕਾਸਟ। ਅਤੇ ਅੱਜ ਦੇ ਪੋਡਕਾਸਟ ਦੇ ਸਾਡੇ ਜਿਹੜੇ ਮਹਿਮਾਨ ਨੇ ਉਹ ਸਾਨੂੰ ਐਂਟਰਟੇਨ ਕਰਨ ਲਈ ਆਏ ਨੇ, ਕਿਉਂਕਿ ਐਂਟਰਟੇਨਮੈਂਟ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ। ਪਰ ਜੇ ਉਹ ਐਂਟਰਟੇਨਮੈਂਟ ਪੰਜਾਬ ਦੇ ਵਿਰਸੇ, ਪੰਜਾਬ ਦੀ ਵਿਰਾਸਤ ਨਾਲ ਜੁੜ ਜੇ ਤਾਂ ਉਹਦੇ ਨਾਲ ਦੀ ਰੀਸ ਨਹੀਂ ਗੀ। ਸਾਡੇ ਨਾਲ ਨੇ ਸਤਨੰਗ ਮਲਵਈ ਗਿੱਧਾ ਗਰੁੱਪ ਦੇ ਵੀਰ। ਸਤਿ ਸ਼੍ਰੀ ਅਕਾਲ ਜੀ, ਵੀਰ ਦਾ ਨਾਮ ਹੈ ਵਰਿੰਦਰ ਮਾਨਸਾ ਅਤੇ ਇੱਧਰ ਵਿਕਰਮ ਵੀਰਾ। ਸੋ ਇਹਨਾਂ ਨੇ ਮਲਵਈ ਗਿੱਧੇ ਨੂੰ ਬੜੇ ਹੀ ਟਾਈਮ ਤੋਂ ਸੰਭਾਲਿਆ ਹੋਇਆ। ਮੈਨੂੰ ਲੱਗਦਾ ਕਿ ਇੱਕ ਟਾਈਮ ਦੇ ਉੱਤੇ ਮਲਵਈ ਗਿੱਧਾ ਕਿਤੇ ਨਾ ਕਿਤੇ ਲੁਪਤ ਹੁੰਦਾ ਜਾ ਰਿਹਾ ਸੀ, ਪਰ ਇਹਨਾਂ ਨੇ ਇੱਕ ਜ਼ੋਰ ਲਾ ਕੇ ਆਪਣੇ ਇਸ ਮਲਵਈ ਗਿੱਧੇ ਨੂੰ ਬਿਜ਼ਨਸ ਵੀ ਬਣਾਇਆ ਅਤੇ ਲੋਕਾਂ ਦੇ ਵਿਆਹਾਂ ਸ਼ਾਦੀਆਂ ਪ੍ਰੋਗਰਾਮਾਂ ਵਿੱਚ ਪਰਫੋਰਮ ਵੀ ਕਰਨਾ ਸ਼ੁਰੂ ਕੀਤਾ ਅਤੇ ਇਸ ਨੂੰ ਮੁੜ ਬਹਾਲ ਕੀਤਾ। ਹਾਂਜੀ ਭਾਅ ਜੀ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਪਰ ਅਸੀਂ ਨਹੀਂ ਬਹਾਲ ਕੀਤਾ। ਬਹਾਲ ਕਰਨ ਵਾਲੇ ਸਾਡੇ ਉਸਤਾਦ ਜੀ, ਗੁਰਤਿਤ ਉਸਤਾਦ ਜੀ, ਉਹਨਾਂ ਨੇ ਇਸ ਨੂੰ ਵਿਆਹ ਸ਼ਾਦੀ ਵਿੱਚ ਸ਼ੁਰੂ ਕੀਤਾ ਸੀ। ਅਸੀਂ ਤਾਂ ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਮਤਲਬ ਕਿ ਚੱਲ ਰਹੇ ਹਾਂ। ਬੜੀ ਵਧੀਆ ਗੱਲ ਹੁੰਦੀ ਹੈ, ਮਤਲਬ ਕਿ ਤੁਸੀਂ ਦੇਖੋ ਨਾ, ਅਸੀਂ ਅੱਗੇ ਵੀ ਇਹ ਗੱਲ ਕਰਦੇ ਹਾਂ ਕਿ ਕਈ ਲੋਕ ਕਹਿੰਦੇ ਆ ਕਿ ਅਸੀਂ ਪੰਜਾਬੀ ਮਾਂ ਬੋਲੀ ਨੂੰ ਅੱਗੇ ਲੈ ਕੇ ਆਏ, ਪਰ ਕਈ ਸਿਆਣੇ ਇਹ ਗੱਲ ਕਹਿੰਦੇ ਆ ਕਿ ਤੁਸੀਂ ਕੌਣ ਹੁੰਦੇ ਹੋ ਪੰਜਾਬੀ ਮਾਂ ਬੋਲੀ ਨੂੰ ਅੱਗੇ ਲੈ ਕੇ ਆਉਣੇ? ਤੁਸੀਂ ਇਹ ਕਹੋ ਕਿ ਪੰਜਾਬੀ ਮਾਂ ਬੋਲੀ ਸਾਨੂੰ ਅੱਗੇ ਲੈ ਕੇ ਆਏ। ਮੈਂ ਵੀ ਬਿਲਕੁਲ ਬਹੁਤ ਸਾਰੇ ਮੈਂ ਇੰਟਰਵਿਊ ਕੀਤਾ ਭਾਅ ਜੀ, ਸਵਾਲ ਕਰਦੇ ਵੀ ਤੁਸੀਂ ਮਾਂ ਬੋਲੀ ਦੀ ਸੇਵਾ ਕਰ ਰਹੇ ਹੋ, ਮੈਂ ਅਸੀਂ ਸੇਵਾ ਨਹੀਂ ਕਰ ਰਹੇ, ਮਾਂ ਬੋਲੀ ਸਾਡੀ ਸੇਵਾ ਕਰ ਰਹੀ ਹੈ, ਜਿਹਦੇ 'ਚ ਅਸੀਂ ਸ਼ਬਦ ਚੱਕ ਕੇ ਗਾ ਦਿੰਦੇ ਹਾਂ ਅਤੇ ਸਾਡੀ ਰੋਟੀ ਟੁੱਕ ਚੱਲੀ। ਬਿਲਕੁਲ, ਅਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਤੁਸੀਂ UK ਦੀ ਧਰਤੀ 'ਤੇ ਆਏ ਹੋ, ਵੀਰਾ ਤਾਂ ਚਲੋ ਇੱਥੇ ਰਹਿੰਦਾ ਹੈ ਨਾ, ਤੁਸੀਂ ਆਏ ਹੋ ਸਪੈਸ਼ਲੀ ਟਾਈਮ ਕੱਢ ਕੇ, ਅਤੇ ਸੀਜ਼ਨ ਚੱਲ ਰਿਹਾ ਹੁਣ ਵਿਆਹਾਂ ਸ਼ਾਦੀਆਂ ਦਾ, ਅਤੇ ਕਿਵੇਂ ਦਾ ਲੱਗ ਰਿਹਾ ਇੱਥੇ ਆ ਕੇ, ਮਾਹੌਲ ਕਿਵੇਂ ਹੈ? ਗੁੱਡ ਹੈ, ਪੰਜਾਬ ਦੀ ਵਾਈਬ ਗੁੱਡ ਲੱਗਦੀ ਹੈ ਜਾਂ ਇੱਥੋਂ ਦੇ ਪੰਜਾਬੀ ਜ਼ਿਆਦਾ ਮਜ਼ੇਦਾਰ ਲੱਗਦੇ ਆ? ਭਾਅ ਜੀ, ਇੱਕੋ ਸਿੱਕੇ ਦੇ 2 ਪਾਸੇ ਨੇ ਹੁੰਦੇ ਸੀ, ਦੇਖੋ ਹੈ ਨਾ। ਹਾਂਜੀ, ਮਜ਼ਾਕ ਅੰਦਾਜ਼ 'ਚ ਕਹੇ ਤਾਂ ਵੀ ਇੰਗਲੈਂਡ ਠੰਡਾ ਠੰਡਾ ਲੱਗਦਾ। ਬਿਲਕੁਲ, ਅਤੇ ਬੈਸਟ ਆ ਭਾਅ ਜੀ ਇੱਥੋਂ ਦੇ ਪੰਜਾਬੀ। ਪਹਿਲਾਂ ਥੋੜ੍ਹਾ ਜਿਹਾ ਡਰ ਜਿਹਾ ਲੱਗਦਾ ਸੀਗਾ ਵੀ ਖਬਰੇ ਕਿੱਦਾਂ ਦੇ ਹੋਊਗੇ, ਜੋ ਪਿਛਲੇ ਸਾਲ ਮੈਂ ਸੀ, ਐਕਚੁਲੀ ਸੈਕਿੰਡ ਟਾਈਮ ਆਇਆ ਮੈਂ, ਪਿਛਲੇ ਸਾਲ ਥੋੜ੍ਹਾ ਡਰ ਜਿਹਾ ਸੀਗਾ ਵੀ ਯਾਰ ਵੀ ਆਪਾਂ ਨੂੰ ਲੋਕ ਅਕਸੈਪਟ ਕਰਨਗੇ ਜਾਂ ਨਹੀਂ ਕਰਨਗੇ, ਬਟ ਬੈਸਟ ਆ ਭਾਅ ਜੀ ਇੱਥੋਂ ਦੇ ਲੋਕ ਬੜਾ ਪਿਆਰ ਦੇ ਰਹੇ ਨੇ ਇਸ ਕਲਚਰ ਨੂੰ, ਅਤੇ ਸਪੈਸ਼ਲੀ ਲੋਕ ਇੱਕ ਜਿਹੜਾ ਸਾਜ ਮੈਂ ਵਜਾਉਂਦਾ ਉਹਦੇ ਬਾਰੇ ਜਦੋਂ ਪੁੱਛਦੇ ਮੈਨੂੰ ਬੜਾ ਵਧੀਆ ਲੱਗਦਾ ਵੀ ਯਾਰ ਵੀ ਇਹਨਾਂ ਦੇ ਇੰਟਰਸਟ ਹੈ। ਬੜੇ ਲੋਕਾਂ ਨੇ ਬੁਕਚੂ ਬਾਰੇ ਸੁਣਿਆ ਹੀ ਨਹੀਂ ਅਜੇ। ਹਾਂਜੀ ਹਾਂਜੀ, ਅਤੇ ਉਦੋਂ ਬੜਾ ਵਧੀਆ ਲੱਗਦਾ ਭਾਅ ਜੀ, ਹਾਲੇ ਪੰਜਾਬ ਦੇ ਲੋਕਾਂ ਨੂੰ ਵੀ ਖੈਰ ਕਿਸੇ ਨੂੰ ਪਤਾ ਨਹੀਂ ਹੁੰਦਾ,
ਉਹ ਵੀ ਕਹਿ ਦਿੰਦੇ ਵੀ ਆ ਕੱਚ ਚੀਜ਼ ਪਾ ਕੇ ਕੀ ਬਜਾਈ ਇਹਨੂੰ, ਪਰ ਵਧੀਆ ਲੱਗਦਾ ਭਾਅ ਜੀ ਉਹ ਲੋਕ ਸਾਜ ਨੇ ਨਾ ਜਿਹੜੇ ਮਤਲਬ ਕਿ ਇੱਕ ਆਵਾਜ਼ ਇਹਦੀ ਮਿੱਠੀ ਆ ਜਾਂਦੀ ਆ, ਨਾ ਤਾਂ ਆਪਾਂ ਕਹਿ ਸਕੀਏ ਵੀ ਆਪਾਂ ਨਾ ਡਾਊਨ ਆ, ਵੀ ਇੱਕ ਰਚਨਾ ਵਾਲਾ ਨਹੀਂ ਜਿੱਦਾਂ ਕਹਿ ਦਿੰਦੇ ਆ ਵੀ ਆਪਾਂ ਕੋਇਲ ਕੂਕਦੀ ਹੁੰਦੀ ਆ, ਉੱਦਾਂ ਦਾ ਮਿੱਠੀ ਹੈ, ਵੜਦੀ ਆ ਦਿਲ 'ਚ ਜਾਂਦੀ ਆ ਅੰਦਰ ਬੰਦੇ ਦੇ, ਧੱਸਦੀ ਜਾਂਦੀ ਹੈ ਵੀ ਆਵਾਜ਼ ਇੰਨੀ ਕੁ ਸੋਹਣੀ ਆਵਾਜ਼ ਆ। ਕੁਛ ਕੁ ਇੰਸਟਰੂਮੈਂਟ ਹੀ ਇੱਦਾਂ ਦੇ ਨੇ ਜਿਵੇਂ ਬੁਕਚੂ ਹੋ ਗਿਆ, ਰਬਾਬ ਹੋ ਗਈ, ਜੀ ਸਰੰਗੀ ਹੋ ਗਈ, ਪਤਾ ਨਹੀਂ ਸਾਡੇ ਬਲੱਡ ਨੂੰ ਕਹਿ ਲਓ ਡੀ ਐਨ ਏ ਇੱਦਾਂ ਦਾ ਹੈ ਕਿ ਜਦੋਂ ਇਹ ਵੱਜਦੇ, ਅਲਗੋਜ਼ੇ ਹੋ ਗਿਆ, ਮੈਂ ਕੱਲ੍ਹ ਵੀ ਤੁਹਾਨੂੰ ਦੱਸ ਰਿਹਾ ਸੀ ਕਿ ਅਲਗੋਜ਼ੇ ਜਦੋਂ ਵੱਜਦੇ ਆ ਅਤੇ ਜਦੋਂ ਇਹ ਵੱਜਦੇ ਆ ਨਾ ਅਤੇ ਬਦੋ ਬਦੀ ਬੰਦੇ ਦਾ ਇੰਟਰਸਟ ਮਤਲਬ ਕਿ ਐਂ ਰੌਂਕੜੇ ਖੜ੍ਹੇ ਹੋ ਜਾਂਦੇ ਆ ਕਿ ਹਾਂ ਯਾਰ ਇਹ ਕੋਈ ਸਾਜ਼ ਵੱਜ ਰਿਹਾ। ਅੱਜ ਕੱਲ੍ਹ ਇੰਨੀਆਂ ਬੀਟਾਂ 'ਤੇ ਨਹੀਂ ਪਤਾ ਲੱਗਦਾ, ਜਿਹਨੇ ਤਾਂ ਮੈਨੂੰ ਲੱਗਦਾ ਕਿ ਭੰਗੜਾ ਪਾਇਆ ਜਾਂ ਗਿੱਧਾ ਪਾਇਆ ਕਿਸੇ ਚੀਜ਼ ਨਾਲ, ਉਹ ਪਾਇਆ। ਅਤੇ ਵਿਕਰਮ ਵੀਰੇ ਤੁਸੀਂ ਤਾਂ ਹੁਣ ਇੱਥੇ ਹੀ ਰਹਿੰਦੇ ਹੋ, ਤੁਹਾਡਾ ਮਾਹੌਲ ਕਿੱਦਾਂ ਦਾ ਸੈੱਟ ਹੈ ਹੁਣ, ਮਜ਼ੇ ਤਾਂ ਲਾ ਰਿਹਾ ਕਿ ਵੀਰਾ ਆਇਆ ਜਦੋਂ ਕਿ ਪਹਿਲਾਂ? ਨਹੀਂ, ਇੱਕ ਕਹਿੰਦੇ ਹੁੰਦੇ ਨੇ ਵੀ ਜਦੋਂ ਭਰਾ ਭਰਾ ਨੂੰ ਮਿਲਦਾ ਜੀ ਤਾਂ ਦਿਲ ਖੁਸ਼ ਹੁੰਦਾ ਜੀ, ਜੀ ਉਹੀ ਚੀਜ਼ ਆ ਵੀ ਪਹਿਲਾਂ ਚੱਲੀ ਜਾਂਦਾ ਕਾਰੋਬਾਰ ਹੋ ਜਾਂਦੇ, ਹੁਣ ਤੁਹਾਨੂੰ ਪਤਾ ਜੋਬ ਆਈ ਜੀ, 5 ਦਿਨ ਵਰਕ ਆ, 2 ਦਿਨ ਟਾਈਮ ਮਿਲਦਾ ਸਾਨੂੰ, ਮੇਰੀ ਰਾਤ ਦੀ ਡਿਊਟੀ ਹੁੰਦੀ ਜਦੋਂ ਨੂੰ ਮੈਂ ਆਉਣਾ, ਕਈ ਵਾਰੀ ਊਂ ਤਾਂ ਵੀਰਾ ਇੱਥੇ ਸਿਸਟਰ ਆ ਉਹਨਾਂ ਕੋਲ ਹੁੰਦੇ, ਫਿਰ ਕਈ ਵਾਰੀ ਆ ਜਾਂਦੇ ਆ ਵੀ, ਕਈ ਵਾਰੀ ਜਦੋਂ ਹੁੰਦਾ ਭਰਾ ਨੂੰ ਭਰਾ ਮਿਲਣਾ, ਮੇਰੀ ਉਹ ਚੀਜ਼ ਆ ਵੀ ਰੂਹ ਖਿਰ ਜਾਂਦੀ ਆ। ਪਹਿਲਾਂ ਵੀ ਸੀ ਵਿਜ਼ਨ ਚੱਲਦਾ ਸੀ, ਪਰ ਜਦੋਂ ਇੱਕ ਇੱਕ ਸ਼ੌਂਕ ਹੁੰਦਾ, ਕਹਿੰਦਾ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ, ਉਹ ਕਹਿੰਦੇ ਨਾ ਉਹ ਚੀਜ਼ ਆ ਹੁਣ ਸਾਡਾ ਜਿਹੜਾ ਸ਼ੌਂਕ ਆ ਸਾਨੂੰ ਪੁਰਾਣਾ ਚੱਲਿਆ ਆਉਂਦਾ, ਉਹਨੂੰ ਜਦੋਂ ਆਪਾਂ ਫਿਰ ਮੁੜ ਤੋਂ ਬਿਹਾਲ ਹੁੰਦਾ, ਇੱਕ ਇਕੱਲਾ ਇੱਕ ਬੰਦਾ ਇੱਕ ਹੀ ਹੁੰਦਾ, ਜਦੋਂ ਦੋ ਹੋਣ ਤਾਂ ਦੋ ਹੱਥਾਂ ਨਾਲ, ਕਹਿੰਦੇ ਵੀ ਦੋ ਨਾਲ ਤਾੜੀ ਵੱਜਦੀ ਆ, ਤਾੜੀ ਵੱਜਦੀ ਇੱਕ ਹੱਥ ਨਾਲ ਤਾੜੀ ਨਹੀਂ। ਵੀਰੇ ਨੂੰ ਮਿਲਿਆ, ਵੀਰੇ ਨੇ ਬਹੁਤ ਸਾਥ ਆਈ ਇਹਦਾ ਵਿਚਾਰੇ ਦਾ ਆਪਣਾ। ਬਿਲਕੁਲ ਜੀ, ਬੋਲੀਆਂ ਸਾਰੀਆਂ ਮੈਂ ਸੁਣਿਆ ਤੁਸੀਂ ਲਿਖਦੇ ਹੋ ਨਾ? ਹਾਂਜੀ ਹਾਂਜੀ ਭਾਅ ਜੀ, ਬੋਲੀਆਂ ਖੁਦ ਲਿਖੀ ਦੀਆਂ ਭਾਅ ਜੀ, ਮਾਹੌਲ 'ਚ ਵਿਚਰੀ ਦਾ ਦੇਖਦੇ ਹਾਂ ਵੀ ਕੀ ਹੋਈ ਜਾਂਦਾ ਇੱਥੇ, ਕਿਉਂਕਿ ਜਦੋਂ ਮੈਂ ਪੰਜਾਬ 'ਚ ਉਹਨਾਂ ਦਾ ਉੱਧਰ ਪੰਜਾਬ ਦੇ ਮਾਹੌਲ ਦੇ ਤਾਂ ਫਿਰ ਆਪਾਂ ਨੂੰ ਪਤਾ ਹੀ ਆ ਕੀ ਹੋਈ ਜਾਂਦਾ ਉੱਥੇ, ਉੱਦਾਂ ਦੀ ਬੋਲੀਆਂ ਜ਼ਿਆਦਾਤਰ ਮੈਨੂੰ 90% ਮੇਰੀਆਂ ਬੋਲੀਆਂ ਨਵੀਆਂ ਹੀ ਹੁੰਦੀਆਂ ਨੇ। ਜਾਂ ਮੈਂ ਜਦੋਂ ਕਿਸੇ ਵਿਆਹ ਸ਼ਾਦੀ 'ਤੇ ਜਾਂਦਾ ਤਾਂ ਮੈਂ ਸਪੈਸ਼ਲੀ ਉਹਨਾਂ ਨੂੰ 10 ਦਿਨ ਪਹਿਲਾਂ ਜੋ ਕੋਈ ਬੁਕਿੰਗ ਕਰਦਾ ਮੈਂ ਇਹਨਾਂ ਨੂੰ ਕਹਿੰਦਾ ਵੀ ਤੁਸੀਂ ਆਪਦਾ ਮੈਨੂੰ ਕੋਈ ਨਾਮ ਲਿਖ ਕੇ ਭੇਜੋ, ਸਪੈਸ਼ਲੀ ਉਸ ਨਾਮ 'ਤੇ ਬੋਲੀ ਬਣਾਵਾਂਗੇ। ਰਿਸ਼ਤੇਦਾਰ ਕੀ ਕੰਮ ਕਰਦੇ ਨੇ ਉਹ ਤੁਸੀਂ ਵੀ ਦੇਖਿਆ ਸੀ ਆਪਾਂ ਵਿਆਹ ਸੀ, ਉਹਨੂੰ ਉਹ ਮੈਨੂੰ ਜੋ ਬਿਲਕੁਲ ਮੌਕੇ 'ਤੇ ਦੱਸਿਆ ਸੀ ਵੀ ਤਾਂ ਵੀ ਸਾਡੀ ਆਹੀ ਸ਼ੋਪ ਹੈ, ਇੱਥੇ ਸ਼ੋਪ ਹੈ ਵੀ ਤੁਸੀਂ ਸਾਡੇ ਵਾਸਤੇ ਬੋਲੀ ਪਾਓ, ਅਤੇ ਇੱਦਾਂ ਬਸ ਵਧੀਆ ਲੱਗਦਾ। ਪੁਰਾਣਾ ਵੀ ਵਧੀਆ, ਆਈ ਨਹੀਂ ਕਹਿੰਦਾ ਵੀ ਵਧੀਆ ਨਹੀਂ ਹੈਗਾ, ਬਹੁਤ ਵਧੀਆ ਉਹ, ਪਰ ਨਵਾਂ ਕਰਨ ਦੀ ਇੱਛਾ ਰਹਿੰਦੀ ਹੈ ਵੀ ਯਾਰ ਕੁਛ ਨਵਾਂ ਕਰੀਏ, ਕੁਛ ਨਵਾਂ ਕਰੀਏ। ਅਤੇ ਚਾਹ ਪੀ ਲਓ, ਚਾਹ ਨਾ ਠੰਡੀ ਹੋ ਜਾਵੇ, ਮੈਂ ਇਹ ਨਹੀਂ ਕੋਈ ਚੱਕਰ, ਪੰਜਾਬੀ ਚਾਹ ਠੰਡੀ ਹੋਣ ਨਹੀਂ ਦਿੰਦੇ, ਅਤੇ ਚਾਹ ਨਾਲ ਨਾਲ ਚੱਲੀ ਜਾਵੇ ਅਤੇ ਆਪਾਂ ਚਾਹ 'ਤੇ ਚੁਸਕੀਆਂ ਵੀ ਚੱਲੀ ਜਾਣਗੀਆਂ। ਅਤੇ ਪੰਜਾਬ ਦੇ ਵਿੱਚ ਜਿਹੜਾ ਮਲਵਈ ਗਿੱਧੇ ਨੂੰ ਫਿਰ ਵੀ ਲੋਕ ਜਾਣਦੇ ਹੈ ਨਾ, ਪਰ UK ਦੇ ਵਿੱਚ ਮੈਨੂੰ ਲੱਗਦਾ ਕਿਤੇ ਨਾ ਕਿਤੇ ਤੁਸੀਂ 2 ਸਾਲ ਤੋਂ ਵਿਚਰੇ, ਇਹਨਾਂ ਲਈ ਸ਼ਾਇਦ ਨਵੀਂ ਚੀਜ਼ ਹੋਏਗੀ, ਸ਼ਾਇਦ ਇਹਨਾਂ ਨੂੰ ਪਤਾ ਨਹੀਂ, ਜਿਵੇਂ ਸਾਜ਼ਾਂ ਦਾ ਨਹੀਂ ਪਤਾ ਇਹਨਾਂ ਨੂੰ, ਇਸ ਫੋਕ ਡਾਂਸ ਦਾ ਵੀ ਨਹੀਂ ਪਤਾ, ਭੰਗੜੇ ਦੀਆਂ ਅਕੈਡਮੀਆਂ ਹੈਗੀਆਂ ਨੇ ਜਿਹੜੇ ਭੰਗੜੇ ਬਾਰੇ ਦੱਸਦੀਆਂ ਨੇ, ਪਰ ਭੰਗੜੇ ਦੇ ਵਿੱਚ ਵੀ ਡਿਫਰੈਂਟ ਕੈਟਾਗਰੀਜ਼ ਆ ਜਾਂਦੀਆਂ, ਲੁੱਡੀ ਆ ਜਾਂਦੀ, ਧਮਾਲ ਆ ਜਾਂਦੀ, ਮਲਵਈ ਗਿੱਧਾ ਵੀ ਇੱਕ ਅਲੱਗ ਕਹਿ ਦੇ ਕੈਟਾਗਰੀ ਦੀ ਚੀਜ਼ ਆ। ਹਾਂਜੀ ਹਾਂਜੀ, ਅਤੇ ਉਹ ਐਕਸਪੀਰੀਅੰਸ ਕਿਵੇਂ ਦਾ ਰੱਖੇ, ਇੱਥੋਂ ਦੇ ਲੋਕਾਂ ਨੂੰ ਜ਼ਿਆਦਾ ਪਤਾ ਜਾਂ ਪੰਜਾਬ 'ਚ ਹਜੇ ਵੀ ਹੈਗਾ? ਭਾਅ ਜੀ ਦੇਖੋ, ਪੰਜਾਬ ਦੇ ਲੋਕਾਂ ਨੂੰ ਤਾਂ ਖੈਰ ਦੇਖੋ ਪਤਾ ਹੀ ਆ ਨਾ, ਕਿਉਂਕਿ ਯੂਨੀਵਰਸਿਟੀਆਂ ਦੇ ਵਿੱਚ ਮਲਵਈ ਗਿੱਧਾ ਕਰਾਇਆ ਜਾਂਦਾ, ਪਰ ਆਪਾਂ ਜਿਹੜਾ ਵਿਆਹ ਸ਼ਾਦੀਆਂ ਦੇ ਵਿੱਚ ਕਰਦੇ ਹਾਂ ਭਾਅ ਜੀ, ਇਹਨੂੰ ਆਪਾਂ ਪ੍ਰੋਪਰ ਮਲਵਈ ਗਿੱਧਾ ਨਹੀਂ ਕਹਿ ਸਕਦੇ, ਨਹੀਂ ਕਹਿ ਸਕਦੇ, ਕਿਉਂਕਿ ਮਲਵਈ ਗਿੱਧੇ 'ਚ ਵਿੱਚ ਬਹੁਤ ਸਾਰੇ ਸਾਜ਼ ਹੁੰਦੇ ਆ, 10 ਤੋਂ 12 ਮੈਂਬਰ ਹੁੰਦੇ ਨੇ ਹੈ ਨਾ ਕਰਨ ਵਾਸਤੇ, ਇਹ ਸਿਰਫ ਆਪਾਂ ਇੱਕ ਇੰਟਰਟੇਨਮੈਂਟ ਕਹਿ ਸਕਦੇ ਹਾਂ ਵੀ ਅਸੀਂ ਤੁਹਾਨੂੰ ਪੰਜਾਬੀ ਬੋਲੀਆਂ ਦੇ ਨਾਲ ਟੱਚ ਕਰਾ ਕੇ ਤੁਹਾਨੂੰ ਲੰਘਾ ਸਕਦੇ ਹਾਂ, ਜਿਹੜੀ ਬੋਲੀ ਪਾਉਣ ਦਾ ਤਰੀਕਾ ਹੁੰਦਾ ਉਹ ਮਤਲਬ ਕਿ ਉਹ ਖੜਾ ਠਹਿਰਾ ਨਾਲ ਹੁੰਦੀ ਹੈ, ਪਿੰਡਾਂ ਵਿੱਚੋਂ ਪਿੰਡੋਂ ਸੋਹਣੀ ਨਾ ਉਹ ਬੋਲੀ ਐਂ ਪੈਂਦੀ, ਪਰ ਆਪਾਂ ਵਿਆਹ ਦੇ ਵਿੱਚ ਜਿਹੜਾ ਹੁੰਦਾ ਉਹ ਥੋੜ੍ਹਾ ਜਿਹਾ ਟਾਈਮ ਘੱਟ ਹੁੰਦਾ,
ਘੱਟ ਟਾਈਮ ਦੇ ਵਿੱਚ ਵੱਧ ਗੱਲ ਕਹਿ ਕੇ ਜਾਣੀ ਹੈ, ਕਿਉਂਕਿ ਉੱਧਰ ਡੀਜੇ ਵਾਲਾ ਭਾਈ ਵੀ ਤਿਆਰ ਬੈਠਾ ਹੁੰਦਾ, ਭਾਈ ਮੈਂ ਵੀ ਟਾਈਮ ਲੈਣਾ ਹੈਗਾ। ਤਾਂ ਇਸ ਕਰਕੇ ਇੰਟਰਟੇਨਮੈਂਟ ਆਪਾਂ ਨੂੰ ਕਹਿ ਸਕਦੇ ਹਾਂ, ਹਾਂ ਮਲਵਈ ਗਿੱਧੇ ਦਾ ਨਾਮ ਦੇਣਾ ਜ਼ਰੂਰੀ ਹੈ, ਕਿਉਂਕਿ ਇਕੱਲੇ ਇੰਟਰਟੇਨਮੈਂਟ ਦੇ ਵਿੱਚ ਬਹੁਤ ਕੁਛ ਆ ਜਾਂਦਾ। ਸੋ ਲੋਕਾਂ ਨੂੰ ਪਤਾ ਭਾਅ ਜੀ, ਪਰ ਜ਼ਿਆਦਾਤਰ ਇੱਥੋਂ ਲੋਕਾਂ ਨੂੰ ਇੰਨਾ ਪਤਾ ਵੀ ਬੋਲੀ ਉਹੀ ਹੁੰਦੀ ਹੈ, ਬਾਰੀ ਬਸਤੀ ਖੱਟਣ ਗਿਆ ਸੀ ਖੱਟ ਕੇ ਲਿਆਉਂਦਾ ਇੱਦਾਂ ਦਾ ਕੁਝ, ਪਰ ਪ੍ਰੋਪਰ ਬੋਲੀ ਬਾਰੇ ਜਿਹੜਾ ਉਹ ਹੈ ਹੌਲੀ ਹੌਲੀ ਜਾਣੂ ਕਰਾ ਰਿਹਾ ਲੋਕਾਂ ਨੂੰ। ਇੱਕ ਹੋਰ ਵੀ ਗੱਲ ਆ, ਇੱਥੇ ਢੋਲ 'ਤੇ ਵੱਧ ਸੀ ਪਹਿਲਾਂ, ਜਦੋਂ ਵੀਰੇ ਅਰਗੇ ਪਿਛਲੇ ਸਾਲ ਆਏ ਆ ਮਲਵਈ ਗਿੱਧੇ ਦਾ ਪਤਾ ਲੱਗਣ ਲੱਗਿਆ, ਜਿਹੜੀਆਂ ਠੇਠ ਬੋਲੀਆਂ ਕਹਿ ਦੀ ਆਪਾਂ ਰਿਸ਼ਤਿਆਂ 'ਤੇ ਵੀ ਮਾਸੀ ਮਾਸੜ 'ਤੇ, ਭੂਆ ਫੁੱਫੜ 'ਤੇ, ਮਾਮਾ ਮਾਮੀ 'ਤੇ ਬੋਲੀਆਂ ਪੈਣੀਆਂ, ਉਹ ਚੇਂਜ ਦੇ ਨਾਲ ਖੁਸ਼ ਹੁੰਦੇ ਆ ਜਦੋਂ ਆਪਾਂ ਪਾਉਂਦੇ ਹਾਂ ਬੋਲੀਆਂ, ਵੀ ਮਾਮਾ ਮਾਮਾ ਬਾਈ ਦਾ ਆਪਾਂ ਉਹਦੇ ਜਿੱਦਾਂ ਪਾਈ ਜਾਂਦੇ, ਮਾਮਾ ਪੁੱਛੇ ਮਾਮੀ ਨੂੰ ਪਜਾਮਾ ਕਿਵੇਂ ਪਾਈਦਾ, ਨਹੀਂ ਇੱਥੇ ਕੀ ਆ ਵਾਰੀ ਵਾਰ ਤੂੰ ਨੱਚ ਮੁੰਡੇ ਦੀ ਮਾਮੀ, ਲਾਗੀਆਂ ਨੂੰ ਲਾਗ ਦਵਾ ਦੇ, ਟੋਲੀਆਂ ਨੂੰ ਲਾਗ ਦਵਾ ਦੇ, ਇੱਦਾਂ ਦੀਆਂ ਬੋਲੀਆਂ ਆਪਾਂ ਕਈ ਵਾਰੀ ਹੁਣ ਮਿਲਦੇ ਆ, ਸਾਨੂੰ ਤਾਂ ਇਹ ਚੀਜ਼ ਦਾ ਨਹੀਂ ਸੀ ਪਤਾ ਬਈ ਜੀ, ਥੋੜ੍ਹਾ ਟਾਈਮ ਹੋਇਆ ਸਾਨੂੰ ਆਇਆਂ ਨੂੰ, ਜਿੱਦਾਂ ਕੋਈ ਮਿਲਦਾ ਪੁਰਾਣਾ ਪਹਿਲਾਂ ਕਹਿੰਦੇ ਵੀ ਅਸੀਂ ਬੁਲਾਇਆ ਬੋਲਦੇ ਹਾਂ ਵੀ ਇੱਦਾਂ ਬੋਲੀਆਂ ਪੈਂਦੀਆਂ ਸੀ, ਵੀ ਹੁਣ ਜਿੱਦਾਂ ਤੁਸੀਂ ਪੂਰੀਆਂ ਭੂਆ ਅਤੇ ਜੀਜਾ ਜੀ ਕਿੱਥੇ ਜੀਜਾ ਜੀ ਨੂੰ ਆਉਣ ਦਿਉ, ਇਹ ਠੇਠ ਬੋਲੀਆਂ ਦੇ ਨਾਲ ਅਗਲੇ ਨੂੰ ਵੀ ਖੁਸ਼ੀ ਮਿਲਦੀ ਆ ਵੀ ਰਿਸ਼ਤੇ ਨਾਲ, ਅਤੇ ਕਿਉਂ ਪਿਆਰ ਘੱਟ ਗਿਆ ਭਾਅ ਜੀ ਰਿਸ਼ਤਿਆਂ ਦਾ। ਕਈ ਵਾਰੀ ਇਹੀ ਚੀਜ਼ ਹੁੰਦੀ ਆ ਸਾਨੂੰ ਵੀ ਅਸੀਂ ਆਵਾਜ਼ ਦੇ ਕੇ ਹੁਣ ਵਿਆਹ 'ਤੇ ਆ ਜਾਂਦੇ ਆ, ਪਰ ਟੇਬਲਾਂ 'ਤੇ ਉੱਠਣ ਦੀ ਹਿੰਮਤ ਨਹੀਂ ਹੁੰਦੀ ਵੀ ਅਸੀਂ ਆ ਕੇ ਉੱਥੇ ਖੁਸ਼ੀ 'ਚ ਸ਼ਾਮਿਲ ਹੋ ਸਕੀਏ। ਹਾਂ ਇਹ ਭਾਅ ਜੀ ਪੰਜਾਬ 'ਚ ਵੀ ਇਹ ਕੰਮ ਬਹੁਤ ਆ, ਪਰ ਮੇਰਾ ਜਿਹੜਾ ਅੰਦਾਜ਼ ਆ ਨਾ, ਮੈਂ ਕੋਸ਼ਿਸ਼ ਕਰਦਾ ਵੀ ਵਰਿੰਦਰ ਸਿੰਘ ਜੇ ਤੂੰ ਨਾ ਨਚਾ ਸਕਿਆ ਯਾਰ ਤੇਰਾ ਇਹਦਾ ਫਾਇਦਾ ਕੀ ਹੋਇਆ, ਮੈਂ ਥੋੜ੍ਹੀ ਜਿਹੀ ਇੱਕ ਇਹਦੇ ਵਾਸਤੇ ਵੀ ਇੱਕ ਬੋਲੀ ਜੀ ਤਿਆਰ ਕਰੀ ਹੋਈ ਆ, ਕਿਉਂਕਿ ਜਿਹੜੇ ਬੈਠੇ ਹੁੰਦੇ ਉਹਨਾਂ ਨੂੰ ਕਹਿ ਦੇਣਾ ਵੀ ਜੇ ਤਾਂ ਭਾਈ ਪਕੌੜੇ ਖਾਣੇ ਆਏ ਤਾਂ ਬੈਠੇ ਰਹੋ, ਅਗਲਾ ਥੋੜ੍ਹੀ ਬੇਸ਼ਰਮ ਜੀ ਦਾ ਮੰਨਦਾ ਹੀ ਆ। ਆਹੋ ਬਿਲਕੁਲ, ਹਾਂ ਕਿਉਂਕਿ ਉਹਦੇ ਬਾਅਦ ਕਿਵੇਂ ਬੋਲੀ ਪਾਉਂਦੇ ਹੁੰਦੇ ਸੀਗੇ ਵੀ ਘਰ ਜਾ ਕੇ ਨਾ ਚੁੱਲ੍ਹੇ ਚਲਾ ਤਮਾਰੀ, ਨੱਚਣਾ ਤਾਂ ਤੁਹਾਨੂੰ ਨਾ ਚਲਾ। ਸੋ ਇਸ ਅੰਦਾਜ਼ ਦੇ ਵਿੱਚ ਮੈਂ ਇੱਕ ਉਹਨਾਂ ਨੂੰ ਜਿਹੜੇ ਬੈਠੇ ਹੁੰਦੇ ਨਾ ਟੇਬਲਾਂ 'ਤੇ, ਉਹਨਾਂ ਦਾ ਜੀ ਬਹੁਤ ਕਰਦਾ ਨੱਚਣ ਨੂੰ, ਕਿਉਂਕਿ ਉਹ ਕਹਿੰਦਾ ਵੀ ਇੱਕ ਵਾਰੀ ਕੋਈ ਸਾਨੂੰ ਬੁਲਾ ਲੇ ਬਸ, ਹੈ ਨਾ, ਇੱਦਾਂ ਵੀ ਹੁੰਦਾ ਕਿ ਵੀ ਆ ਜਾ। ਤਾਂ ਉਹਨਾਂ ਵਾਸਤੇ ਮੈਂ ਇੱਕ ਬੋਲੀ ਦਰ ਕੇ ਭੇਜਾਂ, ਦੇਖੋ ਭਾਈ ਜੇ ਤਾਂ ਨੱਚੋਗੇ ਫਿਰ ਤਾਂ ਤੁਹਾਡੇ ਵਾਸਤੇ ਬੋਲੀ ਪਾਵਾਂਗੇ ਵੀ ਘਰ ਜਾ ਕੇ ਨਾ ਚੁੱਲ੍ਹੇ 'ਚ ਲੱਤ ਮਾਰੀ, ਨੱਚਣਾ ਤਾਂ ਹੁਣ ਨਾ ਚਲਾ, ਜੇ ਆਈ ਖਾਣ ਪੀਣੋ ਫਿਰ ਤੁਹਾਡੇ ਵਾਸਤੇ ਸਪੈਸ਼ਲ ਬੋਲੀ ਹੈ ਵੀ ਘਰ ਜਾ ਕੇ ਨਾ ਡੌਂਗੇ 'ਚ ਮੂੰਹ ਮਾਰੀ, ਛਕਣਾ ਤਾਂ ਹੁਣ। ਬਿਲਕੁਲ, ਕਈਆਂ ਦੇ ਲੱਗਦੀ ਆ ਵੀ ਆਇਓ ਵੀ ਜਾ ਕੇ ਕਿਹੜਾ ਤਾਂ ਦੇ ਆਈਏ। ਨਹੀਂ ਮੈਂ ਸੱਚੀ ਦੱਸਦਾ ਕਿ ਮੈਂ ਵੀ ਵਰਿੰਦਰ ਬਾਈ ਨੂੰ ਪਰਸੋਂ ਹੀ ਮਿਲਿਆ, ਅਤੇ ਮੈਂ ਇਹਨਾਂ ਦੀ ਬੋਲੀ ਸੁਣੀ ਹੋਈ ਸੀ ਸੋਸ਼ਲ ਮੀਡੀਆ 'ਤੇ, ਮੈਨੂੰ ਨਹੀਂ ਸੀ ਪਤਾ ਕਿ ਇਹ ਕੌਣ ਨੇ। ਪਰਸੋਂ ਅਸੀਂ ਇੱਕ ਵਿਆਹ 'ਤੇ ਮਿਲੇ ਹਾਂ, ਅਤੇ ਜਿੱਥੇ ਮੈਂ ਵੀ ਕੰਮ ਕਰਨ ਗਿਆ ਸੀ ਅਤੇ ਵੀਰਾ ਵੀ ਐਂਟਰਟੇਨ ਕਰਨ ਲਈ ਆਇਆ ਸੀ, ਅਤੇ ਮੈਨੂੰ ਇਸ ਕਹਿੰਦੇ ਨੂੰ ਮੈਨੂੰ ਲੱਗਦਾ ਕਿ ਸਾਨੂੰ ਇੱਥੇ ਕਹਿੰਦੇ ਨੂੰ ਕੋਈ ਸ਼ਰਮ ਹੈ ਕਿ ਜਦੋਂ ਅਸੀਂ ਕੰਮ ਕਰਨ ਜਾਂਦੇ ਹਾਂ ਇੱਥੇ ਹਰ ਤਰ੍ਹਾਂ ਦਾ ਕੰਮ ਇੱਥੇ ਕਰਨਾ ਪੈਂਦਾ। ਸੋ ਵੀਰੇ ਨੇ ਉਸ ਟਾਈਮ ਮੈਨੂੰ ਮਿਲਿਆ ਤਾਂ ਮੈਨੂੰ ਪਤਾ ਲੱਗਿਆ ਕਿ ਯਾਰ ਇਹ, ਪਹਿਲੀ ਗੱਲ ਤਾਂ ਮੈਂ ਵੀ ਮਲਵਈ ਗਿੱਧਾ ਪਾਇਆ ਹੈ ਨਾ ਉਸ ਫੀਲਡ ਦੇ ਵਿੱਚ ਹੋਣ ਕਰਕੇ, ਭੰਗੜਾ ਮੈਂ ਆਪਣੇ ਕਾਲਜ ਟਾਈਮ 'ਚ ਬਹੁਤ ਪਾਇਆ, ਤਾਂ ਉਹ ਇੱਕ ਕਨੈਕਸ਼ਨ ਜਿਹਾ ਲੱਗਦਾ ਯਾਰ ਹਾਂ ਕੋਈ ਆਇਆ ਵਾਕਈ ਕੋਈ ਪਾਉਂਦਾ, ਕਿਉਂਕਿ ਇੱਥੇ ਵੀ ਭੰਗੜਾ ਕਲਾਸਿਸ ਲੱਗਦੀਆਂ। ਪਰ ਉਦੋਂ ਮੈਨੂੰ ਬਾਈ ਬਾਰੇ ਪਤਾ ਲੱਗਿਆ ਅਤੇ ਉਸ ਵਿਆਹ 'ਤੇ ਵੀਰੇ ਨੇ ਜਿੰਨਾ ਐਂਟਰਟੇਨ ਕੀਤਾ, ਡੀ ਜੇ ਵਾਲਾ ਪੂਰਾ ਪਰੇਸ਼ਾਨ ਸੀ ਕਿ ਬਾ ਜੀ ਸਾਨੂੰ ਟਾਈਮ ਨਹੀਂ ਦਿੱਤਾ, ਨਾ ਸਾਡੇ ਉੱਤੇ ਡਾਲਰ ਆਏ ਨੇ, ਇਹ ਸਾਰੇ ਵਰਿੰਦਰ ਵੀਰਾ ਇਕੱਠੇ ਕਰਕੇ ਲੈ ਗਿਆ, ਕਿਉਂਕਿ ਉਹਦਾ ਰੀਜ਼ਨ ਇਹ ਲੋਕ ਐਂਟਰਟੇਨ ਬਹੁਤ ਹੋਏ। ਹਾਂਜੀ ਹਾਂਜੀ, ਬੜੇ ਮਜ਼ੇਦਾਰ ਹੋਏ ਨੇ, ਰੀਲ ਵੀ ਪਾਈ ਆ ਉਹਦੀ ਜੱਗੀ, ਇਹਨੂੰ ਨਹੀਂ ਜਾਣਦੀ ਤੂੰ ਜੱਗੀ, ਵੱਡੀਆਂ ਜੱਗੀ ਭਾਅ ਜੀ। ਮੈਂ ਜਿੱਦਾਂ ਤੁਹਾਨੂੰ ਦੱਸਿਆ ਵੀ ਮੈਨੂੰ ਸਪੈਸ਼ਲੀ ਮੁੰਡੇ ਕਹਿ ਦਿੰਦੇ ਨੇਗੇ ਵੀ ਆ ਸਾਡੇ ਨਾਂ 'ਤੇ ਬੋਲੀ ਲਿਖ ਕੇ ਲੈ ਕੇ ਆਏ। ਹਾਂਜੀ, ਕਈ ਵਾਰੀ ਤੁਰਤ ਪੈਰ ਕਹਿ ਦਿੰਦੇ ਆ, ਇਹ ਤਾਂ ਬਣੀ ਜਾਂਦੀ ਆ, ਕੋਈ ਹੋਰ ਆਪਦਾ ਕੰਮ ਕਰ, ਮੈਂ ਉੱਦਾਂ ਦੀ ਵੀ ਬੋਲੀ ਲਿਖ ਦਿੰਦਾ, ਅਤੇ ਉਹ ਬੋਲੀ ਵੀ ਹੁਣ ਵਾਇਰਲ ਹੋ ਰਹੀ ਹੈਗੀ, ਲੋਕ ਉਹਨੂੰ ਵੀ ਪਸੰਦ ਕਰ ਰਹੇ ਨੇ। ਉਹ ਤੋਂ ਪਲੱਸ ਪੁਆਇੰਟ ਇਹ ਸੀ ਵੀ ਉਸ ਦਿਨ ਮੈਂ ਬਿਨਾਂ ਮਾਈਕ ਤੋਂ ਪਰਫੋਰਮੈਂਸ ਕੀਤੀ ਸੀ,
ਹਾਂ ਉਹ ਬਹੁਤ ਵੱਡੀ ਗੱਲ ਹੈ ਕਿ ਇੱਕ ਇੱਦਾਂ ਵੀ ਹੁੰਦਾ ਨਾ, ਮਾਈਕ ਨਹੀਂ ਦਿੰਦੇ ਹੈ ਨਾ ਡੀ ਜੇ ਵਾਲੇ। ਆਪਾਂ ਉਦਣ ਡਿਸਕਸ ਕਰ ਰਹੇ ਸੀ, ਤੁਸੀਂ ਮੈਨੂੰ ਦੱਸਿਆ ਕਿ ਡੀ ਜੇ ਵਾਲੇ ਕਈ ਵਾਰ ਕਹਿੰਦੇ ਮਾਈਕ ਹੀ ਨਹੀਂ ਦੇਣਾ ਭਾਅ ਜੀ ਅਸੀਂ, ਹਾਲਾਂਕਿ ਉਹਨਾਂ ਕੋਲ ਮਾਈਕ ਹੁੰਦਾ, ਹਰੇਕ ਬੰਦਾ ਆਪਣੇ ਮਾਈਕ ਲੈ ਕੇ ਆਉਂਦਾ ਅਨਾਊਂਸਮੈਂਟ ਕਰਦੇ, ਇੱਥੇ ਹਰੇਕ ਡੀ ਜੇ ਵਾਲੇ ਕੋਲ ਆਪਣਾ ਮਾਈਕ ਨਹੀਂ ਹੁੰਦਾ। ਅਤੇ ਭਾਅ ਜੀ ਹਰੇਕ, ਮੈਂ ਤੁਸੀਂ ਕਹੋਗੇ ਵੀ ਆਪ ਮੀਆਂ ਮਿੱਠੂ ਬਣਦਾ, ਹਰੇਕ ਬੰਦਾ ਬਿਨਾਂ ਮਾਈਕ ਤੋਂ ਗਾ ਵੀ ਨਹੀਂ ਸਕਦਾ। ਨਹੀਂ ਤੁਹਾਡੇ ਸਾਹਮਣੇ ਤੁਸੀਂ ਰਿਕਾਰਡਿੰਗ, ਤੁਹਾਡੇ ਕੋਲ ਮੂਵੀ ਸਾਰੀ ਬਿਹੇਵੀਅਰ ਦੀ, ਘੱਟੋ ਘੱਟ ਘੰਟਾ ਡੇਢ ਘੰਟੇ ਦੇ ਵਾਂਗੂ ਬਿਨਾਂ ਮਾਈਕ ਤੋਂ ਉਸੇ ਰੇਂਜ 'ਚ ਉਨੀ ਐਨਰਜੀ ਜਗਾਇਆ। ਉਹੀ ਚੀਜ਼ ਮੈਂ ਸੁਰਤ ਭਾਅ ਜੀ ਗਲੇ ਨੂੰ ਇਸ ਹਿਸਾਬ ਨਾਲ ਹੀ ਤਿਆਰ ਕੀਤਾ ਹੋਇਆ ਵੀ ਯਾਰ ਆਪਾਂ ਨੂੰ ਕੋਈ ਮਾਈਕ ਨਹੀਂ ਦੇਊਗਾ ਨਾ ਤਾਂ ਆਪਾਂ ਇੱਦਾਂ ਹੀ ਫੱਟੇ ਚੱਕ ਦੇਣੇ। ਤੁਸੀਂ ਵੀ ਡਾਂਗਾ ਡੂੰਗਾ ਖਾਧੀਆਂ ਕਾਲਜ ਸਕੂਲ ਟਾਈਮ 'ਚ ਜਾਂ ਕਿਤੋਂ ਵੀ ਭੰਗੜੇ ਦੇ? ਭੰਗੜੇ ਨਹੀਂ ਭਾਅ ਜੀ, ਮੈਂ ਤੁਹਾਨੂੰ ਸੀ ਕਿ ਤੁਸੀਂ ਬਾਅਦ 'ਚ ਸ਼ੁਰੂ ਕੀਤਾ ਇਸ? ਮੈਂ ਸੀ ਵੀਰੇ ਐਨੂਅਲ ਫੰਕਸ਼ਨ ਹੁੰਦੇ ਆ, ਮੈਂ ਨਰਸਰੀ ਕਲਾਸ ਤੋਂ ਸਟਾਰਟ ਕੀਤਾ ਭੰਗੜਾ। ਉਦੋਂ ਪੰਮੀ ਬਾਈ ਜੀ ਦਾ ਗਾਣਾ ਸੀ ਉਹ 'ਤੇ ਸੀ, ਮੇਰੇ ਨਾਲ ਸੀ, ਦੋਨਾਂ ਦੀ ਪਰਫੋਰਮੈਂਸ ਸੰਮੀ ਕਹਿ ਦਿੰਦੇ ਆ ਜਿੱਦਾਂ ਆਪਾਂ, ਉਹ 'ਚ ਕੁੜੀ ਅਤੇ ਮੁੰਡੇ ਨੂੰ ਸੀਗਾ, ਮੈਂ ਛੋਟੇ ਜਿਹੇ ਹੁੰਦੇ ਨੂੰ ਸੀਗਾ ਸ਼ੌਂਕ, ਪਹਿਲਾਂ ਤਾਂ ਮੈਂ ਮੋਨਾ ਹੁੰਦਾ ਸੀ, ਵਾਹਿਗੁਰੂ ਨੇ ਮੇਹ ਕੀਤੀ ਵੀ ਆਪਾਂ 3 ਸਾਲ ਹੋਏ ਮੈਨੂੰ ਕੇਸ ਰੱਖਿਆ। ਚਲੋ ਵਧੀਆ, ਅਤੇ ਹੁਣ ਸੋਹਣਾ ਲੱਗਦਾ ਇੱਦਾਂ ਇੱਕ ਕਹਿ ਦਿੰਦੇ ਆ। ਨਹੀਂ ਮੈਨੂੰ ਹਮੇਸ਼ਾ ਕੰਪਲੀਮੈਂਟ ਮਿਲਦਾ ਸੀ, ਮੈਂ ਨਾ ਮੈਨੂੰ ਲੱਗਦਾ ਕਿ ਲੋਕ ਕਹਿੰਦੇ ਕਿ ਮੈਨੂੰ ਹਮੇਸ਼ਾ ਕੰਪਲੀਮੈਂਟ ਮਿਲਦਾ ਸੀ ਜਦੋਂ ਮੈਂ, ਕਿਉਂਕਿ ਮੈਂ ਇਕੱਲਾ ਹੀ ਹੁੰਦਾ ਸੀ ਦਾੜੀ ਵਾਲਾ, ਬਹੁਤ ਘੱਟ ਨੇ ਜਿਹੜੇ ਪ੍ਰੋਪਰ ਦਾੜੀ ਵਾਲੇ ਬੰਦੇ ਪਰਫੋਰਮ ਕਰਦੇ ਭੰਗੜੇ ਦੇ ਵਿੱਚ, ਅਤੇ ਜਦੋਂ ਮੈਂ ਤਿਆਰ ਹੁੰਦਾ ਸੀ ਉਹ ਕਹਿੰਦੇ ਤੂੰ ਵੱਖਰਾ ਲੱਗਦਾ ਸਭ ਤੋਂ, ਕਿਉਂਕਿ ਬਾਕੀਆਂ ਦੀ ਦਾੜੀ ਕੱਟੀ ਹੁੰਦੀ ਸੀ ਹੁੰਦੀਆਂ ਸੀ ਪਰ ਮੇਰੀ ਦਾੜੀ ਹੁੰਦੀ ਸੀ, ਉਹਨਾਂ ਨੂੰ ਵੱਖਰੇ ਗੁੱਡ ਲੱਗਦਾ ਸੀ। ਮੇਰੇ ਉਸਤਾਦ ਜੀ ਬੜੇ ਉਹਨਾਂ ਨੇ ਵੀ ਸਾਨੂੰ ਬਹੁਤ ਸਿਖਾਇਆ, ਸਾਡੇ ਤਾਂ ਮੈਂ ਕਹਿੰਦਾ ਮੈਂ ਡਾਂਗਾਂ ਅਸੀਂ ਖਾਧੀਆਂ ਗਿੱਟਿਆਂ 'ਤੇ ਜਦੋਂ ਸਾਡਾ ਸਟੈਮਿਨਾ ਨਹੀਂ ਹੁੰਦਾ ਸੀ। ਹੁਣ ਵੀ ਕਈ ਵਾਰੀ ਮੈਂ ਵੀ ਦੱਸਦਾ, ਮੈਂ ਤੁਹਾਡਾ ਨਾਮ ਨਾ ਤੁਸੀਂ ਦੱਸਿਆ ਵੀ ਤਰਨ ਜੀ, ਮੈਂ ਤੁਹਾਡਾ ਨਾਮ ਰੱਖ ਜੋ ਮੈਂ ਤੁਹਾਡੇ ਨਾਲ ਦਾ ਫੇਸ ਆ ਉਹਨਾਂ ਦਾ ਜਿਹੜਾ ਹੋਊਗਾ ਬੁੱਲਾ ਕੀ ਜਾਣ ਰੱਬੀ ਰੱਬੀ। ਹਾਂ ਆਹ ਤੁਹਾਡੇ ਗਿਟਾਰ ਵੀ ਆ ਕੋਲੇ, ਇਹ ਵੀ ਆਪਣਾ ਹੱਥ ਅੱਜ ਮਾਹੌਲ ਵੀ ਪੂਰਾ ਗਿਟਾਰ ਵੀ ਰੱਖ ਲਈ ਕੋਲੇ ਤੇ ਆਪਾਂ। ਤੁਹਾਨੂੰ ਵੀ ਤੁਹਾਨੂੰ ਕੰਪਲੀਮੈਂਟ ਦਿੱਤਾ ਭਾਅ ਜੀ ਕਹਿੰਦੇ ਨੇ ਉਹਦਾ ਨਾਮ ਵਰਗੇ ਲੱਗਦੇ? ਨਹੀਂ ਇੱਦਾਂ ਇਹ ਪਹਿਲਾ ਕੰਪਲੀਮੈਂਟ ਹੈ ਮੈਨੂੰ। ਨਹੀਂ ਤੁਸੀਂ ਨਾਲ ਨਾ ਫੋਟੋ ਐਡਿਟ ਕਰਕੇ ਨਾਲ ਲਾ ਕੇ ਦੇਖਿਓ, ਮੈਂ ਟਰਾਈ ਕਰੂੰਗਾ। ਉਹ ਭਾਅ ਜੀ ਦੇ ਹੁਣ ਧੋਲੇ ਆ ਗਏ ਦਾੜੀ 'ਚ, ਹਾਂ ਇੰਨਾ ਕੁ ਵਰਗ। ਬਾਕੀ ਸ਼ੁਰੂ ਕਰਨ ਦਾ ਭਾਅ ਜੀ ਬਹੁਤ ਲੰਮੀ ਸਟੋਰੀ ਆ, ਕਿਉਂਕਿ ਮੈਂ ਜ਼ਿਆਦਾ ਕੋਈ ਕਾਲਜ ਵਗੈਰਾ ਜਾਂ ਨਹੀਂ ਗਿਆ, ਕਿਉਂਕਿ ਫਾਦਰ ਸਾਹਿਬ ਜੱਥ ਤੋਂ ਬਾਅਦ ਮੈਨੂੰ ਕੰਮ 'ਤੇ ਲਾਤਾ ਸੀਗਾ। ਸ਼ੌਂਕ ਸੀ ਅਸਲ, ਮੈਨੂੰ ਪਤਾ ਵੀ ਨਹੀਂ ਸੀ ਮੈਂ ਬੋਲੀਆਂ ਪਾਉਣੀਆਂ, ਕੋਈ ਪਤਾ ਨਹੀਂ ਸੀ ਮੈਂ ਬੋਲੀਆਂ ਪਾਉਣੀਆਂ, ਬੋਲੀਆਂ ਲਿਖਦਾ ਜ਼ਰੂਰ ਹੁੰਦਾ ਸੀਗਾ, ਲਿਖ ਕੇ ਆਪੀ ਕਾਪੀ 'ਤੇ ਰੱਖ ਕੇ ਉਹ ਤਰਕ 'ਤੇ ਭੁੱਲ ਗਿਆ ਵਾ ਠੀਕ ਆ। ਅਸਲ ਮੈਨੂੰ ਸ਼ੌਂਕ ਸੀਗਾ ਸਟੈਂਡਅਪ ਕਮੇਡੀ ਕਰਨ ਦਾ, ਮੈਂ ਚੁਟਕਲੇ ਵਗੈਰਾ ਬਹੁਤ ਲਿਖਦਾ ਸੀ। ਨਹੀਂ ਇਹ ਝਲਕ ਮੈਂ ਦੇਖੀ ਤੁਹਾਡੇ 'ਚ, ਇਹ ਝਲਕ ਮੈਂ ਦੇਖੀ ਹੈ ਨਾ, ਤੁਸੀਂ ਵੀ ਐਗਰੀ ਹੋਵੋਗੇ ਵਿਕਰਮ ਵੀਰੇ ਕਿ ਲੋਕਾਂ ਨੂੰ ਇਕੱਠੇ ਕਰਕੇ ਹਸਾਉਣਾ ਇੱਕ ਲਾਈਕ ਤੁਸੀਂ ਰਾਹ ਜ਼ਰੂਰ ਚੁਣਿਆ ਵਾ ਪੰਜਾਬੀ ਕਲਚਰ ਦਾ, ਪਰ ਉਹ ਮਜ਼ਾ ਉਹ ਸਟੈਂਡਅਪ ਕਮੇਡੀ ਦਾ ਵੀ ਤੁਹਾਡੇ ਅੰਦਰ ਉਹ ਗੁਣ ਹੈਗਾ। ਕੱਲ੍ਹ ਦੀ ਗੱਲ ਆ ਭਾਅ ਜੀ, ਕੱਲ੍ਹ ਦੀ ਗੱਲ ਆ, ਅਸੀਂ ਦੋਨੇ ਨੇ ਪਏ ਮੈਂ ਅਤੇ ਵੀਰਾ ਬੈਠੇ ਸੀ ਗੱਲਾਂ ਕਰੀ ਜਾਵੇ, ਵੀਰੇ ਨੂੰ ਕਾਲ ਆਈ, ਕਾਲ ਆਈ ਅਤੇ ਉੱਥੇ ਮੈਂ ਕਿਹਾ ਵੀਰੇ ਕੌਣ? ਕਹਿੰਦਾ ਯਾਰ ਮੈਂ ਕਮੇਡੀ ਕਰਦਾ, ਤੈਨੂੰ ਪਤਾ ਨਹੀਂ? ਮੈਂ ਕਿਹਾ ਯਾਰ ਮੈਂ ਦੇਖਿਆ ਨਹੀਂ ਤੈਨੂੰ, ਹੱਸਣ ਲੱਗ ਗਏ। ਇਹ ਨਹੀਂ ਇੰਨੀਆਂ ਕੁ ਵੀਡੀਓ ਆਉਂਦੀਆਂ ਦਿਖਾਉਂਦੇ ਉੱਥੇ ਜਿੱਥੇ ਤੁਸੀਂ ਲਾਲਾ ਬਣੇ ਵੀ ਹੋ। ਅੱਛਾ ਹਾਂ, ਚੰਨਿਓ ਡਿੱਗ ਪੋਂਗੇ ਬਾਈ। ਇੱਕ ਤਾਂ ਇਹ 'ਚ ਹੁਨਰ ਤਾਂ ਪਹਿਲਾਂ ਹੀ ਆ, ਉਹ ਤਾਂ ਚੀਜ਼ ਆ ਵੀ ਇਕੱਠੇ ਕਰਕੇ ਕਈ ਵਾਰੀ ਹਾਸੀ ਮਜ਼ਾਕ ਵਾਲੀ ਚੌੜ ਕਰ ਦੇਣੇ ਨੇ, ਚੁਟਕਲੇ ਮਾਰਨੇ ਆ, ਉਹ ਕੋਣੀ ਮਾਸੀ ਮਾਸੀ ਤੇਰੇ 'ਤੇ ਪੈ ਗਈ ਬੋਲੀ ਤੂੰ ਇੱਧਰ ਆ ਤੂੰ ਇੱਧਰ ਆ ਭਾਅ ਜੀ, ਉਹ ਸਭ ਤੋਂ ਵੱਖਰੀ ਚੀਜ਼ ਆ ਕਿਸੇ ਨੂੰ ਹਸਾਉਣਾ ਜਾਂ ਕਿਸੇ ਨੂੰ ਖੁਸ਼ੀ ਲਈ ਆਪਾਂ ਕੱਟ, ਉਹ ਵੀ ਫਿਰ ਆਪਣੀ ਮੁੜ ਕੇ ਆ ਜਾਂਦੀ ਆ ਵੀ ਕਈ ਹੁੰਦੇ ਆ ਵੀ ਨਹੀਂ ਖੁਸ਼ ਹੋਣਾ ਆਪਾਂ, ਪਰ ਇੱਕ ਇਹ 'ਚ ਟੈਲੈਂਟ ਅੜਦਾ ਵੀ ਜਿਹੜਾ ਹਰੇਕ ਨੂੰ ਰੋਂਦੇ ਨੂੰ ਵੀ ਹਸਾ ਕੇ ਜਾਂ ਰੋਂਦੇ ਨੂੰ ਨਚਾਊਗਾ ਜ਼ਰੂਰ, ਉਹਨੂੰ ਬਾਂਹ ਪੜ ਕੇ ਕਹੂੰ ਤੇਰੇ 'ਤੇ ਬੋਲੀ ਜ਼ਰੂਰ ਆ ਮੇਰੀ ਇਹ।
ਇੱਦਾਂ ਭਾਅ ਜੀ ਦੀ ਗੱਲ ਮੈਂ ਦੱਸਦਾ, ਇਹਨੇ ਵੀਡੀਓ ਦੇਖੀ, ਮੈਂ ਸ਼ਾਰਟ ਮੂਵੀ ਵੀ ਬਹੁਤ ਕੀਤੀਆਂ, ਬਹੁਤ ਜ਼ਿਆਦਾ ਮੈਂ ਸ਼ਾਰਟ ਮੂਵੀਆਂ ਕੀਤੀਆਂ ਪੰਜਾਬ ਦੇ ਵਿੱਚ, ਬਹੁਤ ਚੈਨਲਾਂ ਦੇ ਨਾਲ ਮੈਂ ਕੰਮ ਕੀਤਾ। ਬਸ ਉੱਦਾਂ ਵੀ ਸਬੱਬ ਖੈਰ ਬਾਅਦ 'ਚੋਂ ਬਣਿਆ। ਮਲਵਈ ਦੀ ਸਟਾਰਟਿੰਗ ਦੀ ਗੱਲ ਦੱਸਦਾ ਭਾਅ ਜੀ, ਮੈਨੇ ਸਟਾਰਟ ਕੀੜਾ ਮੇਰੇ ਅੱਜ ਵੀ ਕਮੇਡੀ ਦਾ ਹੀ ਆ, ਕਿਉਂਕਿ ਜਿਹੜਾ ਕਮੇਡੀ ਵਾਲਾ ਕੀੜਾ ਉਹ ਮੇਰੇ ਅੰਦਰ, ਉਹ ਮੇਰੀ ਬੋਲੀਆਂ 'ਚ ਵੀ ਝਲਕਦਾ ਹਜੇ ਮਾੜਾ ਮੋਟਾ ਦੇਖਦਾ ਹੈਗਾ। ਹਾਂ, ਮੈਂ ਪੀ ਟੀ ਸੀ ਪੰਜਾਬੀ ਅਤੇ ਲਾਫਟਰ ਦਾ ਮਾਸਟਰ ਦੇ ਵਿੱਚ ਵੀ ਪਾਰਟੀਸਪੇਟ ਕਰਦੇ ਸੀ, 3-4 ਰਾਊਂਡ ਉੱਥੋਂ ਵੀ ਕਲੀਅਰ ਕੀਤੇ। ਉਦੋਂ ਬਾਅਦ ਘਰ ਦੀ ਕੁਛ ਗਰੀਬੀ ਕਰਕੇ ਹਾਲਾਤ ਇੱਦਾਂ ਦੇ ਸੀਗੇ ਵੀ ਨਹੀਂ ਅੱਗੇ ਵੱਧ ਸਕੇ, ਅਤੇ ਘਰਦਿਆਂ ਨੂੰ ਬਸ ਪੈਸੇ ਦੀ ਉਹ ਸੀ ਵੀ ਪੈਸਾ ਘਰ ਆਉਣਾ ਜ਼ਰੂਰੀ ਹੈ। ਮੈਨੂੰ ਵੀ ਪਤਾ ਵੀ ਜੇ ਫਾਦਰ ਸਾਹਿਬ ਹੈ ਨਹੀਂ, ਉਹਨਾਂ ਦੀ ਵੀ ਡੈਥ ਹੋ ਚੁੱਕੀ ਸੀਗੀ, ਅਤੇ ਕਾਲਜ ਕੂਲਜ ਦਾ ਕਦੇ ਐਵੇਂ ਕਹੀਏ ਵੀ ਨਾਮ ਹੀ ਸੁਣਿਆ, ਕਹਿੰਦਾ ਕਦੇ ਗਿਆ ਤਾਂ ਮੈਂ ਹੈ ਨਹੀਂ ਗਾ। ਪਰ ਰੱਬ ਨੇ ਇੱਕ ਲਿਖਣ ਦਾ ਹੁਨਰ ਦਿੱਤਾ ਹੋਇਆ ਸੀ, ਮੈਂ ਲਿਖ ਲੈਂਦਾ ਸੀ, ਮੈਨੂੰ ਆਉਂਦਾ ਕੀੜਾ ਕੱਢੀਏ ਕਿੱਥੇ ਯਾਰ, ਹੈ ਨਾ। ਕਿਉਂਕਿ ਯਾਰ ਬੇਲੀ ਵੀ ਜੇ ਤੁਸੀਂ ਕੰਮ ਕਰਦੇ ਹੋ, ਕੋਈ ਤਨਖਾਹ ਵੀ ਤੁਹਾਨੂੰ ਪਤਾ ਇੰਡੀਆ 'ਚ ਕੋਈ ਪਾਲੀਆਂ ਨਹੀਂ ਸੀ ਵੀ ਜੇ ਯਾਰ ਬੇਲੀ ਬਹਿੰਦੇ ਉਹ ਕਹਿੰਦੇ ਵੀ ਪੈਸੇ ਪਾਓ, ਬਹਿੰਦੇ ਆ ਦਾਰੂ ਸ਼ਾਰੂ ਆਪਾਂ ਪੀਂਦੇ ਨਹੀਂ ਗੇ, ਜੋ ਪੈਸੇ ਪਾ ਕੇ ਕਹਿੰਦੇ ਵੀ ਵਿਚਾਰ ਕਿੱਥੇ ਬੈਠੀਏ, ਹੈ ਨਾ। ਫਿਰ ਉਹਨਾਂ ਨਾਲ ਮੈਂ ਰਲਦਾ ਨਹੀਂ ਸੀਗਾ, ਚੱਲੀ ਗਿਆ ਸਬੱਬ ਜਿਹਾ ਬਣਿਆ। ਮੈਂ ਫ੍ਰੀ 'ਚ ਜਾਗੋਂ ਬਹੁਤ ਲਾਈਆਂ ਭਾਅ ਜੀ, ਜੇ ਕੋਈ ਯਾਰ ਮਿੱਤਰ ਦਾ ਵਿਆਹ ਹੁੰਦਾ ਨਾ, ਮੈਂ ਕੰਮ ਤੋਂ ਘੰਟਾ ਕੁ ਪਹਿਲਾਂ ਛੁੱਟੀ ਲੈ ਲੈਂਦਾ, ਮੈਂ ਕਿਹਾ ਮੈਂ ਆਊਂਗਾ ਬਸ। ਮੈਂ ਤਾਂ 5 ਕੁ ਬੋਲੀਆਂ ਪਾਉਂਦਾ, 6ਵੀਂ ਬੋਲੀ 'ਚ ਮੇਰਾ ਗਲਾ ਖਰਾਬ ਹੋ ਜਾਂਦਾ। ਹਾਂਜੀ, ਠੀਕ ਹੈ ਜੀ। ਮੈਂ ਆਪਦਾ ਕੀੜਾ ਕੱਢ ਕੇ ਮੈਂ 2 ਦਿਨ ਮੇਰੇ ਮਨ ਨੂੰ ਇੰਨੀ ਤਸੱਲੀ ਮਿਲੀ, ਮੈਂ ਬੋਲੀਆਂ ਪਾ ਆਇਆ। ਅਗਲੇ ਦੀ ਮੂਵੀ 'ਚ ਆ ਗਿਆ, ਅਗਲਾ ਜੇ ਮੂਵੀ ਦੇਖਦਾ ਸੀ ਅਗਲਾ ਕਹਿੰਦਾ ਆਹ ਮੁੰਡਾ ਠੀਕ ਸੀ, ਉਹ ਜਿਹੜਾ ਬੋਲੀਆਂ ਪਾ ਕੇ ਗਿਆ ਸੀ। ਉਹਨਾਂ 'ਚ ਫ੍ਰੀ 'ਚ ਉਹਨੂੰ ਕੋਈ ਪੈਸੇ ਮਿਲ ਜਾਂਦੇ ਸੀਗੇ, ਕੋਈ ਕੰਮ ਤੋਂ ਆਉਂਦਾ ਕੋਈ ਬਰਾਤ ਗਲੀ 'ਚੋਂ ਮਿਲ ਜਾਂਦੀ ਜਾਂ ਵੈਸੇ ਵਿੱਚ ਵੜ ਜਾਂਦਾ। ਮੈਂ ਬਹੁਤ ਭਾਅ ਜੀ, ਜਿਹੜੇ ਲੋਕ ਮੈਨੂੰ ਜਾਣਦੇ ਵੀ ਨਾ, ਹੁਣ ਜੇ ਇੰਸਟਾਗ੍ਰਾਮ 'ਤੇ ਖੈਰ ਮੈਨੂੰ ਦੇਖਦੇ ਹੋਣਗੇ, ਬਿਨਾਂ ਬੁਲਾਏ ਵੀ ਬੋਲੀਆਂ ਪਾਈਆਂ ਹੋਈਆਂ ਨੇ। ਮੈਂ ਕੰਮ ਤੋਂ ਮੇਰਾ ਮੂੰਹ ਆਇਆ ਹੁੰਦਾ ਵੀ ਯਾਰ ਵੀ ਮੈਂ ਕੰਮ, ਕਿਉਂਕਿ ਮੇਰੀ ਰੂਹ, ਮੇਰਾ ਸਰੀਰ ਕੰਮ 'ਤੇ ਵਗ ਜਾਂਦਾ ਸੀ, ਰੂਹ ਮੇਰੀ ਇੱਧਰ ਹੀ ਹੁੰਦੀ, ਮੈਂ ਕਿਵੇਂ ਕਰਾਂ, ਕੀ ਕਰਾਂ, ਕੀ ਕਰਾਂ। ਮੈਂ ਇੱਕ ਵਾਰੀ ਰਾਤ ਨੂੰ 10 ਵਜੇ ਦੀ ਗੱਲ, ਮੈਂ ਕੰਮ ਤੋਂ ਆ ਰਿਹਾ ਸੀ, ਗਲੀ 'ਚ ਜਾਗੋ ਲੈ ਕੇ ਆਈ ਸੀ, ਮੈਂ 3-4 ਪਾਈਆਂ ਬੋਲੀਆਂ, ਆਪਦਾ ਮਨ ਹੌਲਾ ਕੀਤਾ, ਉਹ ਬਾਅਦ 'ਚ ਭਾਲਦੇ ਫਿਰ ਨੂੰ ਗਿਆ ਕਿਤੇ। ਤੁਸੀਂ ਨਹੀਂ ਕੀਤਾ ਕੁਛ ਇਹੋ ਜਿਹਾ ਕੰਮ? ਮੈਂ ਤੁਹਾਨੂੰ, ਮੈਂ ਗਿਆ ਭਾਅ ਜੀ, ਜਦੋਂ ਹੁੰਦਾ ਮੇਰਾ, ਮੈਂ 2016 'ਚ ਲੱਗਿਆ ਸੀ ਇਸ ਲਾਈਨ 'ਚ, ਭੰਗੜੇ ਦਾ ਕੀੜਾ ਪਹਿਲਾਂ ਹੀ ਸੀ ਬਾਈ ਨਾ, ਮੈਨੂੰ ਸ਼ੌਂਕ ਆ ਮੈਨੂੰ ਭੰਗੜੇ ਦਾ। ਮੈਂ ਚਮਟਾ ਕਹਿੰਦੇ, ਮੈਂ ਚਮਟਾ ਪਲੇ ਕਰਦਾ ਜੀ। ਮੈਨੂੰ ਮੇਰਾ ਭਰਾ ਹੈਗਾ ਪੰਜਾਬ ਪੁਲਿਸ 'ਚ, ਅੱਗੇ ਵੀ ਸਾਡੀ ਗੱਲ ਚੱਲ ਪੈਂਦੀ ਹੈ ਵੀਰੇ ਦਾ, ਉਹਨੇ ਕਹਿੰਦਾ ਤੂੰ ਗਾਇਆ ਕਰ, ਤੂੰ ਇੱਧਰ ਆ। ਮੈਂ ਫਿਰ ਕਹਾਂ ਤੂੰ ਹੈਗਾ ਮੈਨੂੰ ਨੱਚਣ ਦੇ। ਜਿੱਦਾਂ ਮੈਨੂੰ ਹੁੰਦਾ ਸੀ ਪਿੱਛੇ ਭਾਅ ਜੀ ਦਾ ਗਾਣਾ ਸੀ ਬਲਕਾਰ ਸਿੱਧੂ ਦਾ, ਤੂੰ ਨਹੀਂ ਉਹ ਮਾੜਾ ਤੇਰੀ ਪੀਣੀ ਮਾੜੀ ਹੈ, ਉਹਦੇ 'ਚ ਸੀ ਉਸਤਾਦ ਜੀ ਅਰਗੇ ਸਾਰੇ ਸੀ ਸਾਡੇ ਗੁਰਦੁਆਰੇ ਦਿੱਤਾ ਉਸਤਾਦ ਜੀ ਨਾਲ, ਆਪਣੇ ਜਿਨ੍ਹਾਂ ਨੇ ਕੀਤਾ ਮਤਲਬ ਗਿੱਧਾ ਸ਼ੁਰੂ, ਅਸੀਂ ਉਹਨਾਂ ਨਾਲ ਜਾਂਦੇ ਹੁੰਦੇ ਸੀ ਮੈਂ ਨਾਲ। ਉੱਦਾਂ ਪਹਿਲਾਂ ਦੀ ਪੇਮੈਂਟ, ਮੈਂ ਪੇਮੈਂਟ 'ਤੇ ਨਹੀਂ ਜਾਂਦਾ ਹੁੰਦੀ, ਮੈਨੂੰ ਜੇ ਪਹਿਲਾਂ ਕਹਿ ਦਿੰਦੇ ਵੀ ਚੱਲਣਾ, ਮੈਂ ਕਹਿੰਦਾ ਚੱਲੋ ਯਾਰ। ਫਿਰ ਕਹਿੰਦੇ ਹੁੰਦੇ ਨਾ ਹੌਲੀ ਹੌਲੀ ਜਦੋਂ ਪੜਾ ਜਾਂਦਾ, ਫਿਰ ਹਰੇਕ ਚੀਜ਼ ਦੀ ਮਨਿਆਦ ਵੱਧਦੀ ਜਾਂਦੀ ਆ, ਪਤਾ ਲੱਗਣ ਲੱਗ ਵੀ ਆਉਂਦੀ ਆ, ਜੇਬ ਖਰਚਾ ਚੱਲਣ ਲੱਗ ਜਾਂਦਾ ਜੀ, ਫਿਰ ਉਹ ਜਿਹੀ ਚੀਜ਼ ਹੋ ਜਾਂਦੀ ਆ। ਇੱਥੇ UK 'ਚ ਆ ਕੇ ਵੀ ਮੈਂ ਫੋਨ ਲਾਇਆ ਢੋਲੀ ਵੀਰ ਆਪਣਾ, ਤੁਸੀਂ ਸੁਣਿਆ ਹੋ ਬੱਬੂ ਚੰਦਰ ਮੁੰਡਾ ਗਾਉਂਦਾ, ਉਹ ਵੀਰੇ ਨਾਲ ਰਾਬਤਾ ਹੋਇਆ ਮੇਰਾ, ਜੋ ਫੋਨ ਲਾਇਆ ਮੈਂ ਵੀਰੇ ਐਂ ਕਰਕੇ ਆ, ਉਹ ਬੰਦਾ ਵੀ ਆਪਣੇ ਨਾਲ ਦੀ ਆ, ਲੱਠਾ ਹੀ ਆ, ਕਹਿੰਦਾ ਯਾਰ ਆਪਾਂ ਨੂੰ ਪੈਸੇ ਤਾਂ ਦੇਣੇ ਨਹੀਂ ਉਹਨਾਂ ਨੇ। ਮੈਂ ਕੋਈ ਨਹੀਂ, ਬਾਈ ਵਾਲੀ ਗੱਲ ਵੀ ਕੀੜਾ ਸੀ, ਮੈਨੂੰ ਆਏ ਸੀ ਵੀਰੇ ਅਰਗੇ ਇੰਡੀਆ ਸੀਗੇ ਉਦੋਂ, ਲਾ ਕੇ ਟੂਰੇ ਮੁੜ ਗਏ ਸੀ, ਅਤੇ ਫਿਰ ਮੌਕਾ ਸਾਂਭਣ ਲਈ ਬੰਦਾ ਹੈਗਾ ਇੱਥੇ। ਅਤੇ ਜਦੋਂ ਜਾ ਰਿਹਾ ਮੈਂ ਉਹਨੂੰ ਲਾਇਆ ਫੋਨ, ਪਹਿਲਾਂ ਹੀ ਮੈਰਿਜ ਇੱਥੇ ਮੈਂ ਲਾਈ ਸੀ ਪਾਕਿਸਤਾਨੀਆਂ ਦੀ, ਉਹਨਾਂ ਨੇ ਉਹਨੂੰ ਕਿਹਾ, ਕਹਿੰਦੇ ਯਾਰ ਜਿਹੜਾ ਮੁੰਡਾ ਪਹਿਲਾਂ ਲਿਆਇਆ ਸੀ ਤੂੰ, ਦੋ ਲੰਬਾ ਵਿਆਹ ਚੱਲਦਾ ਇਹਨਾਂ ਦੇ, ਕਹਿੰਦਾ ਪਹਿਲਾਂ ਲਾਈ ਉਹਨੇ ਬੋਲੀਆਂ ਨਹੀਂ, ਕਹਿੰਦਾ ਵਧੀਆ ਪਾਈਆਂ ਯਾਰ,
ਮੇਰਾ ਵੀ ਮਨ ਜਿਹਾ ਹੋਇਆ, ਮੈਂ ਕਿਹਾ ਪਹਿਲਾਂ ਹੀ ਇੱਦਾਂ ਦੇ ਕਹੀ ਜਾਂਦੇ ਆ ਬੰਦੇ ਦਾ ਜਾਂਦਾ ਹੀ ਥੋੜ੍ਹਾ ਮਨ ਜਿਹਾ ਟਾਲਦਾ, ਮੈਂ ਪਾਇਆ ਬਾਬੇ ਦੀ ਕਿਰਪਾ ਨਾਲ ਸਾਨੂੰ ਵਧੀਆ ਉੱਤੋਂ ਰੁਪਈਆ ਮੈਨੂੰ ਹੱਸ ਕੇ ਦਿੱਤੇ ਵੀ ਮੈਂ ਮਿੱਥ ਕੇ ਨਹੀਂ ਗਿਆ ਸੀ। ਮੈਂ ਅਸੀਂ ਅੱਗੇ ਮੈਂ ਅਤੇ ਬਾਈ ਜਾਂਦੇ ਹੁੰਦੇ ਹਾਂ ਦੋਨਿਆਂ ਨੇ ਮੇਲੇ ਵਾਲੀ ਗੱਲ ਬਾਈ ਸਟੋਰੀ ਆ ਗਈ ਹੋਈ, ਉਹ ਵੀ ਦੱਸਾਂਗੇ ਬਾਈ ਨੂੰ ਗੱਲ ਅਤੇ ਅਸੀਂ ਮਿੱਥ ਕੇ ਨਹੀਂ ਕਦੇ ਗਏ ਨਾ, ਇਹ ਚੀਜ਼ ਲੋੜ ਹੈਗੀ ਆ, ਪਰ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਆਪਾਂ ਜੇ ਪੈਸੇ ਵੱਲ ਜਾਣ ਲੱਗ ਗਏ ਤਾਂ ਆਪਣਾ ਇਹ ਘੱਟਦਾ ਜਾਂਦਾ ਜੀ। ਜੀ 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 ਵੀ ਦੋਨੇ ਬਰੋਬਰ ਜੇ ਤੇ ਰੱਖੋ ਵੀ ਹਾਂ ਇੱਕੋ ਚੀਜ਼ ਚੱਲੀ ਜਾਵੇ ਵੀ ਦੋਨਾਂ ਨੂੰ ਚੀਜ਼ ਪਹਿਲ ਦੇਵੇ, ਮੇਰੀ ਸੋਚ ਇਹ ਆ ਵੀ ਆਪਾਂ ਚੱਲੀਏ ਵੀ ਜ਼ਰੂਰੀ ਨਹੀਂ ਨਾ ਪੈਸੇ ਨੂੰ ਵੱਧ ਨਾ ਦਿਉ ਪਹਿਲ, ਜਿੱਥੇ ਸਾਡੀ ਗੱਲ ਜਿੱਥੇ ਹੁਣ ਮੇਰੇ ਨਾਲ ਵਰਿੰਦਰ ਬਾਈ ਬੈਠਾ ਇੱਥੇ ਪੈਸੇ ਨੇ ਹੋਊਗਾ ਪਰ ਇਹ ਪਿਆਰ ਨਹੀਂ ਮੈਨੂੰ ਮਿਲਣਾ ਜਿੰਨਾ ਬਾਈ ਦੇ ਰਿਹਾ ਮੈਨੂੰ ਅੱਜ ਦੇ ਰਿਹਾ, ਜਾਂ ਹੁਣ ਤਾਂ ਕਹਿੰਦਾ ਵੀ ਮੇਰਾ ਛੋਟਾ ਭਰਾ ਵਿਕਰਮ ਨਾਲ ਆ ਮੇਰੇ, ਅਤੇ ਜੇ ਕਿਤੇ ਮੈਂ ਪੈਸੇ ਜਾਂ ਇਹ ਚੀਜ਼ ਉਹ ਹੋ ਜੇ ਫਿਰ ਉਹ ਪੈਸਾ ਰਹੂਗਾ ਨਾਲ ਪਰ ਭਰਾ ਨਹੀਂ ਨਾ ਰਹਿੰਦੇ, ਭਰਾ ਪਿੱਛੇ ਹੋਣ ਲੱਗ ਗਏ। ਬਿਲਕੁਲ, ਜ਼ਿਆਦਾਤਰ ਰਿਲੇਸ਼ਨ ਤੁਸੀਂ ਹੁਣ ਤਾਂ ਇਹ ਤੁਸੀਂ ਇੱਥੇ ਰਹਿੰਦੇ ਹੋ ਵਰਿੰਦਰ ਵੀਰਾ ਤਾਂ ਚਲੋ ਆਇਆ ਹੈ ਵੀ ਮਾਹੌਲ ਤੁਸੀਂ ਦਿਖਾ ਹੀ ਦਿੱਤਾ ਹੋਣਾ ਇੱਥੋਂ ਦਾ ਕਿ ਹਰ ਇੱਕ ਬੰਦਾ ਇੱਕ ਕੰਟਰੀ, ਮੈਂ ਨਾ ਕਈ ਵਾਰੀ ਨਾ ਬੜੇ ਲੋਕ ਕਹਿੰਦੇ ਹੁੰਦੇ ਕਿ ਯਾਰ ਭਾਜੀ ਯਾਰ ਇਹ ਬੰਦਾ ਪੈਸੇ ਦਾ ਪੀਰ ਆ ਯਾਰ ਪੈਸੇ ਨਾ ਵਰਤਦਾ, ਇਹ ਬੰਦੇ ਆਏ ਭਗਤ ਨਹੀਂ ਕਰਦੇ ਇੱਥੇ ਲੋਕਾਂ ਦੀ, ਮੈਂ ਕਿਹਾ ਤੁਸੀਂ ਇਹ ਦੱਸੋ ਕਿ ਤੁਸੀਂ ਆਪਾਂ ਕਿੱਥੋਂ ਆਏ ਹਾਂ ਪੰਜਾਬ 'ਚੋਂ, ਮੈਂ ਕਿਹਾ ਆਪਾਂ ਇੱਥੇ ਆ ਕੇ ਪੰਜਾਬ ਨਹੀਂ ਹੈ ਮਤਲਬ ਕਿ ਪੰਜਾਬ ਐਕਸਪੈਕਟ ਨਹੀਂ ਕਰ ਸਕਦੇ ਕਿਸੇ ਤੋਂ ਵੀ, ਆਪਾਂ ਨੂੰ ਇਹ ਸਮਝਣਾ ਪੈਣਾ ਕਿ ਜਿਹੜੇ ਕਲਚਰ 'ਚ ਅਸੀਂ ਆਏ ਹਾਂ ਉਸ ਕਲਚਰ ਦੇ ਹੋ ਗਏ ਨੇ ਬੰਦੇ, ਉਹਨਾਂ ਦਾ ਕਸੂਰ ਨਹੀਂ ਹੈ, ਉਹ ਕਲਚਰ ਦੇ ਹੋ ਗਏ ਨੇ, ਅਸੀਂ ਨਵੇਂ ਆਏ ਹਾਂ ਅਸੀਂ ਉੱਧਰ ਦੇ ਕਲਚਰ ਨਾਲ ਜੁੜੇ ਹੋਏ ਹਾਂ, ਸਾਨੂੰ ਪ੍ਰਾਹੁਣਚਾਰੀ ਸਾਥ ਦੇਣਾ ਕਿਸੇ ਦਾ ਇਹ ਬੜਾ ਵਧੀਆ ਲੱਗਦਾ, ਪਰ ਜਿਹੜੇ ਇੱਥੋਂ ਦੇ ਲੋਕ ਨੇ ਉਹਨਾਂ ਲਈ ਪੈਸਾ, ਉਹਨਾਂ ਦਾ ਸਿਸਟਮ ਹੀ ਇੱਦਾਂ ਦਾ ਬਣ ਗਿਆ ਹੋਇਆ ਕਿ ਉਹਨਾਂ ਲਈ ਪੈਸਾ, ਹੁਣ ਤੁਸੀਂ ਮੈਂ ਤੁਹਾਨੂੰ ਦੱਸਦਾ ਕਿਸੇ ਗੋਰੇ ਨੂੰ ਤੁਸੀਂ ਫ੍ਰੀ ਫੂਡ ਵੀ ਜੇ ਗੁਰਦੁਆਰਾ ਸਾਹਿਬ ਖਾਂਦੇ ਨੇ ਨਾ ਤਾਂ ਉਹਨਾਂ ਲਈ ਬਹੁਤ ਵੱਡੀ ਗੱਲ ਆ, ਆਪਣੇ ਲਈ ਨੋਰਮਲ ਆ, ਹਾਂਜੀ ਆਪਣੇ ਲਈ ਨੋਰਮਲ ਹੈ ਕਿ ਸਾਨੂੰ ਸ਼ੁਰੂ ਤੋਂ ਮਿਲਿਆ ਹੋਇਆ ਕਿ ਗੁਰੂ ਘਰ 'ਚ ਸੇਵਾ ਕਰੋ ਅਤੇ ਲੰਗਰ ਛਕਣ ਨੂੰ ਮਿਲਦਾ ਫ੍ਰੀ ਮਿਲਦਾ, ਕਦੀ ਆਪਾਂ ਨੂੰ ਆਪਾਂ ਲੰਗਰ ਲਾਏ ਵੀ ਆ ਬਾਬੇ ਨਾਨਕ ਦਾ ਲੰਗਰ ਕਦੀ, ਹਾਂ ਛਕਣਾ, ਪਰ ਇਹਨਾਂ ਲਈ ਬਹੁਤ ਵੱਡੀ ਗੱਲ ਹੈ ਕਿ ਕੋਈ ਕਿਸੇ ਨੂੰ ਫ੍ਰੀ ਫੂਡ ਖਵਾਉਂਦਾ, ਕੰਟਰੀਬਿਊਸ਼ਨ ਇਹਨਾਂ ਤੋਂ ਆਈ ਜਦੋਂ ਜਾਣਾ ਜਿੰਨੇ ਖਾਧਾ ਉਹਦੇ 'ਚ ਪੈਸੇ ਦੇਣੇ ਹੈ ਨਾ, ਇਹ ਚੀਜ਼ਾਂ ਵੰਡ ਕੇ ਦੇਣੇ, ਇਹ ਇਹਨਾਂ ਦਾ ਕਲਚਰ ਹੈ ਜਿਹੜਾ ਹੁਣ ਅਸੀਂ ਉੱਥੇ ਅਡੋਪਟ ਕਰ ਰਹੇ ਹਾਂ ਕਿ ਹਾਂ ਵੀ ਵੰਡ ਕੇ ਪੈਸੇ ਲਿਆਓ, ਤੁਸੀਂ ਕਹਿੰਦੇ ਪੈਸੇ ਪਾਓ ਅਤੇ ਉਹ ਅਸੀਂ ਉੱਥੇ ਅਡੋਪਟ ਕਰ ਰਹੇ ਹਾਂ, ਪਰ ਇੱਥੋਂ ਦਾ ਇਹਨਾਂ ਦਾ ਕਲਚਰ ਇੱਦਾਂ ਦਾ ਹੀ ਹੈ ਕਿ ਜਿੰਨੇ ਜੋ ਖਾਧਾ ਉਹਨੂੰ ਪੈਸੇ ਦੇਵੇ, ਕਿਸੇ ਗੋਰੇ ਨੂੰ ਤੁਸੀਂ 10 ਪਾਉਂਡ ਦਿਓ ਉਹਨੇ ਐਂ ਲੱਗਣਾ ਪਤਾ ਨਹੀਂ ਮੈਨੂੰ ਕੀ ਦੇ ਦਿੱਤਾ ਇਹਨੇ, ਉਹਦੇ ਲਈ ਬਹੁਤ ਵੱਡੀ ਚੀਜ਼ ਹੈ, ਆਪਣੇ ਕਿਸੇ ਨੂੰ ਬੜਾਵਾ ਨਹੀਂ ਕਹਿਣਾ ਕੋਈ ਨਹੀਂ ਭਰਾਵਾ ਠੀਕ ਹੈ ਥੈਂਕ ਯੂ ਤੇਰਾ ਹਰਕਾ ਭਾਅ ਜੀ ਜਾਇਆ ਜਾਇਆ ਵੀਰਾ ਜੱਗੀ ਵੀਰਾ ਸਹੇਲੀ ਦਾ ਫੋਨ ਆਇਆ ਉਹਨਾਂ ਦਾ ਇਹ ਸਹੇਲੀਆਂ ਹੈ ਨਹੀਂ ਇਹਦੀਆਂ ਹੈ ਇਹਦੀ ਸਹੇਲੀ ਹੈ ਨਹੀਂ ਨਾ ਇਹ ਸਹੇਲੀਆਂ ਇਹਦੇ ਮੌਕੇ ਤੇ ਬਣਾਉਂਦਾ ਛੱਡ ਦਿੰਦਾ ਵਧੀਆ ਪੱਕੀ ਵੀ ਰੱਖੀ ਨੇ ਜਿੰਨਾ ਕਿ ਸੋਹਣਾ ਲੱਗਦਾ ਹੈ ਨਹੀਂ ਸੋਹਣਾ ਮੁੰਡਾ ਭਾਜੀ ਸਹੇਲੀ ਦਾ ਹੋਣੀ ਚਾਹੀਦੀ ਆ ਨਹੀਂ ਨਹੀਂ ਸਹੇਲੀਆਂ ਹੀ ਬਣਾਉਂਦਾ ਛੱਡ ਦਿੰਦਾ ਨਾ ਇਹ ਪਹਿਲਾਂ ਇਹਨੂੰ ਨਾ ਇਹਨੂੰ ਅਸੀਂ ਇੱਥੇ ਲਿਆਂਦਾ ਇਹਦੀ ਵੀ ਗੱਲ ਚਲੋ ਕਰ ਹੀ ਲੈਂਦੇ ਇਹਨੂੰ ਅਸੀਂ ਇੱਥੇ ਲਿਆਂਦਾ ਹੁਣ ਇਹ ਗਾਉਂਦਾ ਬਹੁਤ ਸੋਹਣਾ ਹੈ ਇਹਦਾ ਗਾਣਾ ਆਉਣ ਵਾਲਾ ਥੋੜ੍ਹੇ ਦਿਨਾਂ 'ਚ ਅਸੀਂ ਸ਼ੂਟ ਕੀਤਾ ਹੋਇਆ ਰਿਲੀਜ਼ ਕਰਨਾ ਅਤੇ ਇਹ ਗਾਉਂਦਾ ਬਹੁਤ ਸੋਹਣਾ ਅਤੇ ਇਹ ਇਹਨੂੰ ਮੈਂ ਪੁੱਛਿਆ ਪਰ ਇਹਨੂੰ ਆਪਣੀ ਪੱਬ ਦੀ ਜੋਬ ਯਾਦ ਆਉਂਦੀ ਜ਼ਿਆਦਾ ਅੱਛਾ ਇਹ ਪੱਬ 'ਚ ਕੰਮ ਕਰਦਾ ਸੀ ਉੱਥੇ ਗੋਰੀਆਂ ਇਹਨੂੰ ਆ ਕੇ ਮਿਲਦੀਆਂ ਸੀ ਹੈ ਨਾ ਕਹਿੰਦਾ ਹਰੇਕ ਗੋਰੀਆਂ ਨਾਲ ਯਾਰੀ ਸੀ ਇੱਥੇ ਆ ਕੇ ਵਿਚਾਰਾ ਬੁੰਦ ਲੈ ਨਹੀਂ ਕਹਿੰਦਾ ਮੈਨੂੰ ਪੱਬ ਵਾਲੀ ਜੋਬ ਵੀ ਵਧੀਆ ਮੈਂ ਕਿਹਾ ਖੜ ਜਾ ਤੂੰ ਉਹ ਤਾਂ ਬਦਲਾ ਹੀ ਲੈਂਦਾ ਸੀ ਇਹ ਉੱਥੇ ਬਦਲਾ ਆਪਣਾ ਗੁਣ ਚੂਸਿਆ ਨਾ ਅੰਗਰੇਜ਼ਾਂ ਨੇ ਉਹੀ ਹਿਸਾਬ
ਚਲੋ ਆਪਾਂ ਆਪਣੀ ਗੱਲ ਕੰਟੀਨਿਊ ਕਰਦੇ ਹਾਂ। ਕਿੱਥੇ ਸੀ ਆਪਾਂ, ਇੱਕ ਤਾਂ ਭੁੱਲ ਜਾਂਦਾ ਵਿੱਚੋਂ ਬੰਦਾ ਫਲੋ। ਹਾਂਜੀ ਚਲੋ ਲੰਗਰ ਤੇ ਸੀ, ਦੇਖੋ ਕਿੱਧਰੋਂ ਕਿੱਧਰੋਂ ਦੇ ਕਿੱਧਰ ਪਹੁੰਚ ਗਏ ਆਪਾਂ। ਮਾਈਂਡ ਭਾਜੀ ਆਪਣਾ ਮਾਈਂਡ ਪੰਜਾਬੀ ਦਾ ਇੱਦਾਂ ਦਾ ਹੀ ਆ। ਮੈਂ ਬਾਹਲੀ ਵਾਰੀ ਦੇਖੀਏ ਗੱਲ, ਆਪਾਂ ਜਦੋਂ ਡਬਲ ਮੀਨਿੰਗ ਗੱਲ ਹੁੰਦੀ ਆ ਉੱਧਰ ਬਾਹਲੀ ਛੇਤੀ ਭਾਲਦੇ ਆ। ਬਿਲਕੁਲ ਬਿਲਕੁਲ, ਆਪਣੇ ਪੰਜਾਬ ਦੇ ਹੀ ਆਇਆ, ਫੋਨ ਲਾ ਲਈ ਉਹ ਤੁਹਾਨੂੰ ਉਹਦੇ ਪੁੱਛੀ ਤਾਂ ਜਾਂਦਾ ਸੀ ਵੀਰੇ ਨੂੰ ਕਾਲ, ਕਹਿੰਦਾ ਬਦਲਾ ਲੈ ਲਿਆ। ਹਾਂ ਉਹਦੇ ਮੈਂ ਕਿਹਾ ਮੈਨੂੰ ਨੀ ਭਾਜੀ, ਮੈਨੂੰ ਵੀ ਹੁਣੀ ਸ਼ਬਦ ਦਾ ਪਤਾ ਲੱਗਿਆ, ਬਦਲਾ ਹੁਣੀ ਪਤਾ ਲੱਗਿਆ ਵੀ ਉਹ ਕਹਿੰਦਾ ਬਦਲਾ ਲੈ ਲਿਆ। ਮੈਂ ਕਿਹਾ ਮੈਨੂੰ ਕਿਹੜਾ ਕਿਸੇ ਨੇ ਕੁਛ ਕਿਹਾ, ਤੂੰ ਗੋਰਿਆਂ ਤੋਂ ਬਦਲਾ ਨਹੀਂ ਲਿੱਤਾ। ਮੈਂ ਕਿਹਾ ਜ਼ਰੂਰ ਦੱਸੇ ਦੱਸੇ, ਫਿਲਮ ਯਾਦ ਆਉਂਦੀ ਨਾ ਸਾਰਿਆਂ ਨੂੰ, ਗੋਰਿਆਂ ਨੂੰ ਦਫ਼ਾ ਕਰੋ ਅਮਰਿੰਦਰ ਭਾਜੀ, ਦੇਖ ਲਓ ਤੁਸੀਂ ਕੀ ਕੁਛ ਸਿਖਾ ਗਏ ਹੋ। ਅੱਛਾ ਬੜਾ ਕੁਛ ਹੁੰਦਾ ਭਾਜੀ, ਜਿਵੇਂ ਦੋ ਨੰਬਰ ਬੰਦੇ ਨੂੰ ਫੌਜੀ ਕਹਿੰਦੇ ਨੇ ਇੱਥੇ, ਹੈ ਨਾ ਇੱਦਾਂ ਦਾ ਕੁਛ, ਫਰੈਸ਼ੀ ਫੌਜੀ ਨਵੇਂ ਨੂੰ ਫਰੈਸ਼ੀ। ਅੱਛਾ ਮੈਨੂੰ ਫੌਜੀ ਵਾਲਾ ਆਹ ਸਭ ਜਮਾ ਹੁਣ ਸੁਣਿਆ, ਫਰੈਸ਼ੀ ਕਹਿੰਦੇ ਹਾਂ ਅਤੇ ਫੌਜੀ ਹੋ ਗਿਆ, ਇਹਨਾਂ ਦੀ ਵੀ ਬੋਲੀ ਲਿਖੀ ਆ। ਜੇ ਮੈਨੂੰ ਮਿਲ ਡੌਂਕੀ ਵਾਲੇ ਬੰਦੇ ਮਿਲਦੇ ਆ, ਦੋ ਨੰਬਰ 'ਤੇ ਰਹਿਣਾ ਬੋਲੀ ਬੰਦੇ ਮਿਲਦੇ ਜਦੋਂ, ਇਹਨਾਂ 'ਤੇ ਵੀ ਬੋਲੀ ਲਿਖੀ ਹੈ, ਉਹ ਵੀ ਬਣਾਉਣ ਵੀਡੀਓ ਪਾਉਣੀ ਆ ਮੈਂ। ਅਤੇ ਨਹੀਂ ਅਸੀਂ ਪਾ ਹੀ ਲੈਂਦੇ ਹਾਂ ਅੱਜ ਫੌਜੀਆਂ ਵਾਲੀ ਬੋਲੀ ਹੀ ਪਾ ਲਿਆ। ਆਹ ਪਹਿਲਾਂ ਬੋਲੀ ਤਾਂ, ਬੋਲੀ ਵੀ ਤਾਂ ਸੁਣ ਲਈਏ ਆਪਾਂ, ਕੋਈ ਨਾ ਕੋਈ ਬੋਲੀ ਫਿਰ ਸੁਣਾਓ ਅੱਜ, ਫਿਰ ਆਪਾਂ ਫਿਰ ਅੱਗੇ ਕੰਟੀਨਿਊ। ਹਾਂਜੀ ਹਾਂਜੀ ਭਾਅ ਜੀ, ਤੁਹਾਨੂੰ ਯੂਕੇ ਵਾਲੀ, ਯੂਕੇ ਸਟਾਈਲ ਦੀ ਬੋਲੀ ਸੁਣਾਉਂਦੇ ਆ ਜਿੱਦਾਂ ਜਿਹੜੇ ਬੰਦੇ ਯੂਕੇ ਆਉਂਦੇ ਨੇ, ਹੈ ਨਾ। ਫੌਜੀ ਵਾਲੀ ਬੋਲੀ ਸੁਣਨਾ, ਆਪਣੀ ਫੌਜੀ ਵਾਲੀ ਗੱਲ ਚੱਲੀ ਜਾਂਦੀ, ਫੌਜੀ ਵਾਲੀ ਸੁਣਾਉਣਾ, ਫੌਜੀ ਵਾਲੀ ਸੁਣਾ। ਹਾਂਜੀ ਇੱਕ ਨੰਬਰ ਵਿੱਚ ਆਏ ਸੀ ਨੀ, ਦੋ ਨੰਬਰ ਹੀ ਹੁਣ ਹੋ ਗਏ। ਇੱਕ ਨੰਬਰ ਵਿੱਚ ਆਏ ਸੀ ਨੀ, ਦੋ ਨੰਬਰ ਹੁਣ ਹੋ ਗਏ। ਡੌਂਕੀ ਵਾਲੇ ਯਾਰ ਕਿ ਸਾਡੇ, ਬੱਲੇ 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 ਬੱਲੇ। ਡੌਂਕੀ ਵਾਲੇ ਯਾਰ ਕਿ ਸਾਡੇ, ਇੱਥੇ ਪੱਕੇ ਹੋ ਗਏ। ਉਹ ਤੂੰ ਕਹਿੰਦੀ ਕੰਪਲੇਂਟ ਕਰੇਗੀ, ਤੂੰ ਕਹਿੰਦੀ ਕੰਪਲੇਂਟ ਕਰੇਗੀ। ਹੁਕਮ ਤੇ ਚੋਚੋ ਜੂ ਸਾਰੇ ਮੁਰਗੇ ਨੀ, ਯੂਕੇ ਖਾਲੀ ਹੋ ਜੂ ਸਾਰੇ ਮੁਰਗੇ ਨੀ, ਹੋ ਯੂਕੇ ਖਾਲੀ ਹੋ ਜੂ ਸਾਰੇ ਮੁਰਗੇ ਨੀ, ਯੂਕੇ ਖਾਲੀ ਹੋ ਜੂ ਸਾਰੇ ਮੁਰਗੇ ਨੀ। ਵਿੱਚ ਪੰਜਾਬ ਤੇ ਰਹਿੰਦੀ ਸੀ ਤੂੰ, ਹੁੰਦੀ ਸਿੱਧੀ ਸਾਦੀ, ਉਹ ਕਿਹੜੀ ਪੀਤ ਨੂੰ ਲੈ ਕੇ ਦੇਤੀ, ਉਹੀ ਪੀਤ ਤੂੰ ਖਾਦੀ। ਇੱਥੇ ਆ ਕੇ ਰੰਗ ਬਦਲ ਗਈ, ਬੋਚ ਬੋਚ ਪੰਪ ਧਰਦੀ, ਯੂਕੇ ਆ ਕੇ ਤਾਂ ਬਾਹਲੇ ਨਖਰੇ ਕਰਦੀ, ਯੂਕੇ ਆ ਕੇ ਤਾਂ ਬਾਹਲੇ ਨਖਰੇ ਕਰਦੀ, ਯੂਕੇ ਆ ਕੇ ਤਾਂ ਹੋਏ। ਆਹ ਕਿਆ ਬਾਤ ਹੈ, ਇਹ ਨਖਰੇ ਵਾਲੀ ਗੱਲ ਤੁਸੀਂ ਸੱਚੀ ਕਰਤੀ ਹੈ, ਕਿਉਂਕਿ ਇੱਥੇ ਨਾ ਸੁਭਾਅ ਬਹੁਤ ਬਦਲ ਜਾਂਦਾ, ਤੁਸੀਂ ਦੇਖੋਗੇ ਬਦੋ ਬਦੀ। ਹੁਣ ਮੰਨ ਲਓ ਅਸੀਂ ਚੰਡੀਗੜ੍ਹ ਤੋਂ ਆਇਆ, ਮੈਂ ਚੰਡੀਗੜ੍ਹ ਰਹਿੰਦਾ ਸੀ 7 ਸਾਲ, ਮੈਂ ਮੋਹਾਲੀ ਰਿਹਾ। ਮੈਨੂੰ ਉੱਥੇ ਦੀ ਜ਼ਿੰਦਗੀ ਅਤੇ ਇੱਥੇ ਦੀ ਜ਼ਿੰਦਗੀ 'ਚ ਜ਼ਿਆਦਾ ਡਿਫਰੈਂਸ ਨਹੀਂ ਲੱਗਦਾ, ਪਰ ਉੱਥੇ ਵੀ ਇੱਦਾਂ ਹੁੰਦਾ। ਜੇ ਤੁਸੀਂ 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 ਪੁਆਧੀ ਬੋਲਦੇ, ਮੈਨੂੰ ਲੱਗਦਾ ਤੁਸੀਂ ਉੱਧਰ ਗਏ ਹੋਵੋਗੇ, ਤੁਸੀਂ ਪੁਆਧੀ ਮਿਰਚ ਵਿੱਚ ਪੁਆਧੀ ਦੀ ਝਲਕ ਹੋਈ ਮੈਨੂੰ। ਭਾਜੀ ਮੈਨੂੰ, ਮੈਂ ਤਕਰਾ ਠੇਠ ਮਲਵਈ ਭਾਸ਼ਾ ਆਪਣੀ। ਓਕੇ, ਅਤੇ ਜਦੋਂ ਆਪਾਂ ਮੋਹਾਲੀ, ਜਦੋਂ ਕੋਈ ਨਵਾਂ ਨਵਾਂ ਆਉਂਦਾ ਨਾ, ਮੇਰੀ ਭੈਣ ਰਹਿੰਦੀ ਉੱਥੇ, ਅਤੇ ਉਹਨਾਂ ਦੇ ਗੁਆਂਢ 'ਚ ਪੀ ਜੀ 'ਚ ਕੁੜੀਆਂ ਆਈਆਂ, ਪਿੰਡੋਂ ਆਈਆਂ, ਪਿੰਡ ਵਾਲੇ ਕੱਪੜੇ ਪਾਏ, ਹੈ ਨਾ ਸਾਰਾ ਕੁਛ। ਅਤੇ ਮੈਂ, ਦੀਦੀ ਕਹਿੰਦੇ ਆਹ ਦੇਖ ਨਵੀਆਂ ਆਈਆਂ, ਮੈਂ ਵੈਸੇ ਹੀ ਸੀ ਬੈਲਕਨੀ 'ਚ ਖੜ੍ਹੇ ਸੀ, ਮੈਂ ਭੈਣ ਘਰੇ ਸੀ, ਕਹਿੰਦੇ ਆਹ ਨਵੀਆਂ ਆਈਆਂ ਨਾ, ਅਤੇ ਮੈਂ ਕਿਹਾ ਹਾਂਜੀ। ਕਹਿੰਦੇ ਬਸ 2 ਕੁ ਦਿਨਾਂ ਬਾਅਦ ਤੈਨੂੰ ਵਿਖਾਉਂਗੇ ਇਹਨਾਂ ਦੇ, ਮੈਂ ਉੱਥੇ ਹੀ ਸੀਗਾ। 2 ਦਿਨ ਬਾਅਦ ਭਾਅ ਜੀ ਉਹਨਾਂ ਦੇ ਰਿਬੋਂਡਿੰਗ ਕਰਾਈ ਪੂਰੀਆਂ ਲੱਗਣ, ਉਹ ਹੈ ਨਾ ਉੱਧਰ ਦੀਆਂ, ਅਤੇ ਫੜੀਆਂ ਜਾਂਦੀਆਂ ਬੋਲੀ ਤੋਂ। ਹਾਂ ਫੜੀਆਂ ਜਦੋਂ ਜਾਂਦੀਆਂ ਬੋਲਦੀਆਂ ਜਦੋਂ, ਉਹਦਾ ਨਹੀਂ ਪਤਾ ਕਹਿੰਦਾ ਓ ਮਾਈ ਗੋਡ ਰੇਤਾ, ਉਹ ਤਾਂ ਬੜੀ ਜਾਂਦੀ ਪਹਿਲਾਂ ਫੜੀਆਂ ਜਾਂਦੀਆਂ ਬੋਡੀ, ਮਤਲਬ ਕਿ ਬੋਲੀ ਤੋਂ। ਹੁਣ ਇੱਥੇ ਵੀ ਮੈਂ ਕਈ ਵਾਰੀ ਕਿਹਾ ਵੀ ਆ, ਮੇਰੀ ਘਰ ਦੀ ਵਿਚਾਰੀ ਕਹਿੰਦੀ ਕਹਿੰਦੀ ਤੁਸੀਂ ਕਾਹਤੋਂ ਬੋਲਦੇ ਹੋ, ਹੈ ਨਾ। ਮਤਲਬ ਮੈਂ ਪੰਜਾਬੀ ਬੰਦਾ ਆ, ਮੈਂ ਪੰਜਾਬੀ ਸਟੋਰ 'ਤੇ ਸਮਾਨ ਲੈਣ ਗਿਆ। ਹਾਂਜੀ ਉੱਥੇ ਜਾ ਕੇ ਹਾਏ ਡੂ ਯੂ ਨੀਡ ਅ ਬੈਗ, ਮੈਂ ਕਿਹਾ ਪੱਗ ਬੰਨੀ ਆ ਭੈਣੇ, ਮੈਂ ਕੁਛ ਤਾਂ ਸੋਚ ਲਾ ਕਿ ਬੰਦਾ ਸਾਹਮਣੇ ਪੰਜਾਬੀ ਆ, ਪੰਜਾਬੀ 'ਚ ਪੁੱਛ ਲਾ ਮੈਂ, ਅਤੇ ਐਕਸੈਂਟ ਵੀ ਚੇਂਜ ਕਰਨਗੀਆਂ ਐਂ ਜੇ ਕਰਕੇ ਕਿ ਹਾਂ ਜੀ ਡੂ ਯੂ ਨੀਡ ਅ ਬੈਗ।
ਮੈਂ ਤੁਹਾਨੂੰ ਦੱਸਦਾ ਜੀ, ਇਹੀ ਗੱਲ ਤੁਹਾਡੀ ਮੇਰੀ ਚੱਲ ਪਈ। ਸਾਡਾ ਕੰਮ ਕਰਦੇ ਹਾਂ ਹੁਣ ਕਈ ਵਾਰੀ, ਇੱਥੋਂ ਦੇ ਐਗਜ਼ਾਮਪਲ ਆ ਜਿਹੜੇ ਪੰਜਾਬੀ ਬੋਲ ਕੇ ਬਹੁਤ ਘੱਟ ਆ, ਤੁਸੀਂ ਨੋਟ ਕਰਿਓ, ਉਹਨਾਂ ਨੂੰ ਗੱਲ ਕਰਨ ਲੱਗ ਜਾਓ, ਨਹੀਂ ਮੈਨੂੰ ਸਮਝ ਨਹੀਂ ਆਈ, ਇੱਦਾਂ ਚੱਲੂ। ਇੱਕ ਦਿਨ ਅਸੀਂ ਚੌਲ ਹਾਸੀ ਮਜ਼ਾਕ ਕਰੀ ਜਾਂਦੇ, ਹੁਣ ਚਾਰ ਜਣੇ ਇਕੱਠੇ ਹਾਂ, ਆਪਣੇ ਪੰਜਾਬੀਆਂ ਦੇ ਕਹਿੰਦੇ ਹੁੰਦੇ ਆ ਗਾਲ ਗੁੱਝੀ ਨਾ ਰਹਿੰਦੀ, ਨੋਰਮਲ ਆ ਜੀ, ਗਾਲ ਗਾਲ ਨਿਕਲ ਗਈ ਚੌਲ ਕਰਦਿਆਂ ਤੋਂ। ਮੈਨੂੰ ਆਂਸਰ ਸੀ ਉਹਨਾਂ ਦਾ, ਬੱਲੇ ਸ਼ੇਰਾ, ਬਹੁਤ ਸੋਹਣਾ ਕੰਮ। ਮੈਂ ਫਿਰ ਆ ਕੇ ਕਿਹਾ, ਮੈਂ ਵੀ ਨਾਲ ਦੀ ਨਾਲ, ਆਪਾਂ ਵੀ ਇੱਕੋ ਜਿਹੇ ਹਾਂ, ਮੈਂ ਕਿਹਾ ਜੀ ਊਂ ਤਾਂ ਤੁਹਾਨੂੰ ਕਈ ਵਾਰੀ ਗੱਲ ਕਹਿ ਦਈਏ, ਸਤਿ ਸ਼੍ਰੀ ਅਕਾਲ ਕਹਿ ਦਈਏ, ਕਹਿੰਦੇ ਨੇ ਪੰਜਾਬੀ ਸਮਝ ਨਹੀਂ ਹੁੰਦੀ, ਆਹ ਕਿਵੇਂ ਆ ਗਈ ਸਮਝ। ਨਹੀਂ ਪਰ ਮੈਂ ਇੱਕ ਗੱਲ ਇਹ ਵੀ ਦੱਸ ਦਿੰਦਾ ਕਿ ਜਿਹੜੇ ਲੋਕ, ਇੱਕ ਨਾ ਭੈਣ ਸਾਡੀ ਜਿਹੜੀ ਵੋਲਵੋ ਰੈਂਪਟਨ ਵਾਲੇ, ਕੀ ਨਾਮ ਹੈ, ਵੋਲਵੋ ਜੱਟੀ, ਵੋਲਵੋ ਜੱਟੀ, ਤੁਸੀਂ ਵੀ ਇੰਸਟਾਗ੍ਰਾਮ 'ਤੇ ਉਹਨੇ ਦੇਖਿਆ ਭਾਅ ਜੀ, ਅਸੀਂ ਪੋਡਕਾਸਟ ਕਰਦੇ ਸੀ ਤਾਂ ਉਹਨਾਂ ਦੀ ਬੜੀ ਇੱਕ ਵਧੀਆ ਗੱਲ ਸੀ, ਉਹ ਕਹਿੰਦੇ ਕਿ ਮੇਰੇ ਬੱਚੇ ਜਦੋਂ ਪੰਜਾਬੀ ਬੋਲਦੇ ਆ ਨਾ ਤਾਂ ਉਹਨਾਂ ਦੀ ਪੰਜਾਬੀ ਕਲੀਅਰ ਨਹੀਂ, ਪਰ ਉਹ ਕੋਸ਼ਿਸ਼ ਕਰਦੇ ਆ, ਪਰ ਇੱਥੋਂ ਵਾਲੇ ਮਜ਼ਾਕ ਨਹੀਂ ਉਡਾਉਂਦੇ। ਅਤੇ ਅਸੀਂ ਜਦੋਂ ਅਸੀਂ ਅੰਗਰੇਜ਼ੀ ਬੋਲਦਾ ਕੋਈ ਗਲਤ, ਅਸੀਂ ਉਹਦਾ ਕਿੰਨਾ ਮਜ਼ਾਕ ਉਡਾਉਂਦੇ ਹਾਂ, ਹੈ ਨਾ, ਜੇ ਕੋਈ ਅੰਗਰੇਜ਼ੀ ਗਲਤ ਬੋਲੇ ਅਤੇ ਕਹਿੰਦੇ ਉਹ ਤਾਂ ਵਿਚਾਰੇ ਕੋਸ਼ਿਸ਼ ਕਰਦੇ ਆ, ਅਤੇ ਅਸੀਂ ਇੱਥੇ ਆ ਕੇ ਆਪਣਾ ਜਿਵੇਂ ਆ ਬੀਬੀਆਂ ਦੀ ਗੱਲ ਹੈ, ਹਾਈ ਨਹੀਂ ਭੈਣ ਜੀ, ਬਾਹਰ ਪੀਪਲਾਂ ਹੀ ਪੀਪਲਾਂ, ਆਲ ਰਾਈਟ ਆ, ਆ ਕਿੱਦਾਂ ਆਲ ਰਾਈਟ ਆ ਭੈਣ ਜੀ, ਤੁਸੀਂ ਇੱਦਾਂ ਗ੍ਰਾਸਰੀ ਲੈ ਲਈ ਆ, ਅਤੇ ਅਸੀਂ ਬਦਲ ਦਿੰਦੇ ਹਾਂ ਉਸ, ਅਸੀਂ ਐਕਸੈਂਟ ਵੀ ਬਦਲ ਲੈਂਦੇ ਹਾਂ ਆਪਣਾ, ਉਹ ਪੰਜਾਬੀ ਖਰਾਬ ਹੋ ਜਾਂਦੀ ਹੈ ਪੰਜਾਬੀ ਬੋਲੀ ਜੇ ਤੁਸੀਂ ਠੇਠ ਨਹੀਂ ਬੋਲਦੇ। ਮੈਂ ਬੜੇ ਲੋਕ ਵੇਖੇ ਭਾਅ ਜੀ ਬਿਲਕੁਲ ਠੇਠ ਬੋਲਦੇ ਆ, ਆਪਣੇ ਆਪਣੇ ਬੱਚੇ ਵੀ ਉਹਨਾਂ ਦੇ ਠੇਠ ਪੰਜਾਬੀ ਬੋਲਦੇ, ਉਹ ਕੋਸ਼ਿਸ਼ ਕਰੀ ਉਹਨਾਂ ਨੇ ਸਿਖਾਈ। ਇੱਕ ਪੰਜਾਬੀ ਵੀ ਤਿੰਨ ਤਰ੍ਹਾਂ ਦੀ ਆ ਨਾ, ਅੱਜ ਤਾਂ ਫਿਰ ਵੀ ਯੂਕੇ 'ਚ ਭਾਅ ਜੀ ਪੰਜਾਬੀ ਬੋਲਦੇ ਆ, ਆਪਣੇ ਪੰਜਾਬ 'ਚ ਦੇਖ ਲਓ ਤਿੰਨ ਤਰ੍ਹਾਂ ਦੀ ਪੰਜਾਬੀ ਆ, ਪੰਜਾਬ 'ਚ ਤਾਂ ਹਿੰਦੀ ਮਿਕਸ ਹੋਈ ਪਈ ਹੁਣ। ਇੱਧਰ ਹਰਿਆਣੇ ਵਾਲੇ, ਅੱਜ ਮੈਂ ਬਾਰਡਰ ਲੱਗ ਕੇ ਤਾਂ ਮਾਨਸਾ ਤੋਂ, ਹਰਿਆਣੇ ਵਾਲੇ ਵਿੱਚ ਹੀ ਜਿਹੜੇ ਬਾਰਡਰ ਦੇ ਰਹੇ ਉਹ ਵਿੱਚ ਹੀ ਪੰਜਾਬੀ ਮਿਕਸ, ਵਿੱਚ ਹੀ ਹਿੰਦੀ ਹਰਿਆਣਵੀ ਮਿਕਸ ਕਰਕੇ ਉਹ ਬੋਲਦੇ ਨੇ। ਤਾਂ ਚਲੋ ਬਾਰਡਰ 'ਤੇ ਰਹਿਣ ਕਰਕੇ ਹੋ ਗਿਆ ਨਾ, ਹੋ ਜਾਂਦਾ ਦੋ ਤਿੰਨ ਬੋਲੀਆਂ ਮਿਕਸ ਹੋ ਜਾਂਦੀਆਂ। ਹਾਂਜੀ ਹਾਂਜੀ, ਜੇ ਮੰਨ ਲਓ ਹੁਣ ਤੁਸੀਂ ਇਹ ਚੀਜ਼ ਹੁੰਦੀ ਆ ਚੰਡੀਗੜ੍ਹ ਵੀ ਜਦੋਂ ਜਾਈਏ, ਕਈ ਪੁਆਧੀ ਬੋਲਦੇ ਆ, ਕਈ ਮੰਨ ਲਓ ਕਈ ਹੁਣ ਮਾਲਵੇ ਤੋਂ ਗਏ ਆ, ਮੈਂ ਫਿਰੋਜ਼ਪੁਰ ਦਾ, ਮੈਂ ਮੇਰੀ ਵੀ ਮਿਕਸ ਹੋ ਜਾਂਦੀ ਹੈ ਕਈ ਵਾਰੀ, ਅਸੀਂ ਗੱਲ ਕਰਦੇ ਹੁੰਦੇ ਹੁਣ ਅਸੀਂ ਨੋਰਮਲੀ ਉੱਥੇ ਰਹਿ ਕੇ, ਉਹ ਕਿਆ ਕਰ ਰਿਹਾ ਵੀ ਤੂੰ, ਕਿਆ ਉੱਥੇ ਕਿਆ ਬੋਲਦੇ, ਹਾਂ ਮੋਹਾਲੀ ਵਾਲੀ ਸਾਈਡ, ਉਹ ਬਦੋ ਬਦੀ ਨਿਕਲ ਜਾਂਦਾ ਮੂੰਹ ਚੋਂ, ਬਦੋ ਬਦੀ ਤਾਂ ਤੁਸੀਂ ਬਦੋ ਬਦੀ ਤੁਸੀਂ ਬੜਾ ਕਰ ਰਹੇ। ਤੀਜੀ ਵਾਰੀ ਸੁਣ ਲੈ ਤੁਸੀਂ, ਮੈਂ ਕਿਹਾ ਭਾਜੀ ਵੀ ਉਹਦੇ ਫੈਨ ਨੇ, ਲੰਬੇ ਵਾਲਾ, ਉਹਨੂੰ ਭਾਜੀ ਲੰਬੇ ਵਾਲਾ ਵਾਲਾ ਗੰਜਾ ਵੀ ਕਹਿੰਦੇ ਤੁਹਾਨੂੰ, ਉਹ ਵਿਚਾਰੇ ਦਾ ਗਾਲਾ ਚੱਕਿਆ ਗਿਆ। ਮੈਂ ਵਰਿੰਦਰ ਭਾਈ ਦੇ ਮੂੰਹ ਗੰਨੀ ਦੇਖਿਆ ਜਦੋਂ ਤੁਸੀਂ ਸੈਕਿੰਡ ਵਾਰੀ ਵਧੋ ਵਧੀ ਕਿਹਾ, ਇਹਨੇ ਬੋਲਿਆ ਨੀ, ਮੈਂ ਕਿਹਾ ਪਹਿਲੀ ਵਾਰੀ ਬੋਲਿਆ ਤੁਸੀਂ ਵਧੋ ਵਧੀ ਕਿਹਾ, ਇਹਨੇ ਨਾਲ ਦੀ ਨਾਲ ਕਹਿਤਾ ਵਧੋ ਵਧੀ, ਦੂਜੀ ਵਾਰੀ ਬੋਲਿਆ, ਨੋਟ ਕਰਿਓ ਇਹ ਚੀਜ਼, ਮੈਂ ਭਾਈ ਦੇ ਮੂੰਹ ਗੰਨੀ, ਗੱਲ ਬੜੀ ਕੈਚ ਕਰਨ ਦਾ ਮੈਨੂੰ ਸ਼ੌਂਕ ਆ, ਵੀ ਇਹ ਬੰਦਾ ਕਰੀ ਗਿਆ, ਇਹ ਚੀਜ਼ ਹੋਈ ਸੀ ਯਾਰ ਬਾਬੇ, ਸ਼ਬਦ ਤਾਂ ਹੁਣ ਉਹੀ ਆ, ਉਹਨੇ ਗਾਣਾ ਬਦਲਿਆ। ਦੇਖੋ ਮੈਂ ਤਾਂ ਆਪਣੀ ਪੰਜਾਬੀ ਬੋਲੀ ਦੇ ਹਿਸਾਬ ਨਾਲ ਬੋਲਦਾ, ਉਹਨੇ ਹੁਣ ਗਾਣਾ ਬਣਾਇਆ, ਪਰ ਸਹੀ ਗਾ, ਉਹ ਗਾਣਾ ਪੁਰਾਣਾ ਬਹੁਤ ਸੋਹਣਾ ਗਾਇਆ ਤੁਸੀਂ, ਸੁਣਿਆ? ਹਾਂਜੀ ਬਾਈ, ਪੁਰਾਣਾ ਵੀ ਸੁਣਿਆ, ਉਦੋਂ ਬਾਅਦ ਮੁੰਡਿਆਂ ਨੇ ਜਿਹੜੇ ਵਧੀਆ ਗਾਉਂਦੇ ਉਹਨਾਂ ਨੇ ਵੀ ਗਾਇਆ, ਉਹਨਾਂ ਦਾ ਨਹੀਂ ਚੱਲੇ, ਚੱਲੀ ਜਾਂਦਾ ਬੈਸਟ ਹੈ ਇਹ ਬਾਤ, ਠੀਕ ਆ ਭਾਅ ਜੀ, ਐਂਟਰਟੇਨਮੈਂਟ ਚਾਹੀਦਾ ਜੀ, ਹਾਂ ਐਂਟਰਟੇਨਮੈਂਟ ਚਾਹੀਦਾ ਭਾਅ ਜੀ, ਵਧੀਆ। ਮੈਂ ਤਾਂ ਕਹਿੰਦਾ ਭਾਅ ਜੀ, ਕਈ ਵਾਰੀ ਮੈਨੂੰ ਐਂ ਹੁੰਦਾ ਯਾਰ ਵੀ ਮੇਰਾ ਕਈ ਵਾਰੀ ਕੋਨਫੀਡੈਂਸ ਜੋ ਲੂਜ਼ ਹੋ ਜਾਂਦਾ ਵੀ ਯਾਰ ਅੱਜ ਪ੍ਰੋਗਰਾਮ ਲਾਉਣਾ ਯਾਰ, ਅੱਜ ਵਧੀਆ ਫੰਕਸ਼ਨ ਇੱਦਾਂ ਆਪਾਂ ਐਂ ਕਰਨਾ, ਮੈਂ ਥੋੜ੍ਹਾ ਜੋ ਮਹੀਨਾ ਕਿ ਨਹੀਂ ਦੇਖ ਲੈਣਾ ਯਾਰ, ਜੇ ਇਹ ਕਰੀ ਜਾਂਦੇ ਆਪਾਂ ਕਰ ਲਾਂਗੇ, ਬਿਲਕੁਲ ਹੈ ਨਾ। ਤੁਹਾਨੂੰ ਕਿਸੇ ਨੇ ਇਹ ਨਹੀਂ ਕਿਹਾ ਪਰਮਿੰਦਰ ਸਿੰਘ ਕਮੇਡੀਅਨ, ਪਰਮਿੰਦਰ ਸਿੰਘ ਤੁਹਾਨੂੰ ਕਿਹਾ ਨਹੀਂ ਕਿਸੇ ਨੇ ਫੇਸ ਰਲ ਦਾ, ਕਦੀ ਬਣ ਕੇ ਜਾਓ, ਕਦੀ ਪੱਗ ਬਣ ਕੇ ਜਾਓ, ਪਰਮਿੰਦਰ ਵੀਰੇ ਦੇਖਿਓ ਤੁਸੀਂ ਕਿ ਬਾਈ ਦਾ ਫੇਸ ਤੁਹਾਡੇ ਵਰਗਾ ਰਲਦਾ, ਤੇ ਗੱਲਾਂ ਵੀ ਤੁਹਾਡੇ ਵਰਗੀਆਂ ਕਰ ਰਹੇ, ਸਟੈਂਡ ਅਪ ਕਮੇਡੀ ਤੇ ਤੁਹਾਡੇ ਥਾਂ ਤੇ ਰਿਪਲੇਸ ਕਰ ਸਕਦੇ ਅਸੀਂ ਇਹਨਾਂ ਨੂੰ। ਬਿਲਕੁਲ ਨਿੱਪਾ ਭਾਜੀ ਬਹੁਤ ਸੋਹਣੀ ਕਮੇਡੀ ਕਰਦਾ, ਮੈਂ ਬਹੁਤ ਵੀਡੀਓ ਦੇਖੀਆਂ, ਬਹੁਤ ਵਧੀਆ, ਤੇ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ,
ਜਿਹੜੀ ਚੀਜ਼ ਮੈਂ ਠੀਕ ਆ ਹੁਣ ਜਿੱਦਾਂ ਦੀ ਕਮੇਡੀ ਹੁੰਦੀ ਆ ਕਈ ਵਾਰ ਡਬਲ ਮੀਨਿੰਗ ਵੀ ਚੱਲਦਾ ਕਰਨ ਉੱਦਾਂ ਦੀ ਕਰਨੀ ਪੈਂਦੀ ਹੈ ਪਰ ਮੈਨੂੰ ਐਂ ਮੈਂ ਸਾਫ਼ ਸੁਥਰੀ ਕਮੇਡੀ ਕਰਾਂ ਕਿਉਂਕਿ ਮੈਂ ਵਿਆਹਾਂ 'ਤੇ ਸੁਣਾਉਣੀ ਹੁੰਦੀ ਆ ਭਾਅ ਜੀ ਮੈਂ ਕੋਈ ਮੈਨੂੰ ਕਮੇਡੀ ਦੀਆਂ ਲਾਈਵ ਸਟੇਜਾਂ ਨਹੀਂ ਭਾਅ ਜੀ ਮਿਲਦੀਆਂ ਮਨ ਸਹੀ ਗੱਲ ਤਾਂ ਮੈਨੂੰ ਸ਼ੌਂਕ ਸੀਗਾ ਕਿਉਂਕਿ ਆਪਣੇ ਪੰਜਾਬ 'ਚ ਭਾਅ ਜੀ ਕਮੇਡੀ ਨੂੰ ਵੱਧ ਤੋਂ ਵੱਧ ਮੈਨੂੰ ਮੈਂ ਕਹਿੰਦਾ ਵੀ ਜੇ ਵੀ ਤਾਂ 10 ਮਿੰਟ ਲਾ ਲਾ ਤੇਰੀ ਮਸ਼ਹੂਰੀ ਹੋ ਜੂਗੀ ਉਹ ਮਸ਼ਹੂਰੀ ਮਸ਼ਹੂਰੀ ਦੇ ਚੱਕਰ 'ਚ ਮੈਂ ਬਹੁਤ ਵਾਰੀ ਆਪਦਾ ਟਾਈਮ ਵੀ ਉਹ ਕੀਤਾ ਉਦੋਂ ਬਾਅਦ ਮੈਂ ਸੋਚਿਆ ਵੀ ਚੱਲ ਆਪਾਂ 2 ਰੁਪਏ ਇੱਧਰ ਬਣਦੇ ਬੋਲੀਆਂ ਪਾਉਣ ਲੱਗ ਜਾਂਦੇ ਹੌਲੀ ਹੌਲੀ ਪਰ ਮੈਂ ਆਪਦਾ ਕੀੜਾ ਹਜੇ ਵੀ ਵਿਆਹ 'ਚ ਜੋ ਇੰਡੀਆ 'ਚ ਜਦੋਂ ਨਾ ਡੋਲੀ ਤਾਰਦੇ ਨੇ ਸ਼ਾਮ ਨੂੰ ਫਿਰ ਮੈਂ ਆਪਦਾ ਕਮੇਡੀ ਵਾਲਾ ਕੀੜਾ ਕੱਢ ਕੇ ਆਉਣਾ ਭਾਅ ਜੀ ਪੂਰਾ ਜਚਾ ਕੇ ਜਿਹੜੇ ਮੈਨੂੰ ਜਾਣਦੇ ਨੇ ਅਤੇ ਉਹ ਕਹਿੰਦੇ ਵੀ ਬੋਲੀਆਂ ਦਾ ਹਰੇਕ ਪਾ ਜਾਂਦਾ ਜਿਹੜਾ ਤੂੰ ਹਸਾ ਕੇ ਜਾਂਦਾ ਨਾ ਇਹ ਤੇਰਾ ਬੈਸਟ ਆ ਕਿਉਂਕਿ ਮੈਂ ਗੱਲ ਵੀ ਉਹੀ ਕਰਨੀ ਹੁੰਦੀ ਵਿਆਹ ਸ਼ਾਦੀ ਵਾਲੀ ਜਿੱਦਾਂ ਮੁੰਡੇ ਨੂੰ ਪੁੱਛਦਾ ਵੀ ਤੇਰੇ ਬਟਨ ਲਾਇਆ ਸੀ ਉਹ ਕਹਿੰਦਾ ਹਾਂ ਵੀਰੇ ਲਾਇਆ ਸੀ ਮੈਂ ਕਿਹਾ ਤੈਨੂੰ ਪਤਾ ਬਟਨਾ ਕਿਉਂ ਲਾਉਂਦੇ ਆ ਕਹਿੰਦਾ ਕਿਉਂ ਲਾਉਂਦੇ ਮੈਂ ਕਿਹਾ ਤੈਨੂੰ ਬਟਨਾ ਬੁਟਨਾ ਲਾ ਕੇ ਠਾਉਂਦੇ ਨੇ ਵੀ ਉੱਠ ਹੋਏ ਦੇਖ ਤੇਰੇ ਨਾਲ ਕੀ ਹੋਣ ਲੱਗਿਆ ਕਹਿੰਦਾ ਠੀਕ ਆ ਮੈਂ ਕਿਹਾ ਤੈਨੂੰ ਪਤਾ ਵੀ ਮੁੰਡੇ ਨੂੰ ਤਿਆਰ ਛੱਡ ਕੇ ਡੋਲੇ ਵਾਲੀ ਕਾਰ 'ਚ ਕਾਹਤੋਂ ਬਿਠਾ ਦਿੰਦੇ ਨੇ ਕਹਿੰਦਾ ਬਈ ਕਾਹਤੋਂ ਬਿਠਾ ਦਿੰਦੇ ਮੈਂ ਕਿਹਾ ਤਾਂ ਕਰਕੇ ਬਿਠਾਉਂਦੇ ਨੇ ਵੀ ਤੈਨੂੰ ਭੱਜਣ ਦਾ ਮੌਕਾ ਦਿੰਦੇ ਵੀ ਜੇ ਭੱਜ ਸਕਦਾ ਤਾਂ ਭੱਜ ਆ ਫਿਰ ਮੈਂ ਕਿਹਾ ਤੇਰੇ ਹੱਥ ਤਲਵਾਰ ਫੜਾਉਂਦੇ ਆ ਕਾਹਤੋਂ ਫੜਾਉਂਦੇ ਤੈਨੂੰ ਪਤਾ ਕਹਿੰਦਾ ਨਾ ਬਈ ਮੈਂ ਕਿਹਾ ਤੈਨੂੰ ਤਾਂ ਫੜਾਉਂਦੇ ਆ ਵੀ ਜੇ ਤੈਨੂੰ ਕੋਈ ਰੋਕਦਾ ਗਾਟਾ ਲਾ ਕੇ ਭੱਜ ਫਿਰ ਐਂਡ ਦੇ ਪਿਓ ਤੇਰੇ ਪਿਓ ਨੂੰ ਗੁੱਸਾ ਹੁੰਦਾ ਮੈਂ ਕਿਹਾ ਤੂੰ ਸੋਚਦਾ ਕਿੱਥੇ ਹੁੰਦਾ ਗੁੱਸਾ ਮੈਂ ਕਿਹਾ ਡੋਲੀ ਵਾਲੀ ਘਰ ਤੋਂ ਭਾਣ ਚਲਾ ਚਲਾ ਮਾਰਦਾ ਹੁੰਦਾ ਨਾ ਕਹਿੰਦਾ ਮੈਂ ਕਿਹਾ ਪੂਰਾ ਗੁੱਸਾ ਹੁੰਦਾ ਕਹਿੰਦਾ ਬਈ ਤੈਨੂੰ ਕਿਵੇਂ ਪਤਾ ਗੁੱਸਾ ਹੁੰਦਾ ਮੈਂ ਕਿਹਾ ਦੇਖ ਪੈਲਸ ਦੇ ਵਿੱਚ ਤੇਰੇ ਪਿਓ ਤੋਂ ਕਦੇ ਕੋਈ ਪੈਸੇ ਲੈ ਗਿਆ ਕਦੇ ਕੋਈ ਪੈਸੇ ਲੈ ਗਿਆ ਉਹ ਐਂਡ 'ਤੇ ਕਹਿੰਦਾ ਵੀ ਆਹ ਭਾਣ ਰਹਿ ਗਈ ਹੋਏ ਆਹ ਵੀ ਲੈ ਜਾਓ ਹੁਣ ਤਾਂ ਗੱਲ ਹੀ ਹੁਣ ਤਾਂ ਗੱਲ ਹੀ ਹੋ ਗਈ ਹਾਂ ਇੱਦਾਂ ਦੀਆਂ ਗੱਲਾਂ ਭਾਅ ਜੀ ਹੋਰ ਵੀ ਬਹੁਤ ਗੱਲਾਂ ਆਉਂਦੀਆਂ ਨੇ ਨਹੀਂ ਬਿਲਕੁਲ ਉਸ ਮੌਕੇ 'ਤੇ ਇਹ ਗੱਲਾਂ ਦੇ ਪੰਚ ਹਾਂ ਉਦੋਂ ਮਾਹੌਲ ਹੋਰ ਬਣਿਆ ਹੁੰਦਾ ਤੁਹਾਨੂੰ 50-60 ਬੰਦੇ 100 ਬੰਦੇ ਆਸੇ ਪਾਸੇ ਖੜਾ ਹੁੰਦਾ ਤੁਹਾਨੂੰ ਸੁਣ ਰਿਹਾ ਹੁੰਦਾ ਵਾਈ ਵੀ ਅਲੱਗ ਹੁੰਦੀ ਹੈ ਨਾ ਉਹ 'ਚ ਗੱਲ 'ਚ ਹੋਰ ਗੱਲ ਨਿਕਲ ਜਾਂਦੀ ਹੈ ਮੂਸੇ ਵਾਲੀਆਂ ਦੋ ਲੈਣਾ ਸੁਣਾ ਦਿੰਦੇ ਉਹਨੂੰ ਵੀ ਭਰਾਵਾ ਚੱਲ ਠੀਕ ਆ ਵਿਆਹ ਤੇਰਾ ਹੋ ਗਿਆ ਤੂੰ ਟੰਗਿਆ ਗਿਆ ਬਸ ਕੋਈ ਗੱਲ ਨਹੀਂ ਹੌਸਲਾ ਰੱਖੀ ਮੁਸੀਬਤ ਤਾਂ ਮਰਦਾਂ 'ਤੇ ਪੈਂਦੀ ਰਹਿੰਦੀ ਹੈ ਉਹ ਪਤਾ ਇੱਦਾਂ ਦਾ ਭਾਅ ਜੀ ਚੱਲਦਾ ਰਹਿੰਦਾ ਸ਼ੁਕਨ ਮੇਲਾ ਬਿਲਕੁਲ ਤੇ ਤੁਸੀਂ ਵੀ ਮਾਨਸੇ ਵੱਲ ਦੇ ਹੋਣਾ ਮੈਂ ਇਹ ਗੱਲ ਪਹਿਲੇ ਆਪਾਂ ਭੁੱਲ ਗਏ ਕਰਨੀ ਵੀ ਸਿੱਧੂ ਬਾਈ ਦੀ ਵੀ ਗੱਲ ਕੀਤੇ ਆ ਕੇ ਤੁਸੀਂ ਤਾਂ ਬਹੁਤ ਹੀ ਲਾਗੇ ਰਹਿੰਦੇ ਉਹਨਾਂ ਦੇ ਹਾਂ ਵੀਰੇ ਦਾ ਪਿੰਡ ਨਾਲ ਆ ਮੈਂ ਤਾਂ ਸਾਡੇ ਨਾਲ ਹੀ ਆ ਭਾਅ ਜੀ ਬਹੁਤ ਵਾਰੀ ਮਿਲਿਆ ਵੀ ਆ ਭਾਅ ਜੀ ਨੂੰ ਬਸ ਮੇਰਾ ਮੈਨੂੰ ਸਟਾਰਟਿੰਗ ਤੋਂ ਮੈਂ ਤੁਹਾਨੂੰ ਆਪਾਂ ਗੱਲਾਂ ਬਾਤਾਂ ਕੀਤੀ ਸੀ ਮੈਂ ਤਾਂ ਨਹੀਂ ਕਹਿੰਦਾ ਹੁੰਦਾ ਵੀ ਯਾਰ ਵੀ ਮਾਨਸਾ ਦਾ ਨਾਂ ਲਓ ਅਤੇ ਮੂਸੇ ਵਾਲੇ ਦਾ ਨਾਂ ਲਓ ਵੀ ਆਪਾਂ ਨੂੰ ਫੇਮ ਮਿਲੇ ਇਹ ਤਾਂ ਹੁਣ ਤੁਸੀਂ ਕਹਿ ਤਾ ਚੱਲ ਮੈਂ ਗੱਲ ਛੇੜ ਨਹੀਂ ਹਾਂ ਓਬਵੀਅਸਲੀ ਮੈਂ ਕਦੇ ਵਾਸਤੇ ਵੀ ਬਹੁਤ ਬੰਦੇ ਦੇਖਿਆ ਭਾਅ ਜੀ ਮੈਂ ਬਹੁਤ ਬੰਦੇ ਦੇਖਿਆ ਨਾਰਮਲੀ ਤੌਰ ਤੇ ਗੱਲਾਂ ਹੀ ਤਾਂ ਹੁੰਦੀਆਂ ਕਿ ਹਾਂ ਬਈ ਉਸ ਬੰਦੇ ਦਾ ਨਾਂ ਲੈ ਕੇ ਅਸੀਂ ਫੇਮ ਕਰ ਸਕੀਏ ਕੁਝ ਵੀ ਕਰ ਸਕੀਏ ਕਿਉਂਕਿ ਉਹਦਾ ਇੱਕ ਅਲੱਗ ਲੈਵਲ ਸੀਗਾ ਹੁਣ ਤੁਸੀਂ ਦੇਖੋ ਕਿ ਉਹ ਲੈਵਲ ਹੀ ਐਡਾ ਤਗੜਾ ਬਣਾ ਗਿਆ ਸਿੱਧੂ ਵੀਰ ਕਿ ਉਹਦਾ ਨਾਂ ਵੀ ਕੋਈ ਲਵੇ ਉਹ ਵੀ ਚੱਲ ਜਾਂਦਾ ਤੁਸੀਂ ਟੈਗ ਪਾ ਕੇ ਦੇਖ ਲਓ ਸੋਸ਼ਲ ਮੀਡੀਆ ਤੇ ਹਾਂ ਤਾਂ ਮੈਨੂੰ ਜਿਹੜੇ ਬੰਦੇ ਉਹਦੇ ਚਲੋ ਨਹੀਂ ਰਿਹਾ ਬਾਈ ਦੁਨੀਆ ਤੋਂ ਉਹਦੇ ਮਰਨ 'ਤੇ ਆਪਦਾ ਫੇਮ ਲੈਂਦੇ ਨੇ ਨਾ ਮੈਨੂੰ ਉਹਦੇ ਬਹੁਤ ਗੁੱਸਾ ਚੜ੍ਹਦਾ ਭਾਅ ਜੀ ਸਾਡੇ ਮਾਨਸਾ ਦੇ ਬਹੁਤ ਲੋਕ ਨੇ ਕੋਈ ਕਹਿੰਦਾ ਮੈਨੂੰ ਮੂਸੇ ਵਾਲੇ ਨੇ ਗਾਣਾ ਕਰਨ ਵਾਸਤੇ ਕਿਹਾ ਸੀ ਕੋਈ ਕਹਿੰਦਾ ਮੈਨੂੰ ਐਂ ਕਰ ਲਿਆ ਜੀ ਉਹਨੇ ਐਂ ਕਹਿਤਾ ਫਲਾਨ ਸਭ ਗੱਪ ਮਾਰੀ ਜਾਂਦੇ ਆ ਐਂ ਝੂਠੇ ਬੰਦੇ ਸਿਰੇ ਦੇ ਪਰ ਠੀਕ ਆ ਓਕੇ ਕਰਨ ਜਿਹੇ ਜਾਂ ਕਿਸੇ ਦੇ ਨਾਮ ਨਾਲ ਫੇਮ ਲੈ ਕੇ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਕਰਾਂ ਨਹੀਂ ਜਿੱਤਿਆ ਗੱਲ ਵੱਖਰੀ ਆ ਠੀਕ ਆ ਮੇਰੇ ਵਾਸਤੇ ਤਾਂ ਸਗੋਂ ਦੀ ਮੈਂ ਤਾਂ ਭਾਜੀ ਕੋਰਲਾ ਮਾਨ ਸਿੰਘ ਹੈ ਬਾਈ ਦੇ ਮੈਂ ਸਟੇਜ ਐਕਟਰੀ ਆ ਸੋ ਉਹ ਬਾਈ ਦੇ ਥਰੂ ਵੀ ਮੈਂ ਬਾਈ ਨੂੰ ਬਹੁਤ ਵਾਰੀ ਮਿਲਿਆ ਪਰ ਮੈਂ ਕੋਈ ਇੰਸਟਾਗ੍ਰਾਮ 'ਤੇ ਮੈਂ ਕਲਾਕਾਰਾਂ ਨਾਲ ਭਾਅ ਜੀ ਬਹੁਤ ਮਿਲਦੇ ਵੀ ਆ ਮੈਂ ਪਰ ਕਿਸੇ ਨਾਲ ਫੋਟੋ ਨਹੀਂ ਪਾਉਂਦਾ ਮੈਂ ਇੰਸਟਾਗ੍ਰਾਮ ਤੁਸੀਂ ਮੇਰਾ ਦੇਖੋਗੇ ਨਾ ਪ੍ਰੋਫਾਈਲ ਮੈਂ ਕਿਸੇ ਫੋਟੋ ਨਹੀਂ ਪਾਉਂਦਾ ਮਿਲ ਲਿਆ ਠੀਕ ਆ ਮੋਬਾਈਲ 'ਚ ਰੱਖ ਲਈ ਠੀਕ ਆ ਓਕੇ
ਤਾਂ ਅਸੀਂ ਸਾਡਾ ਵੀ ਦੇਖ ਲਿਆ ਹੁਣ ਅਸੀਂ ਵੀ ਇਹ ਜਦੋਂ ਬੰਦਾ ਇੰਡਸਟਰੀ 'ਚ ਵੜ ਜਾਂਦਾ ਨਾ ਉਹਨੂੰ ਇਹ ਚੀਜ਼ਾਂ ਛੋਟੀਆਂ ਲੱਗਣ। ਹਾਂਜੀ ਹਾਂਜੀ ਅਸੀਂ ਅਸੀਂ ਸਮਝਦੇ ਹਾਂ ਕਿ ਫੋਟੋ ਪਾਉਣ ਨਾਲ ਕਈ ਲੋਕ ਜਿਹੜੇ ਸਪੈਸ਼ਲ ਮਿਲਦੇ ਆ, ਕਈ ਤਾਂ ਕੰਮ ਵੀ ਨਹੀਂ ਕਰਦੇ, ਆਪਾਂ ਡੇਲੀ ਮਿਲਦੇ, ਜਿਵੇਂ ਆਪਾਂ ਇੱਦਾਂ ਬੈਠੇ ਹਾਂ ਆਪਾਂ ਇੱਦਾਂ ਹੀ ਮਿਲਣਾ ਕਿਸੇ ਆਰਟਿਸਟ ਨੂੰ, ਆਪਾਂ ਇੱਦਾਂ ਮਿਲਣਾ। ਸੋ ਉਸ ਚੀਜ਼ ਦੇ ਵਿੱਚ ਮੈਨੂੰ ਲੱਗਦਾ ਮੈਨੂੰ ਵੀ ਕਿਸੇ ਨੇ ਇਹ ਚੀਜ਼ ਸਮਝਾਈ ਸੀ, ਮੇਰਾ ਵੀਰ ਸੰਦੀਪ ਵੀਰ ਜਿਨ੍ਹਾਂ ਨਾਲ ਅਸੀਂ ਪਹਿਲਾਂ ਸ਼ੁਰੂ ਕੀਤਾ ਸੀ, ਜਦੋਂ ਮੈਂ ਆਪਣੀ ਲਾਈਫ ਦਾ ਪਹਿਲਾਂ ਇੰਟਰਵਿਊ ਕੀਤਾ ਅਤੇ ਮੈਂ ਨਾ ਕਿਹਾ, ਮੈਂ ਕਿਹਾ ਵੀਰੇ ਫੋਟੋ ਖਿੱਚ ਦਿਉ, ਉਹ ਕਹਿੰਦਾ ਤੂੰ ਅੱਧਾ ਘੰਟਾ ਉਸ ਬੰਦੇ ਨਾਲ ਬਹਿ ਕੇ ਵੀਡੀਓ ਬਣਾਈ, ਆਪਣੇ ਸਵਾਲ ਪੁੱਛੇ, ਉਹਨੇ ਤੈਨੂੰ ਜਵਾਬ ਦਿੱਤਾ, ਹਜੇ ਕਹਿੰਦਾ ਫੋਟੋ ਦੀ ਕਸਰ, ਮਤਲਬ ਕਿ ਅੱਧਾ ਘੰਟਾ ਹੋ ਗਿਆ ਤੈਨੂੰ ਉਸ ਬੰਦੇ ਨਾਲ ਗੱਲਾਂ ਕਰਦਿਆਂ ਨੂੰ, ਤਕਰੀਬਨ ਅੱਧਾ ਪੌਣਾ ਘੰਟਾ। ਜਿਹੜਾ ਬੰਦਾ ਤੇਰੇ ਨਾਲ ਅੱਧਾ ਘੰਟਾ ਬਹਿ ਗਿਆ, ਜੇ ਤੂੰ ਐਂਡ ਤੈਨੂੰ ਜਾਣ ਲੱਗੇ ਕਹੇਗਾ ਕਿ ਬਾਈ ਮੇਰੇ ਨਾਲ ਫੋਟੋ ਖਿਚਾ ਲਾ, ਤਾਂ ਉਹ ਤੇਰੀ ਛੋਟੀ ਗੱਲ ਹੋਜੂ। ਉਹ ਗੱਲ ਉਦੋਂ ਦੀ ਮੈਂ ਪੱਲੇ ਬੰਨੀ ਕਿ ਜਦੋਂ ਜੀ ਕਰੇ ਤਾਂ ਆਪਾਂ ਵਰਕਿੰਗ ਸਟਾਈਲ 'ਚ ਖਿੱਚ ਲੈਂਦੇ ਹਾਂ, ਉਸ ਤੋਂ ਇਲਾਵਾ ਨਹੀਂ। ਹਾਂਜੀ ਉਹ ਵੀ ਜੇ ਜੀ ਕਰੇ ਤਾਂ ਪਾ ਹੀ ਦੇਣੀ। ਇੱਕ ਨਾ ਯਾਦ ਜੁੜੀ ਹੋਈ ਆ ਮੇਰੀ, ਹਾਂ ਬਾਈ ਦੀ ਗੱਲ ਚੱਲ ਪਈ, ਸੰਗਰੂਰ ਵਿਆਹ ਸੀ, ਖੜਾ ਲੱਗਿਆ ਵਾ ਬਾਈ ਵੋਟਾਂ 'ਚ ਖੜਾ ਹੋਇਆ ਜਦੋਂ। ਅੱਛਾ ਉਹ ਵੋਟਾਂ 'ਚ ਆਇਆ, ਇੱਕ ਕਹਿ ਦਿੰਦੇ ਨਾ ਵੀ ਯਾਦ ਜੀ ਬਣ ਜਾਂਦੀ ਆ ਉਹ ਚੀਜ਼ ਆ। ਸਾਡੇ ਨਾਲ ਢੋਲੀ ਹੁੰਦੇ ਆ ਆਪਣੇ ਮੁੰਡਿਆਂ ਨੂੰ, ਤੈਨੂੰ ਪਤਾ ਬਾਈ ਢੋਲੀਆਂ ਨੂੰ ਸ਼ੌਂਕ ਬਹੁਤ ਹੁੰਦਾ ਵੀ ਫੋਟੋ ਕਰਾਉਣੀ ਆ, ਅਸੀਂ ਆਹ ਕਰਾਉਣਾ। ਅਸੀਂ ਉਹ ਮੁੰਡਾ ਆਪਣਾ ਫੋਟੋ ਕਰਾਉਂਦਾ ਰਿਹਾ, ਤੈਨੂੰ ਪਤਾ ਬਾਈ ਇੱਕ ਬਾਈ ਨੇ ਜਦੋਂ ਜਾਣਾ ਲੋਕ ਸਾਰੇ ਹੀ ਉੱਧਰ ਰੋਂਦੇ ਸੀ ਵੀ ਸਿੱਧੂ ਆ ਗਿਆ ਸਿੱਧੂ ਆ ਗਿਆ, ਬਸ ਆਹ ਚੀਜ਼ ਹੀ ਚੱਲਦੀ ਸੀ ਬਾਈ ਦੇ। ਮੈਂ ਯਾਦ, ਮੈਂ ਕਿਹਾ ਕਿਆ ਬਾਤ ਚੀਜ਼ ਆ ਉਹ, ਬਾਈ ਨੇ ਸਾਰਾ ਸਲਾਮੀ ਦੇ ਕੇ ਗਿਆ, ਸਭ ਕੁਛ ਕੀਤਾ ਬਾਈ ਨੇ, ਜਾਂਦੇ ਉਹ ਮੁੰਡੇ ਦੀ ਫੋਟੋ ਨਹੀਂ ਲਈ। ਜਿਹੜਾ ਮੇਨ ਪੈਲਸ ਦਾ ਮੇਨ ਗੇਟ ਹੁੰਦਾ ਨਾ, ਉੱਥੇ ਜਾ ਕੇ ਆਪਦੀ ਫੋਰਚੂਨਰ ਰੋਕ ਕੇ ਬਾਰੀ ਖੋਲ੍ਹ ਕੇ ਆਵਾਜ਼ ਮਾਰੀ ਉਹਨੂੰ, ਕਹਿੰਦਾ ਕਾਕੇ ਉਰੇ ਆ। ਜਾਂ ਮੈਂ ਬਾਈ ਕਹਿੰਦਾ ਮੈਨੂੰ ਪਤਾ, ਕਹਿੰਦਾ ਮੈਂ ਦੇਖੀ ਜਾਂਦਾ ਤੂੰ ਫੋਟੋ ਨਹੀਂ ਲਾਈ, ਉਹਦੇ ਨਾਲ ਫੋਟੋ ਲਾ ਕੇ ਲੱਗਿਆ। ਮੈਂ ਕਿਹਾ ਯਾਰ ਬਾਈ ਕਲਾਕਾਰ ਬਹੁਤ ਮਿਲਦੇ ਆ, ਬਹੁਤ, ਪਰ ਐਟੀਟਿਊਡ ਬਹੁਤ, ਆਹ ਚੀਜ਼ ਨਹੀਂ ਦੇਖੀ ਸੀ ਆਪਾਂ। ਜਿਹੜੀ ਚੀਜ਼ ਸੀਗੀ ਉਹ ਨਹੀਂ ਦੇਖੀ ਸੀ ਆਪਾਂ। ਤੁਹਾਨੂੰ ਇੱਕ ਹੋਰ ਸਾਂਝੀ ਕਰਦਾ ਕਿ ਜਿਹੜੇ ਫੋਟੋਆਂ ਖਿਚਾਉਣ ਦਾ ਜਿਹੜਾ ਰਿਵਾਜ ਚੱਲਿਆ ਨਾ, ਇਹ ਇਹਨੇ ਬਹੁਤ ਤੰਗ ਕੀਤਾ। ਅੱਗੇ ਆਟੋਗ੍ਰਾਫ ਹੁੰਦਾ ਸੀ, ਬੜਾ ਸਹੀ ਹੁੰਦਾ ਸੀ, ਪਰ ਹੁਣ ਜਿਹੜਾ ਸੈਲਫੀਆਂ ਦਾ ਇਹ ਬਦੋ ਬਦੀ ਫਿਰ ਨਿਕਲ ਗਿਆ, ਉਹ ਪਤਾ ਨਹੀਂ ਕਿਉਂ ਨਿਕਲ ਰਿਹਾ ਮੇਰੇ ਮੂੰਹੋਂ ਬਦੋ ਬਦੀ। ਇਹ ਅਸੀਂ ਤੁਹਾਡੇ ਤੋਂ ਨਾ ਜਾਂਦੇ ਬਦੋ ਬਦੀ ਸੁਣ ਕੇ ਜਾਵਾਂਗੇ ਤੁਹਾਨੂੰ ਵੀ ਬਦੋ ਬਦੀ ਇਹ ਤੁਸੀਂ ਸੁਣਾਉਣਾ ਹੈਗਾ। ਅੱਛਾ ਤੁਸੀਂ ਐਡਿਟ ਵੀ ਨਹੀਂ ਕਰਨਾ? ਨਾ ਐਡਿਟ ਨਹੀਂ ਹੁੰਦਾ, ਐਡਿਟ ਨਹੀਂ ਕਰਨਾ, ਇਹ ਪਾਉਣਾ ਠੀਕ ਹੈ। ਇੰਟਰਵਿਊ ਦਾ ਨਾਂ ਰੱਖਣਾ ਬਦੋ ਬਦੀ ਇੰਟਰਵਿਊ। ਬਿਲਕੁਲ ਠੀਕ ਹੈ। ਅਤੇ ਉਹ ਨਾ ਹਰ ਇੱਕ ਬੰਦਾ ਫੋਟੋ ਖਿਚਾਉਣ ਲਈ ਸੈਲਫੀ ਖਿਚਾਉਣ ਲਈ ਲੱਗਿਆ ਹੁੰਦਾ, ਅਤੇ ਉਹਨੂੰ ਇਹ ਹੁੰਦਾ ਕਿ ਆਰਟਿਸਟ, ਕਈ ਵਾਰੀ ਹੁਣ ਭੀੜ ਨਹੀਂ ਹੁੰਦੀ ਆਰਟਿਸਟ ਨਿਕਲਦਾ, ਅਸੀਂ ਨਾਲ ਹੁੰਦੇ ਸੀ ਜਦੋਂ ਅਸੀਂ ਫਿਲਮਾਂ ਸ਼ੂਟ ਕਰਦੇ ਹਾਂ, ਅਸੀਂ ਆਰਟਿਸਟ ਜਦੋਂ ਨਿਕਲਦਾ ਉਸ ਟਾਈਮ ਦੇ ਉੱਤੇ ਨਿਕਲਣਾ ਹੀ ਇੰਨਾ ਔਖਾ ਹੋ ਜਾਂਦਾ। ਕਈ ਲੋਕਾਂ ਨੂੰ ਲੱਗਦਾ ਯਾਰ ਇਹਦੇ 'ਚ ਐਟੀਟਿਊਡ ਆ, ਸਾਨੂੰ ਦੇਖ ਕੇ ਨਹੀਂ ਗਿਆ, ਸਾਨੂੰ ਬੁਲਾ ਕੇ ਨਹੀਂ ਗਿਆ, ਉਹ ਚੀਜ਼ਾਂ ਨਾਲ ਕਈਆਂ ਦਾ ਦਿਲ ਟੁੱਟ ਜਾਂਦਾ। ਹਾਂਜੀ ਹਾਂਜੀ। ਪਰ ਜਦੋਂ ਤੁਸੀਂ ਉਸ ਬੰਦੇ ਨਾਲ ਕੰਮ ਕਰਦੇ ਹੋ ਤੁਹਾਨੂੰ ਫਿਰ ਪਤਾ ਲੱਗਦਾ, ਉਸ ਤੋਂ ਬਿਨਾਂ ਤੁਸੀਂ ਉਹਦਾ ਨੇਚਰ ਨਹੀਂ ਸਮਝ ਸਕਦੇ। ਬਿਲਕੁਲ ਮੇਰੇ ਨਾਲ ਭਾਜੀ, ਮੇਰੇ ਨਾਲ ਬੀਤੀ ਹੋਈ ਹੈ, ਮੈਂ ਤੁਹਾਨੂੰ ਦੱਸਿਆ ਮੈਂ ਕੋਲ ਵਾਲੇ ਮਾਨ ਸਟੇਜ ਸੈਟ ਰਹੀ ਹਾਂ, ਬੰਦਾ ਭਾਜੀ ਉਹ ਵੀ ਬਹੁਤ ਨਾਈਸ ਆ, ਮਤਲਬ ਕਿ ਜੇ ਤੁਸੀਂ ਖਾ ਰਹੇ ਹੋ ਮੈਂ ਖਾ ਰਿਹਾ ਤਾਂ ਤੁਹਾਡੇ ਨਾਲ ਆ ਕੇ ਖਾ ਰੋਟੀ ਖਾਣ ਲੱਗ ਜਾਣੀ ਬੰਦੇ ਨੇ, ਬਿਲਕੁਲ ਇੱਦਾਂ ਦਾ ਨੇਚਰ ਆ ਬੰਦਾ। ਪਰ ਹੁਣ ਜਦੋਂ 2 ਘੰਟੇ ਦਾ ਪ੍ਰੋਗਰਾਮ ਹੁੰਦਾ, 2.5 ਘੰਟੇ ਦਾ ਦੱਸ ਲਾ ਲਓ ਲਾਈਵ ਸਟੇਜ ਹੁੰਦੀ ਹੈ, ਤੁਸੀਂ ਪ੍ਰੋਗਰਾਮ ਵੀ ਕਰਨਾ, ਫੋਟੋਆਂ ਵੀ ਨਾਲ ਦੀ ਨਾਲ ਖਿਚਾਈ ਜਾਣੀਆਂ। ਹੁਣ ਵਿਆਹ ਦੇ ਵਿੱਚ ਮੇਲੇ 'ਚ ਲਾ ਲਓ ਹੈ ਨਾ, 1000 ਬੰਦਾ ਹੁੰਦਾ, 2000 ਬੰਦੇ ਨਾਲ ਤੁਹਾਨੂੰ ਫੋਟੋ ਖਿਚਾਉਂਦੇ 2000 ਮਿੰਟ ਚਾਹੀਦਾ, 60 ਮਿੰਟਾਂ ਦਾ ਇੱਕ ਘੰਟਾ ਹੋ ਜਾਂਦਾ, ਅਤੇ ਉੱਥੇ ਕਿੰਨਾ ਬੰਦਾ ਫੋਟੋਗ੍ਰਾਫ ਜਿਹਨਾਂ ਕਰਾ ਲਿਆ ਉਹ ਤਾਂ ਠੀਕ ਹੈ, 100 'ਚੋਂ 20 ਨਾ ਹੋ ਗਈਆਂ, 80 ਬੰਦਾ ਮਾੜਾ ਕਹਿਣਗੇ ਵੀ ਕਰਾ ਕੇ ਨਹੀਂ ਗਿਆ, ਹੈ ਨਾ ਜੀ। ਅਤੇ
ਮੈਨੂੰ ਪਤਾ ਵੀ ਉਹ ਜਿੰਨਿਆਂ ਕੁ ਨਾਲ ਹੋ ਸਕਦਾ ਖਿਚਾ ਕੇ ਉਹਨੇ ਵੀ ਜਾਣਾ ਹੁੰਦਾ ਕਿ ਵੀ ਅਗਲਾ ਪ੍ਰੋਗਰਾਮ ਵੀ ਹੁੰਦਾ ਇੱਕ ਦਿਨ 'ਚ ਦੋ ਪ੍ਰੋਗਰਾਮ ਵੀ ਫੜੇ ਹੁੰਦੇ ਨੇ ਅਤੇ ਉੱਧਰ ਵੀ ਜਾਣਾ ਹੁੰਦਾ ਅਤੇ ਉਹ ਫਿਰ ਘੇਰ ਰਹੇ ਨੇ ਸਾਡੇ ਵਰਗੇ ਬਿਲਕੁਲ ਮੇਰੇ ਨਾਲ ਦੋ ਤਿੰਨ ਵਾਰੀ ਹੋਈ ਆ ਭਾਅ ਜੀ ਮੈਂ ਵਿਆਹ ਸ਼ਾਦੀ 'ਚ ਬਾਈ ਵੱਗ ਗਿਆ ਇੱਕ ਵਾਰੀ ਅਤੇ ਉਹਨੇ ਫੋਟੋ ਫੋਟੋ ਕਰਾਉਣੀ ਜਿਹਨੇ ਬੁੱਕ ਕਰਾਇਆ ਸੀ ਮੈਨੂੰ ਕਹਿੰਦਾ ਤੂੰ ਬੁਲਾ ਕਿਉਂ ਜਾਂ ਮਾਈਕ ਮੇਰੇ ਕੋਲ ਜਾਂ ਘਰ ਵਾਲੇ ਮਾਈਕ ਕੋਲ ਕਹਿੰਦਾ ਬੁਲਾ ਇੱਥੇ ਫਿਰ ਭਾਈ ਜੀ ਕੋਲ ਕੋਲ ਕਰਕੇ ਚਲੋ ਆਪਸੀ ਉਹਨਾਂ ਨੇ ਸੈਟਲਮੈਂਟ ਕੀਤੀ ਵੀ ਕੋਈ ਤੁਹਾਨੂੰ ਮਿਲਾਂਗੇ ਫੋਟੋ ਕਰਾ ਲਾਂਗੇ ਇੱਕ ਵਾਰੀ ਤਾਂ ਜਿਹੜੇ ਦਾਰੂ ਪਿਆਲੇ ਹੁੰਦੇ ਭਾਅ ਜੀ ਉਹ ਤਾਂ ਫਿਰ ਸਿੱਧਾ ਮੈਨੂੰ ਪਤਾ ਸੀ ਵੀ ਇਹ ਬੰਦਾ ਮੈਨੂੰ ਘੇਰੂਗਾ ਭਾਅ ਜੀ ਵੱਗ ਗਏ ਮੈਂ ਸਾਜਿਆਂ ਨੂੰ ਕਹਿੰਦਾ ਮੈਂ ਬਾਈ ਜਦੋਂ ਜਾਣ ਲੱਗੇ ਮੈਨੂੰ ਫੋਨ ਕਰਦੀ ਮੈਂ ਫਲੱਸ਼ ਲੁਕਦਾ ਜਾ ਕੇ ਇਹ ਬੜਾ ਇਹ ਮੈਂ ਐਕਸਪੀਰੀਅੰਸ ਕੀਤਾ ਹੋਇਆ ਅਸੀਂ ਨਾ ਮਤਲਬ ਕਿ ਇਹ ਤਾਂ ਮੈਂ ਸ਼ੁਕਰਗੁਜ਼ਾਰ ਹੁੰਦਾ ਪਰਮਾਤਮਾ ਦੇ ਇੱਕ ਵਾਰੀ ਕਿ ਜਦੋਂ ਮੈਂ ਜ਼ਿੰਦਗੀ ਦੀ ਸਟਾਰਟਿੰਗ ਇਸ ਲਾਈਨ ਦੀ ਸਟਾਰਟਿੰਗ ਹੀ ਕੀਤੀ ਨਾ ਅਤੇ ਪਹਿਲਾ ਜਿਹੜਾ ਅਸੀਂ ਇਵੈਂਟ ਕਵਰ ਕਰ ਰਹੇ ਸੀਗੇ ਉਹਦੇ 'ਚ ਮੈਂ ਦਲਜੀਤ ਭਾਈ ਦਾ ਲਾਈਵ ਸ਼ੋਅ ਸੀਗੇ ਸੱਜਣ ਸਿੰਘ ਰੰਗਰੂਟ ਚੱਲਦੀ ਸੀ ਉਹ ਸੱਜਣ ਸਿੰਘ ਰੰਗਰੂਟ ਦੀ ਪ੍ਰਮੋਸ਼ਨ 'ਤੇ ਦਲਜੀਤ ਭਾਈ ਨੇ ਹਰੇਕ ਸ਼ਹਿਰ 'ਚ ਜਾ ਕੇ ਕੌਂਸਰਟ ਲਾਇਆ ਸੀ ਠੀਕ ਹੈ ਉਹ ਸਾਨੂੰ ਕਵਰੇਜ ਕਰਨ ਦਾ ਮੌਕਾ ਮਿਲਦਾ ਹੈ ਅਤੇ ਨਾਲ ਹੁੰਦੇ ਸੀ ਜਰਨੈਲ ਭਾਅ ਜੀ ਜਰਨੈਲ ਭਾਈ ਜੇ ਤੁਹਾਨੂੰ ਪਤਾ ਹੋਵੇ ਬੰਬ ਚਾਚਾ ਉਸ ਫਿਲਮ 'ਚ ਕਰੈਕਟਰ ਕਰ ਰਹੇ ਸੀ ਬੰਬ ਚਾਚਾ ਹੈ ਨਾ ਅਤੇ ਭਾਅ ਜੀ ਉਹਨਾਂ ਦੀ ਟੀਮ 'ਚ ਸੀਗੇ ਉਦੋਂ ਅਸੀਂ ਅਤੇ ਦਲਜੀਤ ਭਾਈ ਦੀ ਗੱਡੀ ਸਟੇਜ ਦੇ ਬਿਲਕੁਲ ਕੋਲ ਆਉਂਦੀ ਸੀ ਉੱਥੇ ਉਹ ਨਿਕਲ ਜਾਂਦੇ ਸੀ ਅਤੇ ਜਰਨੈਲ ਭਾਈ ਨੂੰ ਆਦਤ ਹੈ ਕਿ ਮੈਂ ਊਂ ਹੀ ਨਿਕਲਣਾ ਜਲੰਧਰ ਦੀ ਗੱਲ ਹੈ ਜਲੰਧਰ ਦੇ ਵਿੱਚ ਭਾਈ ਅਸੀਂ ਉਹਨੂੰ ਜਰਨੈਲ ਭਾਅ ਜੀ ਸਟੇਜ ਤੋਂ ਥੱਲੇ ਉਤਰੇ ਦਲਜੀਤ ਤਾਂ ਮਿਲਿਆ ਨਹੀਂ ਭਾਅ ਜੀ ਦੇ ਦੁਆਲੇ ਝੁੰਡ ਭਾਅ ਜੀ ਮਤਲਬ ਕਿ ਸਮਝ ਲਓ ਗੋਡਿਆਂ ਭਾਰ ਬਹਿ ਗਏ ਉੱਤੋਂ ਦੀ ਲੋਕ ਫੋਟੋਆਂ ਖਿੱਚਣ ਅਤੇ ਮੈਂ ਸਿਕਿਉਰਿਟੀ ਵਾਲੇ ਨੂੰ ਆਵਾਜ਼ ਮਾਰੀ ਮੈਂ ਕਿਹਾ ਤੁਸੀਂ ਇੱਥੇ ਕੀ ਕਰਦੇ ਹੋ ਭਰਾਵਾ ਆ ਕੇ ਕਢਾਓ ਸਾਨੂੰ ਉਹ ਮੈਨੂੰ ਪਤਾ ਮੈਂ ਦਲਜੀਤ ਭਾਈ ਤੋਂ ਵੀ ਜ਼ਿਆਦਾ ਔਖਾ ਜਰਨੈਲ ਭਾਈ ਨੂੰ ਲੈ ਕੇ ਗਿਆ ਗੱਡੀ ਤੱਕ ਇਹ ਚੀਜ਼ਾਂ ਬਹੁਤ ਹੁੰਦੀਆਂ ਇੰਨੇ ਇਕੱਠ ਦੇ ਵਿੱਚ ਅਤੇ ਇੱਕ ਜਿਵੇਂ ਵੀਰ ਨੇ ਇੱਕ ਗੱਲ ਦੱਸੀ ਉਹ ਮੇਰੀ ਗੱਲ ਵਿੱਚ ਰਹਿ ਗਈ ਮੈਂ ਦੱਸਦਾ ਜਿਵੇਂ ਉਹ ਕਹਿੰਦੇ ਕਿ ਬਾਈ ਨੂੰ ਯਾਦ ਸੀ ਫੋਟੋ ਪਾਉਣੀ ਹੈ ਨਾ ਅਸੀਂ ਰੋਟੀ ਗਾਣਾ ਸ਼ੂਟ ਕਰਦੇ ਸੀ ਦਲਜੀਤ ਦੋਸਾਂਝ ਦਾ ਉਹ ਸੱਜਣ ਸਿੰਘ ਰੰਗਰੂਟ ਦਾ ਐਂਡਲ 'ਤੇ ਪ੍ਰਮੋਸ਼ਨਲ ਟਰੈਕ ਸੀਗਾ ਰੋਟੀ ਤੁਸੀਂ ਸੁਣਿਓ ਤੁਹਾਨੂੰ ਬਹੁਤ ਸੋਹਣਾ ਗਾਣਾ ਮੈਨੂੰ ਹੁਣ ਲਿਰਿਕਸ ਨਹੀਂ ਉਹਦੇ ਯਾਦ ਅਤੇ ਅਸੀਂ ਫੋਟੋ ਖਿਚਾਈ ਜਿਵੇਂ ਹੁੰਦਾ ਨਹੀਂ ਜਦੋਂ ਆਪਾਂ ਦੋਵੇਂ ਫੋਟੋ ਖਿਚਾ ਰਹੇ ਹਾਂ ਬਾਈ ਨੇ ਖਿੱਚਤੀ ਜਦੋਂ ਮੈਂ ਅਤੇ ਬਾਈ ਖਿਚਾ ਰਹੇ ਹਾਂ ਕਿਸੇ ਹੋਰ ਨੇ ਖਿੱਚਤੀ ਹੈ ਨਾ ਅਤੇ ਉਹ ਫੋਟੋਆਂ ਸੀ ਦਲਜੀਤ ਭਾਈ ਦੇ ਕੋਲ ਅੱਛਾ ਜੀ ਅਤੇ ਸਾਨੂੰ ਇਹ ਸੀਗਾ ਕਿ ਭਾਅ ਜੀ ਨੇ ਤਾਂ ਇੱਕ ਅੱਧੀ ਪੋਸਟ ਕਰਨੀ ਆ ਸਾਰੇ ਗਰੁੱਪ ਦੀ ਫੋਟੋ ਸੀ ਸਾਨੂੰ ਲੱਗਾ ਕਿ ਇੱਕ ਇੱਕ ਬੰਦੇ ਦੀ ਕਿਸਮਤ ਜਾਗਣੀ ਹੈ ਜਾਂ ਤਾਂ ਇਹ ਤੇਰੀ ਜਾਗ ਜੂ ਤੇਰੀ ਪੈ ਜੂ ਜਾਂ ਮੇਰੀ ਜਾਗ ਜੂ ਪਰ ਮੈਂ ਉਸ ਟਾਈਮ ਬੜਾ ਖੁਸ਼ ਹੋਇਆ ਬਾਈ ਨੇ ਦੋਵੇਂ ਫੋਟੋਆਂ ਪੋਸਟ ਕੀਤੀਆਂ ਇੱਕ ਇੱਕ ਬੰਦੇ ਦਾ ਫਰਕ ਸੀਗਾ ਪਰ ਬਾਈ ਨੇ ਦੋਵੇਂ ਫੋਟੋਆਂ ਪੋਸਟ ਕੀਤੀਆਂ ਪਰ ਉਦੋਂ ਮੈਨੂੰ ਪਤਾ ਲੱਗਿਆ ਕਿ ਉਹ ਆਰਟਿਸਟ ਵੀ ਕਿੰਨਾ ਡੀਪਲੀ ਇਸ ਚੀਜ਼ ਨੂੰ ਜਾਣਦਾ ਹੈ ਨਾ ਐਮੀ ਬਾਈ ਨੇ ਵੀ ਇੱਦਾਂ ਹੀ ਕੀਤਾ ਬਹੁਤ ਵਾਰ ਐਮੀ ਬਾਈ ਵੀ ਹਮੇਸ਼ਾ ਇੱਦਾਂ ਕਰਦਾ ਫੋਟੋਆਂ ਖਿੱਚਦਾ ਪਰ ਕਿਤੇ ਕਿਤੇ ਤੁਸੀਂ ਉਸ ਆਰਟਿਸਟ ਦੀ ਮਨੋਵਿਰਥਾ ਨੂੰ ਨਹੀਂ ਸਮਝ ਸਕਦੇ ਕਿ ਉਹ ਕਿਸ ਚੀਜ਼ ਤੋਂ ਗੁਜ਼ਰ ਰਿਹਾ ਉਸ ਟਾਈਮ ਲੰਘਣਾ ਹਰੇਕ ਨੂੰ ਨਹੀਂ ਬੁਲਾ ਸਕਦਾ ਜਦੋਂ ਤੱਕ ਤੁਸੀਂ ਉਸ ਲੈਵਲ 'ਤੇ ਜਾਂ ਉਸ ਥਾਂ 'ਤੇ ਖੜ੍ਹ ਕੇ ਮਹਿਸੂਸ ਨਹੀਂ ਕਰਦੇ ਕਈ ਵਾਰੀ ਸਿੰਗਰ ਜੇ ਕੋਈ ਆਪ ਬੁਲਾ ਲੈਂਦਾ ਦੂਜਾ ਕਹਿੰਦਾ ਬੁਲਾਈ ਇਹ ਤਾਂ ਆਪੇ ਬੁਲਾਈ ਉਹ ਛੋਟਾ ਸਮਝ ਲੈ ਐਂ ਵੀ ਬਹੁਤ ਵਾਰੀ ਹੁੰਦਾ ਭਾਅ ਜੀ ਹੁਣ ਬਾਈ ਦਾ ਮਤਾ ਹੀ ਹੈ ਇਹਦਾ ਕਈ ਵਾਰੀ ਚਲੋ ਹੈ ਨਹੀਂ ਜਿੰਨੇ ਕੁ ਜਾਣਦੇ ਆ ਇਹਨੇ ਆ ਗਏ ਹਾਂ ਬਾਈ ਠੀਕ ਆ ਸੁਰਿੰਦਰ ਬਾਈ ਠੀਕ ਆ ਜਿੰਨੇ ਕੁ ਅਸੀਂ ਵਿੱਚ ਦੇਣੇ ਆ ਭਾਅ ਜੀ ਜਿਹਦੇ ਬੰਦੇ ਦੇ ਦੱਸ ਕੇ ਹੋ ਗਏ ਉਹਨੂੰ ਵਿਆਹ ਹੋ ਜਾਂਦਾ ਮੇਰਾ ਯਾਰ ਦੱਸ ਕੇ ਮੈਂ ਤਾਂ ਆਹ ਚੀਜ਼ 'ਤੇ ਹਾਂ ਅੱਗੇ ਅਸੀਂ ਗੱਲ ਕਰਦੇ ਹਾਂ ਬਾਈ ਕਹਿੰਦਾ ਜਿੰਨਾ ਟਾਈਮ ਕਿਉਂ ਸਿੱਖਣ ਨੂੰ ਮਿਲਦੀਆਂ ਬਾਈ ਤੋਂ ਵਰਿੰਦਰ ਬਾਈ ਕਰਨ ਲੱਗ ਜੋ ਜਿੰਨਾ ਟਾਈਮ ਵਿੱਕੀ ਕਹਿੰਦਾ ਆਪਾਂ ਕਿਸੇ ਨੂੰ ਮਿਲਦੇ ਨਹੀਂ ਬੁਲਾਉਂਦੇ ਨਹੀਂ ਉਹਨਾਂ ਟਾਈਮ ਆਪਾਂ ਨੂੰ ਨਹੀਂ ਬੁਲਾਵਾਂਗੇ ਫਿਰ ਹੀ ਅਗਲੇ ਦਾ ਪਿਆਰ ਬਣੂ ਅਗਲਾ ਆਪਣੇ 'ਤੇ ਉਹ ਆਊਗਾ ਵਿਸ਼ਵਾਸ ਵੀ ਇੱਕ ਆ ਜੇ ਆਪਾਂ ਗੱਲਾਂ ਤੁਹਾਡਾ ਵਾਲੀ ਉਹੀ ਗੱਲ ਆ ਗਈ ਜਿੰਨਾ ਚਿਕਰ ਹੁਣ ਭਾਅ ਜੀ ਆਪਾਂ ਤਿੰਨੇ ਬੈਠੇ ਹਾਂ ਵੀਰੇ ਇੱਕ ਦੂਜੇ ਨੂੰ ਫਰੋਲ ਰਹੇ ਹਾਂ ਵੀ ਦੂਰੋਂ ਤਾਂ ਭਾਅ ਜੀ ਆਪਾਂ ਉਦੋਂ ਮਿਲੇ ਹਾਂ ਬਾਈ ਤਰਨ ਬਾਈ ਠੀਕ ਆ
ਡੀਪਲੀ ਤਾਂ ਅੱਜ ਹੀ ਗਏ ਆਪਾਂ ਗੱਲਾਂ ਬਾਤਾਂ ਕੀਤੀਆਂ। ਕਹਿੰਦਾ ਜਿੰਨਾ ਟਾਈਮ ਮਿਲਦੇ ਨਹੀਂ ਆਪਾਂ ਜੱਜ ਨਹੀਂ ਹੁੰਦਾ। ਇੱਕ ਹੋਰ ਆ ਕਹਿੰਦਾ ਜੇ ਬੁਲਾਵਾਂਗੇ ਓਨਾ ਹੀ ਆਪਾਂ ਆਪਣੇ ਲਈ ਬਿਹਤਰ ਆ, ਓਨਾ ਹੀ ਆਪਣੇ ਲਈ ਅੱਗੇ ਲਈ ਆਪਣੇ ਲਈ ਸਕਸੈਸਫੁੱਲ ਆ ਚੀਜ਼। ਬਾਈ ਅਸੀਂ ਮੇਲੇ ਵਾਲੀ ਫੇਰ ਆ ਜਾਂਦੀ ਆ, ਤੁਸੀਂ ਮੇਲੇ ਵਾਲੀ ਗੱਲ ਦੱਸੋ ਬਾਈ। ਮੇਲੇ ਵਾਲੀ ਗੱਲ ਦੋ ਤਿੰਨ ਹੋ ਗਈ। ਮੇਲੇ ਵਾਲੀ ਭਾਜੀ ਮੈਨੂੰ ਨੀ ਪਤਾ ਵੀ ਮੇਲਾ ਕੀ ਗੱਲਬਾਤ ਆ ਭਾਜੀ, ਆਪਾਂ ਨੀ ਕਦੇ ਇੱਥੋਂ ਦੀ ਗੱਲ ਆ, ਇੱਥੋਂ ਦੀ ਗੱਲ ਆ ਭਾਜੀ। ਮੈਂ ਕਿਸੇ ਆਪਾਂ ਨਾਮ ਨੀ ਲੈਂਦੇ ਸਾਡੇ, ਮੈਂ ਮੇਲੇ 'ਤੇ ਚਲੇ ਗਏ ਭਾਜੀ। ਇਹ ਕਹਿੰਦਾ ਮੇਲੇ ਚੱਲਣਾ, ਮੈਂ ਕਿਹਾ ਚੱਲ ਯਾਰ। ਮੈਂ ਇਹਨੂੰ ਕਿਹਾ ਸੀ ਮੈਂ ਮੇਲੇ ਦੇ ਬਾਅਦ ਜਾਵਾਂਗੇ, ਆਪਾਂ ਨਾ ਦੋ ਇੱਕ ਦੋ ਮੁੰਡੇ ਬੁਲਾ ਰਹੇ, ਆਪਾਂ ਵੀਡੀਓ ਬਣਾ ਲਈਏ ਪਹਿਲਾਂ ਵੀ ਆਪਾਂ ਇੰਸਟਾਗ੍ਰਾਮ 'ਤੇ ਪਾਉਣ ਵਾਸਤੇ, ਮੇਰੇ ਕੋਲ ਵੀਡੀਓ ਨਹੀਂ ਹੈਗੀ। ਕਹਿੰਦਾ ਆਪਾਂ ਮੇਲੇ 'ਚ ਚੱਲਦੇ ਹਾਂ ਯਾਰ ਆਇਆ। ਇਹ ਭਾਜੀ ਮੇਲੇ 'ਚ ਲੈ ਗਿਆ ਮੈਨੂੰ, ਅਤੇ ਉੱਥੇ ਮੀਂਹ ਪੈ ਜਾ ਕਰੇ, ਕਦੇ ਹਟ ਜਾ ਕਰੇ। ਅਸੀਂ ਉਹਨਾਂ ਤੋਂ ਟਾਈਮ ਵੀ ਮੰਗਿਆ ਅਤੇ ਉਹ ਕਹਿੰਦੇ ਸੋਰੀ ਬ੍ਰੋ, ਅਸੀਂ ਤੁਹਾਨੂੰ ਟਾਈਮ ਨਹੀਂ ਦੇ ਸਕਦੇ। ਚਲੋ ਕੋਈ ਗੱਲ ਨਹੀਂ, ਮੈਂ ਕਿਹਾ ਵੀ ਆਪਾਂ ਕਿਹੜਾ ਵੀ ਉਹੀ ਗੱਲ ਵੀ ਜਲਦੀ ਸਜਾ ਜਾਂ ਵੀ ਆਪਾਂ ਨੂੰ ਟਾਈਮ ਮਿਲੂਗਾ ਹੀ ਮਿਲੂਗਾ, ਵੀ ਕੋਈ ਗੱਲ ਨਹੀਂ ਨਾ ਕਰਦੇ ਆਪਾਂ ਖਾਲੀ ਹੱਥ ਆਏ ਸੀ, ਖਾਲੀ ਹੱਥੇ ਵਗ ਜਾਂਗੇ ਠੀਕ ਹੈ। ਅਤੇ ਇਹ ਕਹਿੰਦਾ ਕੋਈ ਗੱਲ ਨਹੀਂ ਤੂੰ ਖੜ੍ਹ ਜਾ ਯਾਰ, ਵੀ ਆਪਾਂ ਟਾਈਮ ਲਾਵਾਂਗੇ। ਫਿਰ ਵੀ ਮੈਂ ਖੜ੍ਹ ਗਿਆ, ਮੈਂ ਕੋਈ ਗੱਲ ਨਹੀਂ, ਮੈਨੂੰ ਕਿਹੜਾ ਕਾਹਲੀ ਸੀ ਇੱਥੇ ਆਪਣੇ ਕਿਹੜਾ ਟਰੱਕ ਚੱਲਦਾ ਭਾਜੀ, ਮੈਂ ਕੋਈ ਗੱਲ ਨਹੀਂ ਭਾਈ ਖੜ੍ਹਿਆ। ਸ਼ਾਮ ਜੀ ਨੂੰ ਭਾਜੀ ਜਦੋਂ ਮੇਲੇ ਦੀ ਸਮਾਪਤੀ ਹੋਈ, ਇੱਕ ਬੰਦਾ ਇਹਦੇ ਕੋਲ ਆਇਆ, ਕਹਿੰਦਾ ਯਾਰ ਪਾਓ ਦੋ ਤਿੰਨ ਬੋਲੀਆਂ ਪਾਇਓ। ਅਸੀਂ ਭਾਈ ਇੱਕ ਬੋਲੀ ਸਟਾਰਟ ਕੀਤੀ ਸੀ, ਸਾਰੇ ਮੇਲੇ ਜਿੰਨੇ ਵੀ ਫਿਰਦੇ ਸੀਗੇ ਸਾਰੇ ਆਸੇ ਪਾਸੇ, ਇੰਨੇ ਕੁ ਲੋਕਾਂ ਨੇ ਵੀਡੀਓ ਬਣਾਈਆਂ, ਅਸੀਂ ਇੱਕ ਬੋਲੀ ਵਾਸਤੇ ਬੁੱਕ ਝੂ ਜਾਇਆ ਸੀ। ਮੈਨੂੰ ਤਾਂ ਘੱਟੋ ਘੱਟ ਸੀ ਘੰਟਾ ਡੇਢ ਘੰਟਾ ਲੱਗੇ ਰਹੇ, ਅਤੇ ਸਾਰੇ ਨੱਚ ਕੇ ਗਏ। ਅਤੇ ਜਿਹੜੇ ਬੰਦੇ ਨੇ ਸਾਨੂੰ ਟਾਈਮ ਨਹੀਂ ਦਿੱਤਾ ਸੀ ਉਹ ਵੀ ਸੋਰੀ ਬੋਲ ਕੇ ਗਿਆ, ਸਾਨੂੰ ਕਹਿੰਦਾ ਵੀ ਸਾਨੂੰ ਨਹੀਂ ਪਤਾ ਵੀ ਤੁਸੀਂ ਆਹ ਵਾਈਬ ਕ੍ਰੀਏਟ ਕਰ ਸਕਦੇ ਹੋਗੇ, ਅਤੇ ਬਲਕਿ ਬਹੁਤ ਹੀ ਵਧੀਆ ਲੱਗਿਆ। ਅਤੇ ਉੱਥੇ ਜਿਹੜਾ ਮੈਨੂੰ ਕਹਿੰਦੇ ਕਰੇ ਇੱਥੇ ਬੋਲੀ ਬਾਅਦ ਕਿਸੇ ਦੀਆਂ, ਅਸੀਂ ਪ੍ਰਮੋਸ਼ਨਾਂ ਵੀ ਫ੍ਰੀ 'ਚ ਕੀਤੀਆਂ ਭਾਅ ਜੀ। ਕੋਈ ਕਹਿੰਦਾ ਸਾਡੇ ਆਹ ਸਟਾਲ ਹੈਗੇ ਅਤੇ ਬੋਲੀ ਪਾ, ਕੋਈ ਕਹਿੰਦਾ ਸਾਡੀ ਆਹ ਸਟਾਲ ਹੈ ਅਤੇ ਆਪਦੇ ਸਟਾਲਾਂ 'ਤੇ ਜਾ ਕੇ ਸਾਡੇ ਨਾਲੇ ਮਾਨ ਤਾਨ ਕਰੀਏ, ਨਾਲੇ ਬੋਲੀਆਂ ਪਵਾਈਏ। ਅਤੇ ਇੱਕ ਬੋਲੀ ਬੜੀ ਵਾਇਰਲ ਹੋਈ ਆ, ਉਹ ਵੀ ਵਧੀਆ ਚੱਲੀ ਜਾਂਦੀ ਹੈ। ਅਤੇ ਉਹਨਾਂ ਨੇ ਸਪੈਸ਼ਲ ਸਾਨੂੰ ਬੰਦੇ ਨੇ ਸਾਨੂੰ ਸਪੈਸ਼ਲ ਕਾਲ ਕੀਤੀ ਵੀ ਭਾਅ ਜੀ ਤੁਸੀਂ ਸਾਡੇ ਹੋਟਲ 'ਤੇ ਆ ਕੇ ਜਾਈਓ, ਤੁਹਾਨੂੰ ਪ੍ਰਸ਼ਾਦਾ ਪਾਣੀ ਛਕਾਉਣਾ ਹੈਗਾ, ਵੀ ਤੁਹਾਡੇ ਕਰਕੇ ਸਾਡੀ ਬਹੁਤ ਪ੍ਰਮੋਸ਼ਨ ਹੋਈ ਹੈ। ਮਤਲਬ ਕਿ ਕੁਛ ਨਹੀਂ ਸੀ, ਬਹੁਤ ਕੁਝ ਲੈ ਕੇ ਨਿਕਲਿਆ ਉੱਥੋਂ। ਅਤੇ ਇਹ ਪਿਆਰ ਹੁੰਦਾ, ਮਤਲਬ ਕਿ ਕਈ ਵਾਰੀ ਤੁਹਾਨੂੰ ਲੋਕ ਜੱਜ ਨਹੀਂ ਕਰ ਪਾਉਂਦੇ ਸਹੀ ਤਰੀਕੇ ਨਾਲ। ਹਰ ਮੈਂ ਅੱਗੇ ਵੀ ਕਹਿਣਾ ਹੁੰਦਾ ਕਿ ਬੰਦੇ ਨੂੰ ਨਾ ਜਦੋਂ ਦੁਨੀਆਂ ਨੂੰ ਦੇਖਣਾ ਤਾਂ ਦੁਨੀਆਂ ਦੀ ਨਿਗਾਹ ਨਾਲ ਦੇਖਣਾ ਚਾਹੀਦਾ। ਹਾਂਜੀ, ਆਪਣੀ ਨਿਗਾਹ ਨਾਲ ਅਸੀਂ ਦੇਖਦੇ ਹਾਂ, ਆਪਾਂ ਨੂੰ ਉਹੀ ਦੇਖਦਾ ਜੋ ਆਪਾਂ ਦੇਖਣਾ ਚਾਹੁੰਦੇ ਹਾਂ। ਹਾਂਜੀ ਹਾਂਜੀ, ਜਿੰਨੀ ਦੇਰ ਤੱਕ ਅਸੀਂ ਇਹ ਨਹੀਂ ਦੇਖਦੇ ਕਿ ਦੁਨੀਆਂ ਦੀ ਨਿਗਾਹ ਨਾਲ ਕਿਵੇਂ ਆ ਬੰਦਾ, ਉਹ ਨਹੀਂ ਪਤਾ ਲੱਗਦਾ ਹੈ ਨਾ। ਅਤੇ ਤੁਹਾਡਾ ਜਿਹੜਾ ਐਕਸਪੀਰੀਅੰਸ, ਹੁਣ ਆਪਾਂ ਸੋਸ਼ਲ ਮੀਡੀਆ ਦੀ ਵੀ ਗੱਲ 'ਤੇ ਆ ਜਾਂਦੇ ਹਾਂ। ਸੋਸ਼ਲ ਮੀਡੀਆ 'ਤੇ ਤੁਸੀਂ ਜਿਹੜੀਆਂ ਚੀਜ਼ਾਂ ਪੋਸਟ ਕਰਦੇ ਹੋ, ਤੁਹਾਡਾ ਟੈਲੈਂਟ ਆ, ਅੱਜ ਕੱਲ੍ਹ ਦੇ ਮਾਹੌਲ ਦੇ ਵਿੱਚ ਕਿੰਨਾ ਕੁ ਟੈਲੈਂਟ ਸੋਸ਼ਲ ਮੀਡੀਆ 'ਤੇ ਪ੍ਰਮੋਟ ਹੋ ਰਿਹਾ ਅਤੇ ਕਿੰਨਾ ਕੁ ਕੁਛ। ਭਾਜੀ ਉਹੀ ਤੁਹਾਡੀ ਗੱਲ ਵਧੋ ਵਧੀ, ਤੁਹਾਡੀ ਗੱਲ ਮੂਹਰੇ ਵਧੋ ਵਧੀ। ਭਾਜੀ ਦੇਖੋ ਜਿਹੜੀ ਜਨਤਾ ਨਾ, ਆਡੀਅੰਸ ਆ ਜਿਹੜੀ, ਇਹ ਸਿਰਫ ਇੱਕ ਇੰਟਰਟੇਨਮੈਂਟ ਭਾਲਦੀ ਹੈ। ਉਹਨੇ ਐਂ ਦੇਖਣਾ ਵੀ ਇਹ ਚੀਜ਼ ਮੈਂ ਗਾਈ ਹੈ, ਤੁਸੀਂ ਗਾਈ ਹੈ ਜਾਂ ਵਿਕਰਮ ਵੀਰੇ ਨੇ ਗਾਈ ਹੈ, ਇਹ ਮੈਟਰੀ ਨਹੀਂ ਕਰਦਾ। ਕਲਿੱਕ ਹੋਣ ਦੀ ਗੱਲ ਆ, ਇੱਥੇ ਲੱਗੇ ਦੀ ਗੱਲ ਆ, ਚਾਹੇ ਉਹ ਬੇਸੁਰਾ ਹੋਵੇ। ਅਸਲ 'ਚ ਚਲੋ ਠੀਕ ਹੈ, ਤੁਸੀਂ ਮੈਨੂੰ ਪਤਾ ਕਿ ਗੱਲ ਕਰ ਰਹੇ ਹੋ ਵੀ ਚਲੋ ਸੋਨੂੰ ਸੀਤੂ ਵਾਲਾ ਚੱਲ ਰਿਹਾ ਅੱਜ ਕੱਲ੍ਹ ਹੈ ਨਾ, ਉਹਦੇ ਵਰਗਾ ਕੋਈ ਹੈ ਹੀ ਨਹੀਂ ਸੀ। ਜੋ ਤੁਸੀਂ ਅਲੱਗ ਕਰੋਗੇ, ਜੋ ਤੁਸੀਂ ਅਲੱਗ ਕਰੋਗੇ ਤਾਂ ਚੱਲੋਗੇ ਹੀ ਚੱਲੋਗੇ। ਸੁਰ ਚਗਾਉਣ ਵਾਲੇ ਬਹੁਤ ਨੇ। ਹਾਂ ਬਿਲਕੁਲ, ਸੁਰ ਚਗਾਓਗੇ ਅੱਜ ਕੱਲ੍ਹ ਭਾਜੀ, ਗਵਈਏ ਬਹੁਤ ਵਧੀਆ ਆ ਗਏ ਠੀਕ ਹੈ। ਸੁਰ ਉਹ ਬੇਸੁਰਾ, ਉਹ ਤਾਂ ਚੱਲਦਾ ਵੀ ਉਹ ਬੇਸੁਰਾ, ਜੇ ਉਹ ਸੁਰ ਚਾਹੁੰਦਾ ਉਹਨੂੰ ਕਿਹਨੇ ਪੁੱਛਣਾ ਸੀ। ਬਿਲਕੁਲ ਇਹੀ ਗੱਲ ਆ। ਬਾਕੀ ਉਹ ਗੁਰਬਾਣੀ 'ਚ ਵੀ ਲਿਖਿਆ ਵੀ ਸਾਹਿਬ ਹੱਥ ਵਟਾਈ ਜਿਸ ਹਿਸਾਬ ਤੋਂ ਦੇਵੇ, ਤੋਂ ਉਹਦੇ ਹੱਥ ਸਾਰਾ ਕੁਛ ਹੈ। ਉਹਨੇ ਜਿਹਨੂੰ ਦੇਣਾ, ਕਦੋਂ ਦੇਣਾ, ਕਿੰਨਾ ਦੇਣਾ, ਉਹਦੇ ਹੱਥ 'ਚ ਆ ਠੀਕ ਹੈ ਨਾ ਜੀ। ਆਏ ਵੀ ਕਹਿ ਸਕਦੇ ਵੀ ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ ਠੀਕ ਹੈ ਜੀ। ਬਸ ਬਹੁਤ ਲੋਕ ਜਿਹੜੇ ਟੈਲੈਂਟਡ ਵੀ ਆ ਹੈ ਨਾ ਵਿਕਰਮ ਵੀਰੇ, ਬਹੁਤ ਸਾਰੇ ਟੈਲੈਂਟਡ ਬੇਚਾਰੇ ਆਰਟਿਸਟ ਦੇਖਦਾ ਮੈਂ,
ਇੰਨੇ ਸੋਹਣੇ ਸੋਹਣੇ ਸਕੈਚ ਬਣਾਉਂਦੇ ਪਰ ਕੋਈ ਵੇਖਣਾ ਨਹੀਂ ਪਸੰਦ ਕਰਦਾ, ਕੋਈ ਇੱਕ ਐਜੂਕੇਸ਼ਨ ਵਾਲੀਆਂ ਚੀਜ਼ਾਂ ਪਾਉਂਦੇ ਕੋਈ ਦੇਖਣਾ ਨਹੀਂ ਪਸੰਦ ਕਰਦਾ ਲੋਕਾਂ ਨੂੰ, ਜੇ ਕੋਈ ਨੈਗੇਟਿਵ ਪਾਓ ਚੀਜ਼ ਬਹੁਤ ਜਲਦੀ ਚੱਲਦੀ ਆ, ਜੇ ਕੋਈ ਵੈਸੇ ਹੀ ਕਿਸੇ ਖਿਲਾਫ਼ ਪਾ ਦਿਓ ਉਹੀ ਗੱਲ ਹੋ ਗਈ ਨਾ ਭਾਅ ਜੀ, ਤੁਸੀਂ ਦੁੱਧ ਪੀਓ ਹੌਲੀ ਹੌਲੀ ਅਸਰ ਕਰੂਗਾ, ਤੁਸੀਂ ਜ਼ਹਿਰ ਖਾਓ ਤੁਸੀਂ 15 ਮਿੰਟਾਂ ਬਾਅਦ ਘੁੱਗੂ ਬੋਲ ਜੂਗਾ, ਜਿਹੜੀ ਜ਼ਹਿਰ ਵਾਲੀ ਚੀਜ਼ ਉਹ ਛੇਤੀ ਫੈਲਦੀ ਹੈ, ਠੀਕ ਹੈ ਨਾ, ਜਿਹੜੀ ਸਰੀਰ ਨੂੰ ਫਾਇਦਾ ਦਿੰਦੀ ਹੈ ਉਹ ਹੌਲੀ 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 ਹੌਲੀ, ਕਿਉਂਕਿ ਉਹਨੇ ਸਾਰੀ ਉਮਰ ਅਸਰ ਕਰਨਾ ਹੁੰਦਾ ਨਾ, ਉਹ ਚੀਜ਼ ਨੇ ਭਾਅ ਜੀ ਸਾਰੀ ਉਮਰ ਤੁਹਾਡੇ ਨਾਲ ਰਹਿਣਾ, ਇਸ ਕਰਕੇ ਹੌਲੀ 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 ਦਿਮਾਗ 'ਚ ਫਿੱਟ ਹੁੰਦੀ ਹੈ। ਘਰ ਬਣਾਉਣ ਲੱਗ ਜਾਂਦੇ ਭਾਅ ਜੀ ਢਾਹ 2 ਦਿਨਾਂ 'ਚ ਹੀ ਜਾਂਦਾ, ਬਣਾਉਣ 'ਤੇ ਸਾਰੀ ਉਮਰ ਲੱਗ ਜਾਂਦੀ ਬੰਦੇ, ਉਹ ਚੀਜ਼ ਹੁੰਦੀ ਭਾਅ ਜੀ ਜਿਹੜੀ ਗਲਤ ਚੀਜ਼ ਹੈ ਉਹ ਬੜੀ ਛੇਤੀ ਫੈਲਦੀ ਹੈ। ਆਪਣਾ ਇੰਟਰਵਿਊ ਮੈਂ ਕਹਿੰਦਾ ਚਲਾਉਣਾ ਨਾ ਆਪਾਂ ਲੜ ਪੈਂਦੇ ਨਾ, ਮੂਲੀਆਂ ਦੋ ਸਕਿੰਟਾਂ 'ਚ ਬਾਜੂ ਮੈਨੂੰ ਸਾਡਾ ਬੰਦਾ ਅਗਲਾ ਸਾਰੀ ਆਈ ਦੇਖ ਜੂ ਵੀ ਕਦੋਂ ਲੜਨਗੇ ਇਹ, ਕਦੋਂ ਲੜੇ ਜਾਂਦਾ, ਲੜਾਈ ਭਾਲਦੀ ਸਵਾਦ ਭਾਲਦੀ ਵੀ ਹਰੀਆਂ ਬੋਤਲਾਂ ਲਾਲ ਬੋਤਲਾਂ ਲਟਾਉਣੇ ਆ ਬਾਈ, ਤੂੰ ਹੀ ਮਾੜਾ ਕੀਤਾ ਬੁਲਾ ਕੇ, ਤੂੰ ਕੀਤਾ ਚੀਜ਼ਾਂ। ਹਾਂ ਬਾਅਦ 'ਚੋਂ ਆਪਾਂ ਹੋਰ ਵਧਾਉਣੀਆਂ ਇੰਸਟਾਗ੍ਰਾਮ 'ਤੇ ਲਾਈਵ ਹੋ ਜਾਓ, ਹਾਂ ਹਾਂ ਹੁਣ ਦੱਸ ਮੈਨੂੰ ਤੂੰ ਕੀ ਕਹਿੰਦਾ ਆਪਾਂ ਬਾਅਦ 'ਚ ਹੋਣ ਗਏ ਭਾਅ ਜੀ ਆਹ ਗੱਲ ਨਾ ਕਹੀਓ ਮੈਨੂੰ, ਅੱਛਾ ਠੀਕ ਆ ਓਕੇ, ਇਹ ਚੀਜ਼ਾਂ ਹੁੰਦੀਆਂ ਭਾਅ ਜੀ ਮੈਂ ਸੱਚੀ ਹੈ ਸੱਚੀ ਗੱਲਾਂ ਨੇ, ਅਸੀਂ ਮੀਡੀਆ ਲਾਈਨ 'ਚ ਸਾਨੂੰ ਪਤਾ ਕਿਹੜੇ ਸੱਚੀਆਂ ਗੱਲਾਂ ਕੰਟਰੋਵਰਸੀ, ਮੈਂ ਔਨ ਫਰੇਮ ਕਹਿ ਦਿੰਦਾ ਕਿ ਕੰਟਰੋਵਰਸੀ ਝੂਠੀਆਂ ਨੇ, ਤਾਂ ਵੱਡੇ ਤੋਂ ਵੱਡੇ ਸਿੰਗਰ ਦੀਆਂ ਹੋਣ ਕਿਸੇ ਦੀਆਂ ਵੀ ਹੋਣ ਮੈਂ ਨਾਂ ਨਹੀਂ ਲੈਂਦਾ, ਪਰ ਸਭ ਝੂਠੀਆਂ ਨੇ, ਸਭ ਇੱਕ ਦੂਸਰੇ ਨੂੰ ਪਤਾ ਆ, ਹਰ ਇੱਕ ਬੰਦੇ ਨੇ ਬੰਦਾ ਹਾਇਰ ਕੀਤਾ ਆ ਕਿ ਤੂੰ ਮੇਰੇ ਪੋਸਟ ਨੂੰ ਪਾਉਣਾ ਆ, ਹਰੇਕ ਬੰਦੇ ਨੇ ਬੰਦੇ ਹਾਇਰ, ਤੁਸੀਂ ਦੇਖੋ ਟ੍ਰੋਲ ਕਿਵੇਂ ਬਣ ਜਾਂਦੇ, ਇੱਡਾ ਤਾਂ ਵਿਹਲਾ ਹੈ ਨਹੀਂ ਕੋਈ ਸਾਡੇ ਵਰਗਾ ਕੰਮ ਕਰਦਾ ਟ੍ਰੋਲ, ਉਹ ਟ੍ਰੋਲ ਬਣਾਏ ਜਾਂਦੇ ਤਾਂ ਉਹਨਾਂ ਨੂੰ ਵਾਇਰਲ ਕੀਤਾ ਜਾਂਦਾ, ਇਹ ਚੀਜ਼ਾਂ ਸਿਰ ਆ ਜਿਹੜਾ ਮੀਡੀਆ 'ਚ ਬੰਦਾ ਉਹ ਸਮਝ ਸਕਦਾ, ਇਹ ਸੱਚੀ ਟ੍ਰੋਲ ਬਣਾਏ ਜਾਂਦੇ ਨੇ, ਵਾਇਰਲ ਕੀਤੇ ਜਾਂਦੇ ਨੇ, ਉਹਨਾਂ ਨੂੰ ਬਣਾਇਆ ਹੀ ਉਸ ਮੌਕੇ ਦੇ ਹਿਸਾਬ ਨਾਲ ਜਾਂਦਾ। ਹੁਣ ਵਰਲਡ ਕੱਪ ਜਦੋਂ ਜਿੱਤੀ ਹੈ, ਇੱਕ ਚੈਨਲ ਆ ਮਤਲਬ ਕਿ ਮੈਨੂੰ ਨਾਂ ਨਹੀਂ, ਚਲੋ 4-5 million ਸਬਸਕ੍ਰਾਈਬਰ ਹੈ ਇੰਡੀਆ ਦਾ ਚੈਨਲ ਆ ਕੋਈ, ਵਰਲਡ ਕੱਪ ਜਿੱਤਣ ਤੋਂ ਪਹਿਲਾਂ ਮਤਲਬ ਕਿ ਵਰਲਡ ਕੱਪ ਜਿੱਤਣ ਦੇ ਨਾਲ ਦੀ ਨਾਲ ਹੀ ਉਹਨਾਂ ਨੇ ਪੋਸਟ ਪਾ ਦਿੱਤੀ ਇੰਡੀਆ ਦੇ ਵਰਲਡ ਕੱਪ ਜਿੱਤਣ ਦੀ, ਕਿ ਉਹ ਪਹਿਲਾਂ ਬਣਾਈ ਬੈਠੇ ਸੀ, ਓਕੇ ਪਹਿਲਾਂ ਪੋਸਟ ਬਣਾਈ ਬੈਠੇ ਸੀ ਨਾ ਉਹ, ਮੈਂ ਕਹਿੰਦਾ 15 ਮਿੰਟ ਦੇ ਅੰਦਰ ਅੰਦਰ ਭਾਅ ਜੀ 3.5-4 lakh ਲਾਈਕ 15 ਮਿੰਟ ਦੇ ਅੰਦਰ ਹੋ ਗਿਆ, ਕਿਉਂਕਿ ਬੰਦਾ ਜਦੋਂ ਬੈਠਾ ਆ ਵਰਲਡ ਕੱਪ ਜਿੱਤੇ ਤੋਂ ਬਾਅਦ, ਜਦੋਂ ਉਹਨੇ ਸੋਸ਼ਲ ਮੀਡੀਆ 'ਤੇ ਪੋਸਟ ਪਾਉਣੀ ਕੁਛ ਵੀ ਪਾਉਣੀ, ਉਹਨੂੰ ਪਤਾ ਕਿ ਜਿੱਤ ਗਿਆ, ਉਹਨਾਂ ਨੇ ਅਗਲੇ ਨੇ ਬਣਾਈ ਬੈਠੇ ਸੀ ਫੋਟੋ ਕਿ ਅਸੀਂ ਪੋਸਟ ਕਰਨੀ ਜਦੋਂ ਵਰਲਡ ਕੱਪ ਇੰਡੀਆ ਜਿੱਤ ਗਿਆ। ਇਹ ਮਾਰਕਿੰਗ ਸਟ੍ਰੈਟਜੀ ਆ ਕਿ ਜਿਹੜਾ ਪਹਿਲਾਂ ਪਾ ਗਿਆ, ਹੁਣ ਸਾਡੇ ਨਾਲ ਵੀ ਇੱਦਾਂ ਹੁੰਦਾ ਸੀ ਜਦੋਂ ਅਸੀਂ ਇੰਟਰਵਿਊ ਕਰਦੇ ਸੀ, ਅਸੀਂ ਪ੍ਰਮੋਸ਼ਨਾਂ ਕਰਦੇ ਸੀ, ਚਲੋ ਹੁਣ ਤਾਂ ਪੋਡਕਾਸਟ ਦਾ ਜ਼ਮਾਨਾ ਬੜਾ ਵਧੀਆ ਆ ਗਿਆ, ਪਰ ਇੱਕ ਟਾਈਮ ਹੁੰਦਾ ਸੀਗਾ ਕਿ ਹੁਣ ਵੀ ਹਜੇ ਵੀ ਚੱਲਦਾ ਉਹ ਟਾਈਮ, ਕਿ ਜਦੋਂ ਫਿਲਮਾਂ ਦੀ ਪ੍ਰਮੋਸ਼ਨ ਹੁੰਦੀ ਹੈ, ਤੁਸੀਂ ਦੇਖੋ ਕਿ ਫਿਲਮਾਂ ਦੀ ਪ੍ਰਮੋਸ਼ਨ 'ਤੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ, ਬੜੇ ਸਾਰੇ ਯੂਟਿਊਬਰਸ, ਬੜੇ ਸਾਰੇ ਆਪਣੇ ਚੈਨਲਸ ਜਿਹੜੇ ਨੇ ਉਹਨਾਂ ਨੂੰ ਬੁਲਾਇਆ ਜਾਂਦਾ, ਅਤੇ ਉਹ ਸਾਡੀ ਦੌੜ ਉਦੋਂ ਇਹ ਹੁੰਦੀ ਸੀ ਕਿ ਅਸੀਂ ਪਹਿਲਾਂ ਪੋਸਟ ਪਾਉਣੀ ਹੈ, ਉਸ ਚੈਨਲ ਤੋਂ ਪਹਿਲਾਂ ਸਾਡੀ ਪੈ ਗਈ ਤਾਂ ਚੱਲੇਗੀ, ਕਿਉਂਕਿ ਕੰਟੈਂਟ ਤਾਂ ਸਾਰਿਆਂ ਕੋਲ ਸੇਮ ਆ। ਹਾਂ ਭਾਅ ਜੀ ਇਹ ਤਾਂ ਹੈ, ਇਹ ਗੱਲ ਮੈਂ ਐਗਰੀ ਕਰਦਾ, ਕਿਉਂਕਿ ਮੈਂ 2 ਪੋਸਟਾਂ ਪਾਈਆਂ ਨੇ ਭਾਅ ਜੀ, ਇੱਕ ਜਿਹੜਾ ਏਅਰਪੋਰਟ 'ਤੇ ਹਾਦਸਾ ਹੋਇਆ, ਥੱਪੜਾਲਾ ਹਾਦਸਾ ਹੋਇਆ ਸੀਗਾ, ਉਹਦੇ ਬੋਲੀ ਬਣਾ ਕੇ ਪਾਈ ਮੈਂ, ਅਤੇ ਮੇਰੇ ਤੋਂ ਬਾਅਦ ਹੋਰਾਂ ਲੋਕਾਂ ਨੇ ਵੀ ਪਾਈ, ਪਰ ਮੇਰੀ ਜਿਹੜੀ ਬੋਲੀ ਵਾਇਰਲ ਹੋਈ, ਕਿਉਂ ਮੈਂ ਸਹੀ 2.5 ਘੰਟੇ ਬਾਅਦ ਪਾਤੀ ਸੀ, ਕਿਉਂਕਿ ਇੰਡੀਆ ਉੱਥੇ 2 ਵਜੇ ਸੀਗੇ, ਆਪਣੇ 10 ਵਜੇ ਸੀ, ਮੈਨੂੰ ਟਾਈਮ ਕਰਕੇ ਮੈਨੂੰ ਡੇ ਮਿਲ ਗਿਆ ਹੈ ਨਾ ਬਣਾਉਣ ਵਾਸਤੇ, ਉਹ ਬੜੀ ਵਾਰ ਉਦੋਂ ਬਾਅਦ ਮੁੰਡੇ ਨੇ ਪਾਈ, ਉਹਨਾਂ ਦੀ ਚੱਲੀ ਨਹੀਂ। ਅਤੇ ਇੱਕ ਹੋਰ ਜਿਵੇਂ ਇੰਡੀਆ ਕ੍ਰਿਕਟ ਮੈਚ ਜਿੱਤੀ ਸੀਗੀ, ਇਹ ਬੋਲੀ ਬਾਈ ਪਾਈ, ਇਹ ਵੀ ਬਹੁਤ ਵਾਇਰਲ ਹੋਈ ਹੈ, ਇਹਦੇ ਥੱਲੇ ਭਾਅ ਜੀ ਤੁਸੀਂ ਕਮੈਂਟ ਪੜ੍ਹਿਓ ਜਾ ਕੇ, ਇਹ ਪਤਾ ਨਹੀਂ ਕਿੱਥੋਂ ਲੋਕ ਆਉਂਦੇ ਨੇ, ਵਾਲੇ ਇਹ ਖਾਲਿਸਤਾਨੀ ਨੇ, ਇਹਨੇ ਹੁਣ ਝੰਡਾ ਚੱਕ ਰੱਖਿਆ, ਆਏ ਆ ਜੀ ਫਲਾਨਾ, ਇਹ ਉਹ ਯਾਨੀ ਕਿ ਕੰਟਰੋਵਰਸੀ ਉਹੀ ਕ੍ਰੀਏਟ ਕਰਦੇ ਨੇ ਤੁਹਾਡੀ ਕਹਿਣ ਵਾਲੀ ਗੱਲ, ਕਿਸੇ ਨੇ ਤਾਂ ਦੱਸਿਆ ਹੀ ਹੋਣਾ ਵੀ ਤੁਸੀਂ ਇੱਥੋਂ ਚੱਕੋ ਗੱਲ, ਇੱਧਰੋਂ ਬਾਅਦ ਉਦੋਂ ਬਾਅਦ ਮੇਰੀਆਂ ਕਿੰਨੀਆਂ ਵੀਡੀਓ ਬਣਾਈਆਂ ਉਹਨਾਂ ਨੇ,
ਵੀ ਖਾਲਿਸਤਾਨੀ ਹੈ, ਅੱਜ ਇਹ ਝੰਡੇ ਚੱਕੀ ਫਿਰਦੇ, ਅੱਜ ਜਿੱਤ ਗਏ ਜੇ ਹਾਰ ਜਾਂਦੇ ਇਹਨਾਂ ਨੇ ਮਾੜਾ ਕਹਿਣਾ ਸੀ ਫਲਾਣਾ ਨੇ। ਭਾਅ ਜੀ ਮੈਂ ਇਸ ਗੱਲ 'ਤੇ ਇਹ ਵੀ ਗੱਲ ਕਹਿਣਾ ਹੈ ਕਿ ਕਸੂਰ ਮੈਨੂੰ ਲੱਗਦਾ ਕਿ ਇਹ ਇਹ ਹਾਲਾਤਾਂ ਦੇ ਕਸੂਰ ਅਤੇ ਮੀਡੀਆ ਦਾ ਕਸੂਰ ਇਹਦੇ 'ਚ ਜ਼ਿਆਦਾ ਆ, ਕਿਉਂਕਿ ਅਸੀਂ ਜੋ ਪੰਜਾਬ 'ਚ ਦਿਖਾਏ ਜਾ ਰਹੇ ਹਾਂ ਅਸੀਂ ਤਾਂ ਉਹ ਵੇਖੇ ਜਾ ਸਕਦੇ ਹਾਂ, ਜਾਂ ਬਾਹਰਲੇ ਮੁਲਕਾਂ 'ਚ ਜੋ ਸਾਡੀ ਇਮੇਜ ਅਸੀਂ ਉਹ ਵੇਖ ਸਕਦੇ ਹਾਂ, ਪਰ ਤੁਸੀਂ ਨਹੀਂ ਜਾਣਦੇ ਕਿ ਤੁਹਾਨੂੰ ਪੰਜਾਬ ਦੀ ਇੰਡੀਆ ਦੀਆਂ ਬਾਕੀ ਸਟੇਟਾਂ 'ਚ ਕਿਵੇਂ ਰੀਪ੍ਰਜੈਂਟ ਕੀਤਾ ਜਾ ਰਿਹਾ। ਹਾਂਜੀ ਹਾਂਜੀ, ਕਈ ਵਾਰੀ ਉਹ ਕੰਟੈਂਟ ਤਾਂ ਸਾਡੇ ਤੱਕ ਪਹੁੰਚਦਾ ਵੀ ਨਹੀਂ ਨਾ, ਉਹਨਾਂ ਦੇ ਲੋਕਾਂ ਦੀ ਹੈ। ਹੁਣ ਆਪਾਂ ਤਾਂ ਪੰਜਾਬੀ ਲੈਂਗੁਏਜ 'ਚ ਵੇਖਦੇ ਹਾਂ, ਕੋਈ ਕਿਸੇ ਹੋਰ ਲੈਂਗੁਏਜ 'ਚ ਤੁਹਾਨੂੰ ਟ੍ਰੋਲ ਕਰ ਰਿਹਾ ਤਾਂ ਤੁਹਾਨੂੰ ਨਹੀਂ ਪਤਾ ਲੱਗੇਗਾ। ਇਹ ਸੋਸ਼ਲ ਮੀਡੀਆ ਨੇ ਇੱਦਾਂ ਵੀ ਇਹ ਜਿਹੜੇ ਬਾਰਡਰਸ ਕ੍ਰੀਏਟ ਕਰ ਦਿੱਤੇ ਨੇ ਕਿ ਹਾਂ ਬੜੀ ਜਲਦੀ ਲੋਕਾਂ ਨੂੰ ਬਲੇਮ ਕਰ ਦੇਣਾ, ਉਹਨਾਂ 'ਤੇ ਕਮੈਂਟ ਲਾ ਦੇਣੇ। ਮੈਨੂੰ ਲੱਗਦਾ ਤੁਹਾਡੀਆਂ ਬੋਲੀਆਂ ਥੱਲੇ ਵੀ ਕੋਈ ਨਾ ਕੋਈ ਨੈਗੇਟਿਵ ਆਏ ਹੋਣੇ। ਬਹੁਤ ਬਹੁਤ ਭਾਅ ਜੀ, ਬਹੁਤ ਇੱਕ ਬੋਲੀ ਤਾਂ ਹੁੰਦਾ ਵੀ ਇਹ ਤਾਂ ਬੋਲੀ ਇੰਨੀ ਸੋਹਣੀ ਹੈ, ਪਰਿਵਾਰਕ ਬੋਲੀ ਆ, ਉਹਦੇ ਵੀ ਥੱਲੇ ਵੀ ਗਾਲਾਂ ਕੱਢੀਆਂ ਵੀ ਹੁੰਦੀਆਂ। ਮੈਂ ਚਲੋ ਉਹ ਸੋਸ਼ਲ ਮੀਡੀਆ ਤੇ ਸਟਾਰ ਹੈ ਸਾਡਾ ਵੀਰ, ਤੇ ਉਹਨੂੰ ਸਿੱਧੀ ਗੱਲ ਕਹਿਣ ਦੀ ਆਦਤ ਹੈ, ਪਰ ਮੈਂ ਉਹਨੂੰ ਕਹਿਣਾ ਹੁੰਦਾ ਕਿ ਜਿਹੜੇ ਹੁਣ ਆਪਾਂ ਮਰਿਆਦਾ ਜਿਹੜੀ ਫੋਲੋ ਕਰ ਰਹੇ ਹਾਂ ਇਹ ਮੀਡੀਆ ਦੀ ਮਰਿਆਦਾ, ਇਹਦੇ ਵਿੱਚ ਨਾ ਆਪਾਂ ਨੂੰ ਨਿਊਟਰਲ ਰਹਿਣਾ ਪੈਂਦਾ। ਜਦੋਂ ਉਹ ਸਿੱਧੀ ਗੱਲ ਕਹਿ ਜਾਂਦਾ ਥੱਲੇ ਲੋਕਾਂ ਦੇ ਪੋਜ਼ਿਟਿਵ ਕਮੈਂਟ ਵੀ ਆਉਂਦੇ, ਨੈਗੇਟਿਵ ਵੀ ਆਉਂਦੇ। ਕਈ ਲੋਕ ਇਹੋ ਜਿਹੇ ਨੇ ਜਿਹੜੇ ਜੇ ਮੰਨ ਲਓ ਕਿਸੇ ਨੇ ਗਾਲ ਕੱਢੀ ਉਹਦੇ ਪਿੱਛੇ ਉਹਦੇ ਜਿਹੜੇ ਫੋਲੋਅਰ ਆ ਉਹ ਵੀ ਲੜ ਰਹੇ ਨੇ, ਇੱਦਾਂ ਵੀ ਚੱਲ ਰਿਹਾ। ਅਤੇ ਕਦੀ ਕਦੀ ਉਹਨੂੰ ਵਿਚਾਰੇ ਨੂੰ ਬਹੁਤ ਬੁਰਾ ਲੱਗਦਾ ਕਿ ਉਹ ਦਿਲ ਦਾ ਬਹੁਤ ਚੰਗਾ ਬੰਦਾ, ਉਹ ਦਿਲ ਦਾ ਬਹੁਤ ਨਾਈਸ, ਅੱਜ ਤੱਕ ਉਹਨੇ ਕਿਸੇ ਨੂੰ ਮਾੜਾ ਨਹੀਂ ਕੀਤਾ, ਸਟੂਡੈਂਟਾਂ ਦੀ ਹੈਲਪ ਕਰਦਾ ਸੀ, ਪੋਸਟਾਂ ਪਾਉਂਦਾ ਸੀ, ਜੋਬਾਂ ਦੀ ਹਜੇ ਵੀ ਕਰਦਾ। ਅਤੇ ਉਹ ਜਦੋਂ ਕੋਈ ਨੈਗੇਟਿਵ ਬੋਲਦਾ ਉਹਨੂੰ ਇਹ ਹੁੰਦਾ ਕਿ ਯਾਰ ਇਹ ਮੈਨੂੰ ਕੀ ਬੋਲੀ ਜਾਂਦਾ, ਮੈਂ ਉਹਨੂੰ ਕਲੀਅਰ ਕਰਾਂ ਕਿ ਭਾਈ ਆਹ ਨਹੀਂ ਹੈਗਾ। ਮੈਂ ਉਹਨੂੰ ਸਮਝਾਇਆ, ਮੈਂ ਕਿਹਾ ਵੀਰ ਕਲੀਅਰ ਕਰਨ ਦੀ ਕੋਈ ਲੋੜ ਨਹੀਂ, ਕਿਹਦੇ ਕਿਹਦੇ ਨਾਲ ਕਲੀਅਰ ਕਰੇਗਾ, ਕਿਹਦੇ ਕਿਹਦੇ ਨਾਲ ਕਲੀਅਰ ਕਰੇਗਾ, ਹੈ ਨਾ, ਕਿਹਦੇ ਕਿਹਦੇ ਨਾਲ ਕਲੀਅਰ ਕਰੇਗਾ। ਮੇਰੇ ਨਾਲ ਵੀ ਹੋ ਜਾਵੇ ਭਾਅ ਜੀ, ਮੈਂ ਮੇਰੇ ਨਾਲ ਜੋ ਪਹਿਲੀਆਂ ਚਾਰ ਪੰਜ ਬੋਲੀਆਂ ਚੱਲੀਆਂ ਨਾ ਮਿਲਣ 'ਚ, ਉਹ 'ਚ ਕੋਈ ਮੈਨੂੰ ਕੁਛ ਕਹਿਆ ਕਰੇ, ਅੱਛਾ ਆਪਣੇ ਵਾਲੇ ਕੰਮ ਨੂੰ ਸਾਨੂੰ ਠੀਕ ਹੈ ਨਚਾਰ ਵਿਹਲੜ, ਹੁਣ ਆਖਿਰ ਲੋਕਾਂ ਨੂੰ ਜਿਹੜੇ ਵੀ ਸੋਸ਼ਲ ਮੀਡੀਆ 'ਤੇ ਬੋਲੀਆਂ ਪਾਉਂਦੇ ਨੇ, ਥੋੜ੍ਹੇ ਢੋਲਕੀਆਂ ਨੇ ਪਾ ਕੇ ਜਾਂਦੇ ਨੇ ਵੀ ਵਿਹਲੇ ਨੇ, ਵੀ ਤੁਸੀਂ ਚਾਰ ਜ਼ਿਆਦਾ ਕੰਮ ਕਰ ਲਓ, ਐਂ ਬਹੁਤ ਕਮੈਂਟ ਹੁੰਦੇ ਉਹ ਯਾਰ ਕਿਉਂ ਵਿਹਲੇ ਵਿਹਲੇ, ਫਿਰ ਤੁਸੀਂ ਕੰਮ ਲੱਭ ਲਓ ਕੋਈ ਕੰਮ, ਉਹਨਾਂ ਨੂੰ ਐਂ ਨਹੀਂ ਪਤਾ ਵੀ ਕੀ ਕਿੰਨੀ ਕਿਰਪਾ ਹੈ। ਹਾਂ ਮਤਲਬ ਠੀਕ ਹੈ, ਇਹੀ ਚੀਜ਼ ਮੈਂ ਤੁਹਾਨੂੰ ਦੱਸ ਦੇਣਾ, ਜਦੋਂ ਤੁਹਾਡਾ ਜਦੋਂ ਉਹਨਾਂ ਨੇ ਦੇਖ ਲਿਆ ਕਿ ਇਨਕਮ ਸੋਰਸ ਕਿੱਡਾ, ਉਹਨਾਂ ਨੇ ਕਹਿੰਦਾ ਭਾਅ ਜੀ ਸਾਨੂੰ ਵੀ ਨਾਲ ਲਾ ਲਓ। ਮੈਨੂੰ ਜਦੋਂ ਤੁਸੀਂ ਗੱਲ ਕਹਿਤੀ ਨਾ, ਇਹ ਇੰਡੀਆ 'ਚ ਕੰਮ ਕਰਦੇ ਸੀਗੇ, ਸਟਾਰਟ ਕੀਤਾ ਸੀ ਮੈਂ ਆਪਦੇ ਘਰ ਦੇ ਵੀ ਖਰ, ਕਿਉਂਕਿ ਆਪਣੇ ਲੋਕਾਂ ਦੀ ਸੋਚ ਆ ਜਾਂ ਤਾਂ ਤੁਸੀਂ ਬਾਹਰ ਵਗ ਜਾਓ ਜਾਂ ਫਿਰ ਸਰਕਾਰੀ ਨੌਕਰੀ, ਇਹ ਚੀਜ਼ ਬੈਸਟ ਹੈ ਨਾ। ਹੁਣ ਮੈਂ ਤੁਹਾਨੂੰ ਦੱਸਿਆ ਵੀ ਪਾਪਾ ਕੋਈ ਮੈਨੂੰ ਪਤਾ ਸੀ ਮੈਂ ਸਰਕਾਰੀ ਨੌਕਰੀ ਨਹੀਂ ਲੱਗ ਸਕਦਾ, ਠੀਕ ਹੈ, ਮੈਨੂੰ ਮੇਰੇ 'ਚ ਦਿਖਦਾ ਸੀ ਵੀ ਆਪਾਂ ਇਹ ਕਰ ਸਕਦੇ ਹਾਂ, ਆਪਾਂ ਸਰਕਾਰੀ ਨੌਕਰੀ 'ਤੇ ਬਰਾਬਰ ਜਾ ਸਕਦੇ ਹਾਂ ਇਹ ਕੰਮ ਕਰਕੇ, ਪਰ ਇਹ ਕੰਮ ਨੂੰ ਭਾਅ ਜੀ ਕਹਿੰਦੇ ਕੰਜਰ ਕੀਤਾ ਵੀ ਕਹਿ ਜਾਂਦੇ ਆ ਯਾਰ, ਤੂੰ ਇਹ ਕੀ ਲੈਣ ਫੜੀ, ਤੈਨੂੰ ਕਿਸੇ ਨੇ ਕੁੜੀ ਨਹੀਂ ਦੇਣੀ, ਜਦੋਂ ਕੰਮ ਬਦਲ ਲਿਆ ਵਿਆਹ ਤੋਂ ਬਾਅਦ ਕਰ ਲਈ, ਹੈ ਨਾ, ਜਾਂ ਨਚਾਰ ਪਤਾ ਨਹੀਂ ਕਿੱਦਾਂ, ਬਹੁਤ ਗੱਲਾਂ ਹੁੰਦੀਆਂ ਨੇ, ਜੇ ਤੂੰ ਚੱਲ ਜਾਂਦੇ ਹੋ ਫਿਰ ਸਭ ਕੁਛ ਠੀਕ, ਸਭ ਕੁਛ ਕਲੀਅਰ ਹੋ ਜਾਂਦਾ, ਫਿਰ ਸਭ ਕੁਛ ਠੀਕ ਹੈ। ਮੇਰੇ ਕਈ ਦੋਸਤ ਫੋਟੋਗ੍ਰਾਫਰ ਵੀ ਨੇ, ਹੈ ਨਾ, ਉਹਨਾਂ ਉਹ ਕਹਿੰਦੇ ਯਾਰ ਸਾਨੂੰ ਵੀ ਐਂ ਕਹਿੰਦੇ ਵੀ ਤੁਹਾਡਾ ਤਾਂ ਇੱਕ ਸੀਜ਼ਨ ਤੱਕ ਕੰਮ ਆ ਯਾਰ, ਵੀ ਤੁਸੀਂ ਉਹ ਕਰੋ ਯਾਰ, ਇਹ ਬਹੁਤ, ਬਟ ਜਦੋਂ ਦਾ ਭਾਅ ਜੀ ਥੋੜ੍ਹਾ ਜਿਹਾ ਚੱਲਿਆ ਕੰਮ, ਅਤੇ ਉਹਨਾਂ ਨੂੰ ਪਤਾ ਵੀ ਕਿਉਂ ਸ਼ੁਰੂ ਸ਼ੁਰੂ 'ਚੋਂ ਨਹੀਂ ਪਤਾ ਲੱਗਦਾ, ਜਦੋਂ ਤੋਂ UK ਆ ਗਿਆ ਮੈਂ, ਹੁਣ ਬਾਹਰ ਆ ਗਿਆ, ਹਾਂ ਜਾਂ ਬਾਹਰ ਆ ਗਿਆ ਨਾ, ਫਿਰ ਉਦੋਂ ਕਹਿੰਦੇ ਆ ਦੇਖ ਲੈ ਤੇਰਾ ਭਰਾ ਵੀ ਹੈ ਜੇ ਹੋ ਸਕਦਾ ਤਾਂ, ਹੈ ਨਾ, ਇਹਨੂੰ ਵੀ ਲੈ ਜਾ ਨਾਲ ਲੜਾ, ਫਿਰ ਉਦੋਂ ਫਿਰ ਮੈਂ ਵੀ ਕਹਿੰਦਾ ਆਹ ਦੇਖੂੰਗਾ ਮੈਂ ਕੁਝ ਕਰਦਾ ਮੈਂ ਜਦੋਂ ਫਿਰ ਉਦੋਂ। ਭਾਅ ਜੀ ਇੱਕ ਨਾ ਸਿਆਣੀ ਗੱਲ ਆ, ਬਾਈ ਵਾਲੀ ਗੱਲ ਚੱਲ ਪਈ, ਉਹ ਕਈ ਸਮਾਂ ਹੁੰਦਾ ਪੰਜਾਬ 'ਚ ਤਾਂ ਇਹ ਸਭ ਤੋਂ ਪਹਿਲ ਆ, ਇੱਧਰ ਤੁਹਾਨੂੰ ਜਾਂਚ ਆ, ਕਹਿੰਦਾ ਰਿਸ਼ਤੇ ਨਾਤੇ ਪੈਸੇ 'ਤੇ ਰਹਿ ਗਏ। ਬਿਲਕੁਲ,
ਦੇ ਜੇਬ 'ਚ 4 ਰੁਪਈਏ ਆ, ਮੇਰੀ ਭੂਆ ਦਾ ਮੁੰਡਾ, ਮਾਮੇ ਦਾ ਪੋਤਾ, ਉਹ ਸਿਆਣੇ ਨਹੀਂ ਕਹਿੰਦੇ ਹੁੰਦੇ, ਨਹੀਂ ਕੋਈ ਨਹੀਂ ਪੁੱਛਦਾ, ਧਿਆਨ ਨਾਲ ਕਿਹਦਾ ਫੁੱਫੜ ਇੱਥੇ, ਆਪਣਾ ਪੈਸੇ ਦਾ ਯੁੱਗ ਨਾਲ ਆ ਗਿਆ ਹੁਣ ਰਿਸ਼ਤੇ ਨਾਤੇ ਵੀ ਕਈ ਵਾਰੀ ਸੂਰਜ ਹੁੰਦੇ, ਆਪਣੇ ਪਿੰਡਾਂ 'ਚ ਗੱਲਾਂ ਚੱਲ ਪੈਂਦੀਆਂ, ਭਰਾ ਦੋ ਹੁੰਦੇ ਆ, ਵਿਚਾਲੇ ਕੰਧ ਹੁੰਦੀ ਆ, ਭੈਣ ਇੱਕ ਹੁੰਦੀ ਆ, ਉਹ ਜੇ ਵੱਡੇ ਦੇ ਜਾਂਦੀ ਆ ਤਾਂ ਛੋਟਾ ਗੁੱਸੇ ਹੁੰਦਾ, ਜੇ ਪਹਿਲਾਂ ਛੋਟੇ 'ਤੇ ਜਾਂਦੀ ਆ ਵੱਡਾ ਗੁੱਸੇ ਹੁੰਦਾ, ਅਤੇ ਕਈ ਇਹੋ ਜਿਹੇ ਵੀ ਹੁੰਦੇ ਆ। ਅੱਜ ਤੜਕੇ ਵੀਡੀਓ ਦੇਖੀ ਜਾਂਦਾ ਸੀ ਮੈਂ, ਉਹ ਰਾਜੇ ਦੇ ਦੋ ਮੁੰਡੇ ਹੁੰਦੇ ਆ, ਇੱਕ ਮੁੰਡਾ ਚਲਾਕ ਹੁੰਦਾ, ਇੱਕ ਭਗਤ ਹੁੰਦਾ, ਅਤੇ ਉਹ ਚਲਾਕ ਹੁੰਦਾ ਜਿਹੜਾ ਉਹ ਹੀਰੇ ਮੋਤੀ ਸਾਰੇ ਲੈ ਜਾਂਦਾ, ਉਹਦੀ ਮੈਰਿਜ ਹੁੰਦੀ ਆ ਤਾਂ ਵਧੀਆ, ਉਹਦੀ ਵਾਈਫ ਨੂੰ ਘਰ ਵਧੀਆ ਮਿਲਦੀ ਆ, ਵਧੀਆ ਅਮੀਰ ਘਰੇ ਵਿਆਹ ਹੁੰਦਾ ਉਹਦਾ, ਜਿਹੜਾ ਦੂਜਾ ਸੀ ਭਗਤ ਸੀ ਉਹਨੂੰ ਕੁਛ ਨਹੀਂ, ਉਹਨੂੰ ਇਕੱਲਾ ਰੁਮਾਲ ਦੇ ਕੇ ਬਾਹਰ ਤੋਰ ਦਿੰਦਾ, ਉਹ ਕੀ ਕਰਦਾ ਲੱਕੜਾਂ ਕੱਟਦਾ ਜੰਗਲਾਂ 'ਚੋਂ, ਉਹ ਕਿਤੇ ਲੱਕੜਾਂ ਕੱਟਦਾ ਜੰਗਲਾਂ 'ਚੋਂ ਤਾਂ ਉੱਦਾਂ ਦੀ ਵਾਈਫ ਮਿਲ ਜਾਂਦੀ ਆ, ਮਿਹਨਤੀ ਮਿਲਦੇ ਦੋਨੇ, ਕਹਿੰਦੇ ਹੁੰਦੇ ਆ ਵੀ ਰੱਬ ਸੌਂਦਾ ਜ਼ਰੂਰ ਆ ਪਰ ਲੇਟ ਸੌਂਦਾ। ਉਹ ਲੱਕੜਾਂ ਕੱਟਣ ਗਿਆ, ਉੱਥੇ ਡਾਕੂ ਆਉਂਦੇ ਆ, ਉਹ ਹੀਰੇ ਜਵਾਹਰ ਲੁੱਟ ਕੇ ਲਿਆਉਂਦੇ ਹੁੰਦੇ ਆ, ਉਹ ਕਿਤੇ ਗੇਟ ਖੋਲ੍ਹਦੇ ਨੇ ਉਹਨੂੰ ਸੁਣ ਲੈਂਦਾ, ਉਹ ਕੋੜਵਾੜ ਹੁੰਦਾ ਉਹਨਾਂ ਦਾ, ਉਹ ਸੁਣਦਾ, ਉਹ ਪਿੱਛੋਂ ਵੀ ਕੋੜਵਾੜ ਮਾਰਦਾ, ਖੁੱਲ੍ਹ ਜਾਂਦਾ ਉਹ, ਅੰਦਰ ਜਾਂਦਾ ਹੀਰੇ ਮੋਤੀ, ਲਾਲਚ ਜਾਗਦਾ ਦੇਖ ਕੇ, ਉਹਨੂੰ ਫਿਰ ਆਵਾਜ਼ ਆਉਂਦੀ ਆ, ਕਹਿੰਦਾ ਮੇ ਵੀ ਧਨੀ ਰਾਮ ਕਹਿੰਦਾ ਸੀ ਪਤਾ ਨਹੀਂ ਉਹ 'ਚ, ਕਹਿੰਦਾ ਧਨੀ ਰਾਮ ਤੇਰਾ ਜ਼ਮੀਰ ਕਿੱਧਰ ਗਿਆ? ਉਹ ਕਹਿੰਦਾ ਨਹੀਂ ਚੱਕਣੇ, ਉਹਨੂੰ ਆਉਂਦਾ ਇਹ ਤੇਰਾ ਹੀ ਆ, ਤੈਨੂੰ ਹੀ ਦੇਣਾ ਸੀ ਮੈਂ, ਤੇਰਾ ਹੀ ਹੈ ਸਭ ਕੁਛ। ਕਈ ਵਾਰੀ ਰੱਬ ਬਾਈ ਤੁਹਾਡੇ ਵਾਲੀ ਫਿਰ ਉਹੀ ਗੱਲ ਬਾਈ ਕਹਿ ਦਿੰਦਾ ਵੀ ਆਪਾਂ ਕੰਮ ਮੈਂ ਸਾਰੇ ਕੀਤੇ ਆ, ਨਜਾਇਜ਼ ਕੀਤੇ ਸਾਰਿਆਂ ਦੇ ਆ ਬਾਈ, ਮੇਰਾ ਇੱਕ ਅਸੂਲ ਹੁੰਦਾ ਵੀ ਜੇ ਘਰ ਛੱਡਣ ਨੂੰ ਕਿਸੇ ਦਾ ਜੀ ਨਹੀਂ ਕਰਦਾ, ਠੀਕ ਆ, ਆਪਾਂ ਨੂੰ ਲੋੜਾਂ ਪਰਿਵਾਰਕ ਆ, ਪਹਿਲਾਂ ਲੋੜਾਂ ਸੀ ਹੁਣ ਕਹਿ ਦਿੰਦੇ ਰੀਸੋ ਰੀਸ ਹੋ ਗਈ, ਰੀਸੋ ਰੀਸ ਹੋ ਗਈ, ਇੱਦਾਂ ਉਹਨੂੰ ਇੰਨਾ ਕੁ ਦੇ ਦਿੰਦਾ ਉਹ ਉਦੋਂ ਜ਼ਿਆਦਾ ਅਮੀਰ ਹੋ ਜਾਂਦਾ। ਰੱਬ ਦੀ ਬਾਈ ਵਾਲੀ ਗੱਲ ਵੀ ਪਹਿਲਾਂ ਕਿਤੇ ਬਾਈ ਗੱਲਾਂ ਕਰਨ ਲੱਗ ਜਾਂਦੇ, ਵਰਿੰਦਰ ਬਾਈ ਵੀ ਮੈਂ ਇੱਥੇ ਵੀ ਕੰਮ ਕੀਤਾ, ਮੋਬਾਈਲਾਂ ਵਾਲੇ ਸਿੰਮਾਂ ਦੀ ਗੱਲ ਚੱਲ ਪੈਂਦੀ, ਅਤੇ ਹੁਣ ਵਾਹਿਗੁਰੂ ਦੀ ਇੰਨੀ ਕੁ ਕਿਰਪਾ, ਸੌਂਦਾ ਜ਼ਰੂਰ ਆ ਜੀ ਲੇਟ ਸੌਂਦਾ। ਫਿਰ ਉਹੀ ਗੱਲ ਆ ਜਾਂਦੀ ਆਪਣੀ ਗੱਲ ਸੀਗੀ ਭਰਾਵਾਂ 'ਤੇ ਭੈਣ 'ਤੇ, ਉਹ ਸੋਚਦੀ ਆ ਵੀ ਜੇ ਗਰੀਬ ਆ ਤਾਂ ਉਹਦੇ ਨਹੀਂ, ਉਹਨੂੰ ਤਾਂ ਪੈਰਾਂ ਦਾ ਭੈਣ ਦਾ ਵੀ ਕਈ ਵਾਰੀ ਬਾਹਰ ਵਾਲੇ ਜਾਂ ਪੰਜੇ ਉਂਗਲਾਂ ਨਹੀਂ, ਆਪਾਂ ਕਹਿੰਦੇ ਬਰੋਬਰ ਆ, ਪਰ ਵਿੱਚ ਹੈਗੇ ਆ ਰਿਸ਼ਤੇ ਨਾਤੇ ਹੈਗੇ ਆ ਇਹੋ ਜਿਹੇ ਜਿਹਦੇ ਅਮੀਰ ਆ। ਹੁਣ ਜੇ ਤੁਸੀਂ ਅਮੀਰ ਹੋ ਜਾਓ ਪਿੱਛੋਂ ਉਹਨੂੰ ਛੱਡ ਦੇਣਗੇ, ਹੈ ਛੋਟੇ ਉਹ ਤਾਂ ਮੈਂ ਉਂਗਲਾਂ 'ਤੇ ਆ ਗਈ ਸੀ ਵੱਡੇ ਦੀਆਂ 'ਤੇ, ਤਾਂ ਕਰਕੇ ਉਹ ਕੰਮ ਹੋ ਗਿਆ, ਪੈਸਾ ਮੁੱਖ ਹੋ ਗਿਆ ਭਾਅ ਜੀ। ਨਹੀਂ ਪੈਸੇ ਹੀ ਮੁੱਖ ਹੋ ਗਿਆ, ਪੈਸਾ ਹੋਣਾ ਚਾਹੀਦਾ ਭਾਅ ਜੀ, ਮੈਂ ਤਾਂ ਬਹੁਤ ਪਰਾਈ ਗੱਲ ਹੈ ਵੀ ਠੀਕ ਆ, ਰਿਸ਼ਤੇ ਨਾਤੇ ਹੋਣ ਚਾਹੀਦੇ, ਤੁਸੀਂ ਇੱਕ ਵਾਰ ਆਪਦੀ ਜੇਬ ਫੁੱਲ ਰੱਖੋ, ਪੈਸਾ ਪੈਸਾ ਕਮਾਓ, ਰਿਸ਼ਤਾ ਕਮਾਉਣਾ ਜ਼ਰੂਰੀ ਹੈ ਜੀ। ਬਿਲਕੁਲ ਪੈਸਾ ਕਮਾਓ ਜ਼ਰੂਰੀ ਹੈ, ਪਰ ਹੁਣ ਕਈ ਲੋਕ ਮੈਂ ਦੇਖਦਾ ਕਿ ਪੈਸੇ, ਇੱਕ ਦਿਨ ਮੈਨੂੰ ਕੋਈ ਮੁੰਡਾ ਕਹਿੰਦਾ ਕਿ ਭਾਅ ਜੀ ਪੈਸਾ ਬਹੁਤ ਇੰਪੋਰਟੈਂਟ ਹੈ, ਪਰ ਜਦੋਂ ਤੁਹਾਡਾ ਵਿਆਹ ਹੋ ਜਾਂਦਾ, ਤੁਹਾਡੇ ਬੱਚੇ ਹੋ ਜਾਂਦੇ, ਉਸ ਤੋਂ ਬਾਅਦ ਤੁਹਾਨੂੰ ਪੈਸੇ ਨਾਲ ਆ ਜਾਂਦਾ ਸਕੂਨ ਇੰਪੋਰਟੈਂਟ ਹੁੰਦਾ। ਇੱਕ ਜ਼ਿੰਦਗੀ ਹੁੰਦੀ ਹੈ ਜਦੋਂ, ਮਤਲਬ ਕਿ ਅਸੀਂ ਯੰਗਸਟਰ ਹਾਂ, ਅਸੀਂ ਕਹਿੰਦੇ ਨਹੀਂ ਯਾਰ ਪੈਸਾ ਬਹੁਤ ਜ਼ਰੂਰੀ ਹੈ, ਪਰ ਜਦੋਂ ਪਰਿਵਾਰ ਹੋ ਜਾਂਦਾ ਨਾ, ਉਦੋਂ ਸਕੂਨ ਇੰਪੋਰਟੈਂਟ ਹੋ ਜਾਂਦਾ ਹੈ ਨਾ। ਇਹ ਸਕੂਨ ਜਿਹੜਾ ਨਾ ਉਹ ਕਿਤੇ ਕਿਤੇ ਨਹੀਂ ਮਿਲਦਾ। ਤੁਸੀਂ ਜੇ ਨਿਆਣਿਆਂ ਨੂੰ ਟਾਈਮ, ਇੱਥੇ ਬੜੇ ਲੋਕ ਹੈ ਵੀਰੇ, ਤੁਸੀਂ ਆਏ ਹੋ, ਤੁਸੀਂ ਦੇਖੇ ਹੋਣੇ ਆ, ਜਿਨ੍ਹਾਂ ਦੇ ਮਾਂ ਪਿਓ ਕੋਲ ਵੱਡਾ ਘਰ ਹੈ ਪਰ ਉਹ ਫਿਰ ਵੀ ਆਪਣੇ ਮਾਂ ਪਿਓ ਨਾਲ ਨਹੀਂ ਰਹਿੰਦੇ, ਵੱਖਰੇ ਰਹਿੰਦੇ ਆ। ਜਿਨ੍ਹਾਂ ਨੇ ਉਹਨਾਂ ਲਈ ਇੰਨਾ ਕੁਛ ਕੀਤਾ ਉਹਨਾਂ ਨਾਲ ਨਹੀਂ ਰਹਿੰਦੇ। ਭਾਅ ਜੀ ਹੋਰ ਵੀ ਗੱਲਾਂ ਆਉਂਦੀਆਂ, ਇੱਥੇ ਪੈਸੇ ਹੈਗੇ ਆ, ਰੱਬ ਦੀ ਕਿਰਪਾ ਪੈਸਾ ਦੇਤਾ, ਮੈਰਿਜ ਨਹੀਂ ਹੋਈ, ਬਹੁਤ ਆ ਇੱਥੇ ਇਹ ਚੀਜ਼ਾਂ। ਵਾਹਿਗੁਰੂ ਦੀ ਕਿਰਪਾ ਨਾਲ ਕਈ ਬੱਚੇ ਦੀ ਦਾਤ ਆਪਾਂ ਕਹਿੰਦੇ ਹਾਂ, ਆਪਾਂ ਸਭ ਪੈਸਾ ਆ ਜਾਂਦਾ ਵਾਹਿਗੁਰੂ, ਕਈਆਂ ਨੂੰ ਬਹੁਤ ਟਾਈਮ ਬਹੁਤ ਟਾਈਮ ਮਿਲਦਾ ਬਾਈ।
ਉਹੀ ਗੱਲ ਆ ਗਈ ਭਾਅ ਜੀ, ਆਪਾਂ ਪਹਿਲਾਂ ਕਰੀ ਜਾਂਦੇ ਸੀ ਵੀ ਬੱਚੇ ਦੇ ਨਾਲ ਸੋਚ ਨਹੀਂ, ਹੋਰ ਬਣ ਜਾਂਦੀ ਆ, ਪਰਿਵਾਰ ਬਣ ਜਾਂਦਾ ਤੁਹਾਡੇ ਲਈ, ਮੇਨ ਗੱਲ ਆਹੀ ਆ। ਵਰਿੰਦਰ ਵੀਰਾ ਕਹਿੰਦਾ ਕਿਹੜੇ ਸੀਰੀਅਸ ਗੱਲਾਂ 'ਚ ਪੈ ਗਏ। ਮੈਂ ਚੌੜਾ ਥਲਾ ਬੰਦਾ ਭਾਅ ਜੀ, ਮੈਂ ਬਾਹਲੀ ਸਿਆਣੀ ਗੱਲਾਂ, ਇੱਕ ਬੰਦਾ ਸੀ ਸਿਆਣੇ ਲਈ ਪਾਇਆ, ਇੱਕ ਬੰਦਾ ਸੀ ਹਾਸੇ ਲਾਉਣ ਨੂੰ ਪਾਇਆ। ਨਹੀਂ ਮੈਂ ਸਿਆਣੀ ਗੱਲ ਮੈਂ ਕਰ ਤਾਂ ਸਕਦਾ ਸਿਆਣੀ ਗੱਲਾਂ, ਪਰ ਮੈਨੂੰ ਐਂ ਤਾਂ ਵੀ ਯਾਰ ਵਰਿੰਦਰ ਸਿੰਘ ਤੂੰ ਸਿਆਣੀਆਂ ਗੱਲਾਂ ਕਰ ਰਿਹਾ, ਅੰਦਰ ਮੈਨੂੰ ਆਵਾਜ਼ ਆਉਂਦੀ ਵੀ ਕਰ, ਤੂੰ ਤਾਂ ਭਗਾਈ ਮਾਰਦਾ ਹੁੰਦਾ। ਭਾਈ ਕੀ ਆ, ਜਦੋਂ ਦੇ ਆਏ ਆ ਬਾਹਰ ਸੋਚਣੀ ਉਹ ਜੀ ਹੋ ਗਈ, ਸੱਚੀ ਗੱਲ ਆ ਨਾ, ਚੌੜ ਮੱਥੇ ਸੀਗੇ ਲੋਕ ਹੀ ਆਪਾਂ ਨੂੰ ਇੱਦਾਂ ਦੇ ਮੈਂ ਲੱਗ ਗਏ, ਅਗਲਾ ਠੋਕਰ ਮਾਰ ਕੇ ਸਮਝਾ ਕੇ ਜਾਂਦਾ ਸਿਆਣਾ ਹੋ ਜਾ, ਸਿਆਣਾ ਹੋ ਜਾ, ਮਨਾ ਸਿਆਣਾ ਹੋ ਤੂੰ, ਤੈਨੂੰ ਵੀ ਪਤਾ ਸਿਆਣਾ ਹੋ ਜਾ, ਸਿਆਣਾ ਹੋ ਜਾਗੇ ਯਾਰ। ਨਹੀਂ ਨਹੀਂ ਠੀਕ ਆ, ਮੈਂ ਤਾਂ ਭਾਜੀ ਆਪਦੇ ਅੰਦਰ, ਮੇਰਾ ਤਾਂ ਚੱਲਦਾ ਹਜੇ, ਮੇਰਾ ਤਾਂ ਚੱਲੀ ਜਾਂਦਾ ਕਮਲਾ ਜਾ ਹੀ ਚੱਲਦਾ। ਮੈਂ ਮੇਰੇ ਅੰਦਰ ਭਾਜੀ ਇੱਕ ਨਿਆਣਾ ਉਹ ਜਿਉਂਦਾ, ਮੈਂ ਤਾਂ ਗੱਲਾਂ, ਮੈਂ ਤਾਂ ਠੀਕ ਆ ਆਪਾਂ ਬੈਠੇ ਹਾਂ, ਮੈਂ ਥੋੜ੍ਹਾ ਜਿਹਾ ਇਹ ਖੁਸ਼ੀ ਦੀ ਗੱਲ ਹੈ, ਪੰਜਾਬ ਰਹਿੰਦਾ ਤਾਂ ਜਿਉਂਦਾ ਹੈ, ਇਹ ਤੁਹਾਨੂੰ ਇੱਕ ਗੱਲ ਦੱਸਦੇ ਨੇ, ਪੰਜਾਬ ਰਹਿੰਦਾ ਤਾਂ ਜਿਉਂਦਾ। ਮੈਨੂੰ ਇਸ ਗੱਲ ਦਾ ਖੈਰ ਆਈਡੀਆ ਨਹੀਂ, ਬਟ ਮੈਂ ਇੱਥੇ ਵੀ ਕੋਸ਼ਿਸ਼ ਕਰਦਾ ਹੁੰਦਾ, ਮੈਂ ਇਹਨੂੰ ਮਿਲਦਾ ਨਾ, ਪਰ ਪਤਾ ਕੀ ਚੱਕਰ ਹੈ, ਇੱਥੇ ਆਹ ਇੱਕ ਬੋਲੀ ਮੈਂ ਦੱਸਦਾ, ਵੀਰੇ ਨੇ ਐਂਡ 'ਤੇ ਪਾਈ ਸੀ, ਮੈਂ ਜ਼ਰੂਰ ਸੁਣਾਊਂਗਾ। ਕਹਿੰਦਾ ਜੀ ਨਹੀਂ ਜਾਣ ਦੇ, ਜਾਣ ਨੂੰ ਕਰਦਾ ਇੱਕ ਦੇ ਸੌ ਬਣਦੇ, ਹੈ ਨਾ, ਇੱਕ ਦੇ ਸੌ ਇਹਨਾਂ ਦੇ ਹੀ ਬਣਦੇ, ਕਿਉਂਕਿ ਇਹਨਾਂ ਨੇ ਪੰਜਾਬ ਜਾਣਾ, ਸਾਡੇ ਤਾਂ ਇੱਕ ਹੀ ਆ, ਹਨਾ, ਸਾਨੂੰ ਪੁੱਛ ਕੇ ਵੇਖੋ, 30 ਚੱਲਣੇ ਸਾਡੇ ਦਾ, ਇੱਕ ਦਾ 21 ਚੱਲਣਾ, 30 ਦੇ 30 ਚੱਲਣੇ, ਸਾਡਾ ਕੁਝ ਨਹੀਂ ਬਣਦਾ। ਇਹ ਲਾਜ ਜਦੋਂ ਮੈਂ ਬੋਲੀ ਪਾਈ ਨਾ, ਮੈਂ ਕਿਹਾ ਜਦ ਮੈਨੂੰ 1.5 ਘੰਟਾ ਕੰਮ ਕਰਦੇ ਨੇ ਬਾਈ, ਮੈਨੂੰ ਕਹਿੰਦਾ ਉੱਥੇ ਐੜੇ, ਮੈਂ ਕਹਿੰਦਾ ਇੱਕ ਦੇ 100 ਬਣਦੇ ਆ, ਮੈਂ ਕਿਹਾ ਉਹ ਇੰਨੀਆਂ ਬੋਲੀਆਂ ਭਾਜੀ, ਮੈਂ ਕਿਹਾ ਭਾਜੀ ਨੇ ਇਹ ਬੋਲੀ ਬੜੀ ਕਲਿੱਕ ਕੀਤੀ ਮੇਰੀ, ਵੀ ਇੱਕ ਦੇ 100 ਜਿਵੇਂ ਤੁਸੀਂ ਗੱਲਾਂ ਫੜਦੇ ਹੋ, ਅਸੀਂ ਵੀ ਫੜਦੇ ਹਾਂ, ਫਿਰ ਔਖਾ ਬੜਾ ਹੈ UK ਰਹਿਣਾ, ਮੇਰਾ ਨਹੀਂ ਇਹ ਸਭ ਦਾ ਕਹਿਣਾ, ਦੁੱਖ ਸੁੱਖ ਤਾਂ ਸਹਿਣਾ ਹੀ ਪੈਣਾ, ਰੱਖਾ ਨਾ ਕੋਈ ਪਰਦਾ ਵੀ ਇੱਕ ਦੇ 100 ਬਣਦੇ, ਜੀ ਨਹੀਂ ਜਾਣ ਨੂੰ ਕਰਦਾ ਇੱਕ ਦੇ 100 ਬਣਦੇ। ਇਹ ਹੁਣ ਜਿਹੜੇ ਇੱਥੇ ਰਹਿੰਦੇ ਰਹਿੰਦੇ ਭਾਈ, ਇੱਕ ਦਾ ਇੱਕ ਬਣਦਾ, ਇੱਕ ਰੁਪਈਏ ਆ, ਗੱਲ ਇਹ ਆ ਕਿ ਜ਼ਿੰਮੇਵਾਰੀਆਂ ਅਸੀਂ ਕਦੀ, ਕਈ ਵਾਰੀ ਨਾ ਆਪਾਂ ਬਾਪੂ ਵੱਲ ਦੇਖੀ ਦਾ ਸੀ, ਬਾਪੂ ਥੋੜ੍ਹਾ ਸੀਰੀਅਸ ਸੀਰੀਅਸ ਲੱਗਦੇ ਹੁੰਦੇ ਹੈ ਨਾ, ਸਿਆਣੇ ਲੱਗਦਾ ਯਾਰ ਬਾਪੂ ਕਿੰਨਾ ਸੀਰੀਅਸ ਜਿਹਾ ਹੈ, ਪਰ ਇਹ ਟਾਈਮ ਕਰ ਦਿੰਦਾ ਬੰਦੇ ਨੂੰ, ਟਾਈਮ ਉਦੋਂ ਵਧੀ ਕਰ ਦਿੰਦਾ ਹੈ ਨਾ ਜਦੋਂ ਜ਼ਿੰਮੇਵਾਰੀਆਂ ਪੈ ਜਾਂਦੀਆਂ, ਇਸ ਕਰਕੇ ਸਕੂਨ ਜਦੋਂ ਬੰਦੇ ਕੋਲ ਹੋਵੇ ਨਾ ਉਦੋਂ ਬੰਦਾ ਖੁਸ਼ ਰਹਿੰਦਾ, ਟੈਨਸ਼ਨ। ਕਈ ਬਜ਼ੁਰਗ ਦੇਖੀ ਦਾ, ਉਹਨਾਂ ਨੂੰ ਟੈਨਸ਼ਨ ਹੀ ਨਹੀਂ, ਕੋਈ ਜ਼ਮੀਨ ਹੈਗੀ ਹੈ ਵੱਢ ਲਿਆ ਅਤੇ ਉਹ ਚਾਦਰਾ ਪਾ ਘੁੰਮਣ ਡੇ, ਕਈ ਟੈਨਸ਼ਨ ਕਦੀ ਆਉਣੇ। ਪਿੱਛੇ ਨਵਾਜ਼ੁਦੀਨ ਸਿੱਦਕੀ ਨੇ ਇੱਕ ਡਾਇਲੋਗ ਬੋਲਿਆ, ਕਹਿੰਦਾ ਪਿੰਡਾਂ 'ਚ ਨਾ ਸੇਠ ਲੋਕ ਰਹਿੰਦੇ, ਤੁਸੀਂ ਸੁਣਿਆ ਹੋਊਗਾ ਸ਼ਾਇਦ, ਇੰਸਟਾ 'ਤੇ ਬਹੁਤ ਵਾਇਰਲ ਹੋ ਰਹੀ ਉਹ ਚੀਜ਼, ਕਹਿੰਦਾ ਪਿੰਡਾਂ 'ਚ ਨਾ ਸੇਠ ਲੋਕ ਰਹਿੰਦੇ ਆ, ਕਹਿੰਦੇ ਹੁਣ ਜਿਵੇਂ ਕੋਈ ਤਾਊ ਬੈਠਾ, ਚੱਲ ਉਹਨੇ ਤਾਊ ਦੀ ਗੱਲ ਕੀਤੀ, ਅਸੀਂ ਤਾਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ 'ਚ ਕੋਈ ਬਾਪੂ ਬੈਠਾ, ਹਾਂ ਵੀ ਕਿੱਧਰ ਨੂੰ, ਉਹਨੂੰ ਕੋਈ ਟੈਨਸ਼ਨ ਥੋੜ੍ਹਾ, ਅਗਲੇ ਦਾ ਰਾਜ ਆ, ਅਗਲੇ ਦਾ ਇਲਾਕਾ ਆ, ਇਲਾਕਾ। ਹੁਣ ਸ਼ਹਿਰ 'ਚ ਰਹਿੰਦਾ, ਹਾਂਜੀ ਭਾਅ ਜੀ ਪਲੀਜ਼, ਹਾਂਜੀ ਭਾਅ ਜੀ ਕਿੱਦਾਂ ਜੀ ਠੀਕ ਹੋ ਤੁਸੀਂ, ਹਾਂਜੀ ਦਿਖਾਵੇ ਦੀ ਜ਼ਿੰਦਗੀ, ਸ਼ਹਿਰਾਂ 'ਚ ਦਿਖਾਵੇ ਵਾਲੀ ਜ਼ਿੰਦਗੀ, ਦਿਖਾਵੇ ਦੀ ਜ਼ਿੰਦਗੀ, ਨੀਵੇਂ ਦੀ ਜ਼ਿੰਦਗੀ, ਉਹਨਾਂ ਨੂੰ ਐਂ ਲੱਗਦਾ ਯਾਰ ਇੱਥੇ ਕੋਈ ਨਾ ਕਿਸੇ ਦੀ ਲੋੜ ਆ, ਪਿੰਡ 'ਚ ਨਹੀਂ ਕਿਸੇ ਨੂੰ ਕਿਸੇ ਦੀ ਲੋੜ, ਉਹਨੂੰ ਇਹ ਕਿ ਮੇਰਾ, ਮੇਰੀ ਪੈਲੀ ਆ, ਮੈਂ ਰਾਜਾ, ਇਹ ਮੇਰਾ ਸਮਰਾਜ ਆ, ਮੈਂ ਰਾਜਾ ਆ, ਸਰਪੰਚ ਨਾਲ ਵੀ ਠੋਕ ਕੇ ਗੱਲ ਕਰਨੀ ਹੈਨਾ, ਪਰ ਜਿਹੜੇ ਸ਼ਹਿਰ ਵਾਲੇ ਉਹ ਹਾਂਜੀ ਹਾਂਜੀ ਜੀ ਜੀ ਕਰਕੇ, ਪੁਲਿਸ ਵਾਲਿਆਂ ਨਾਲ ਵੀ ਐਂ ਗੱਲ ਕਰਦੇ, ਪਿੰਡਾਂ ਵਾਲੇ ਦੇ ਬਾਪੂਆਂ ਦਾ ਬਹਿਣ ਦਾ ਸੁਭਾਅ ਹੀ ਹੋਰ ਆ ਪੁਲਿਸ ਵਾਲਿਆਂ ਕੋਲ ਜਾ ਕੇ, ਹੈਨਾ, ਇਹ ਚੀਜ਼ ਜਿਨ੍ਹਾਂ ਨੇ ਦੇਖੀ ਉਹ ਕਹਿ ਦੱਸ ਸਕਦੇ। ਮੈਂ ਉਹ ਇਹ ਚੀਜ਼ਾਂ ਅਸੀਂ ਛੱਡ ਕੇ ਆਏ ਹਾਂ, ਫਿਰ ਉਸ ਹਿਸਾਬ ਨਾਲ ਬੰਦਾ ਹੋ ਜਾਂਦਾ। ਤੈਨੂੰ ਪਤਾ ਵੀ ਸਤੰਬਰ 'ਚ ਜਾ ਬਣਨਾ ਬਣਾ ਮੇਰਿਆ, ਨਹੀਂ ਨਹੀਂ ਆ ਫਰਕ ਤਾਂ ਭਾਜੀ ਦੇਖੋ, ਸਤੰਬਰ ਦਾ ਨਾਲ ਇੱਤਾ ਨਾਲ ਦੀ ਨਾਲ ਸਮਾਇਆ ਮੂੰਹ ਤੇ, ਭਾਜੀ ਦਿਨ ਗਿਣੀ ਜਾਂਦਾ ਮੈਂ ਕਦੋਂ ਵਾਪਸ ਜਾਣਾ, ਮੈਂ ਤਾਂ ਕਹੂੰਗੇ ਇੱਥੇ, ਮੈਂ ਤਾਂ ਕਹੂੰਗੇ ਮੈਂ ਇੱਥੇ ਭਾਜੀ ਜੰਗਲ ਪਾਣੀ ਜਾਣਾ ਵੀ ਬਹੁਤ ਔਖਾ, ਉਹ ਭਾਜੀ ਮੈਂ ਨਹਾਉਣਾ ਧੋਣਾ ਬੜਾ ਔਖਾ, ਉਹ ਫਿਰ ਠੀਕ ਆ ਭਾਜੀ ਕੱਟਣੀਆਂ ਕੱਟਦੇ, ਉਹ ਤਾਰੀ ਜਿਹੜੀ ਸਿੱਧੀ ਪਾ ਦੀ ਹੁੰਦੀ ਉਹ ਨਹੀਂ ਹੈਗੀ, ਇੱਥੇ ਸਵਾਦ ਨਹੀਂ ਆਉਂਦਾ ਕਰਨ ਦਾ, ਹੈ ਨਾ।
ਅੱਗੇ ਅੱਗੇ ਹੱਸਣ ਲੱਗ ਗਿਆ ਤਾਂ ਬਾਈ ਚਾਊਟ ਕਰਨ ਲੱਗ ਗਿਆ ਇੱਧਰ, ਕਹਿੰਦਾ ਯਾਰ ਮੈਂ ਕੱਲ੍ਹ ਕੀ ਕੀਤਾ, ਉਹ ਨਹੀਂ ਕਹਿੰਦਾ ਬਿੱਡਾਂ ਦੇ ਪੈ ਕੇ ਫੋਨ ਜਿਹਾ ਚਲਾਈ ਗਿਆ, ਕਹਿੰਦਾ ਭੈਣਾ ਨਾ ਇੱਥੇ ਜਾਣ ਨੂੰ ਜੀ ਕਹਿੰਦਾ, ਕਹਿੰਦਾ ਹੁਣ ਨੂੰ ਪਿੰਡ ਹੁੰਦੇ, ਕਹਿੰਦਾ ਤੜਕੇ ਉਹਨੂੰ ਉੱਤੋਂ ਤੋਂ ਪਿੰਡ ਦੀ ਗੇੜਾ ਦਿੱਤਾ ਉੱਧਰ ਪਏ ਰਹਿੰਦੇ ਭਾਜੀ ਬਸ। ਪਰ ਕੈਨੇਡਾ ਜਾ ਕੇ ਫਿਰ ਤੁਹਾਡਾ ਨਾ ਹੋਰ ਥੋੜ੍ਹਾ ਜਿਹਾ ਬਦਲ ਜਾਣਾ ਇਰਾਦਾ, ਉੱਥੇ ਤਾਂ ਬੰਦਾ ਗੱਡੀ ਤੋਂ ਬਿਨਾਂ ਬਾਹਰ ਵੀ ਨਿਕਲ ਸਕਦਾ, ਬਹੁਤ ਔਖਾ ਉੱਥੇ। ਮੰਨ ਲਓ ਤੁਸੀਂ ਕਿਸੇ, ਇਹ ਤਾਂ ਛੋਟਾ ਜਿਹਾ, ਜਿੱਥੇ ਮਰਜ਼ੀ ਵਾਕ ਕਰੋ, ਪਾਰਕਾਂ 'ਚ ਚਲ ਜਾਓ, ਨੇੜੇ ਨੇੜੇ ਪਾਰਕ ਨੇ, ਉੱਥੇ ਗੱਡੀ ਤੋਂ ਬਿਨਾਂ ਨਹੀਂ ਜਾ ਸਕਦਾ ਬੰਦਾ ਕਿਤੇ। ਓਕੇ, ਇਹ ਬੜੀ ਉੱਥੇ ਔਖਿਆਈ ਆ। ਜੇ ਤਾਂ ਤੁਸੀਂ ਟਾਊਨ 'ਚ ਰਹਿੰਦੇ ਹੋ ਫਿਰ ਤੁਸੀਂ ਜਾ ਸਕਦੇ ਹੋ ਟਾਊਨ 'ਚ, ਪਰ ਟਾਊਨ ਐਕਸਪੈਂਸਿਵ ਬਹੁਤ ਹੁੰਦਾ। ਪਰ ਆਪਣੇ ਵਰਗੇ ਤਾਂ ਸਾਡ ਵੱਡੇ ਵੱਡੇ ਘਰਾਂ 'ਚ ਰਹਿਣ ਦੇ ਸ਼ੌਕੀਨ ਆ, ਉਹ ਵੱਡੇ ਵੱਡੇ ਘਰ ਤਾਂ ਮਿਲ ਜਾਂਦੇ ਆ ਪਰ ਉਹਨਾਂ ਦੇ ਘਰ ਦੇ ਆਸੇ ਪਾਸੇ ਕੁਛ ਨਹੀਂ ਹੁੰਦਾ ਗੁਰਦੁਆਰਾ ਸਾਹਿਬ ਜਾਣ ਨੂੰ ਵੀ। ਹੁਣ ਸਾਡੇ ਗਏ ਆ ਸਾਡੇ ਰਿਸ਼ਤੇਦਾਰੀ 'ਚ ਵੀ ਬਜ਼ੁਰਗ ਜਾ ਕੇ ਆਉਂਦੇ, ਕਹਿੰਦੇ ਨਹੀਂ ਇੱਥੇ ਠੀਕ ਆ, ਇੱਥੇ ਤਾਂ ਚੱਲ ਨਾਲ ਹੀ ਗੁਰਦੁਆਰਾ, ਸਾਡੇ 5 ਮਿੰਟ ਦੀ ਵਾਕ 'ਤੇ ਗੁਰਦੁਆਰਾ ਸਾਹਿਬ ਆ, ਅਤੇ ਕਹਿੰਦਾ ਇੱਥੇ ਠੀਕ ਆ, ਉੱਥੇ ਨਹੀਂ। ਕਹਿੰਦੇ ਗੱਡੀ ਤੋਂ ਬਿਨਾਂ ਤਾਂ ਉੱਥੇ ਜੀਰੋ, ਨਾ ਸਾਨੂੰ ਕੋਈ ਲਿਜਾਣ ਵਾਲਾ, ਕਿਉਂਕਿ ਬੱਚਿਆਂ 'ਤੇ ਡਿਪੈਂਡ ਹੋ ਜਾਂਦੇ ਕਿ ਜੋ ਲੈ ਕੇ ਜਾਣਗੇ ਤਾਂ ਹੀ ਜਾ ਸਕਦੇ ਹਾਂ। ਹਾਂਜੀ, ਜਿਹੜੇ ਮੇਰੀ ਮੰਮੀ ਵੀ ਆਉਂਦੇ ਆ ਉਹਨਾਂ ਨੂੰ ਇੱਥੇ ਜੀ ਨਹੀਂ ਲੱਗਦਾ, ਮੈਨੂੰ ਉੱਥੇ ਠੀਕ ਆ। ਨਹੀਂ ਮੈਂ ਦੇਖਿਆ ਮੇਰੇ ਤਾਈ ਜੀ ਨੇ ਮੇਰੇ ਨਾਲ ਆਉਣਾ ਸੀਗਾ, ਉਹ ਆਏ ਨਹੀਂ, ਕਹਿੰਦੇ ਮੇਰਾ ਜੀ ਨਹੀਂ ਲੱਗਦਾ ਇੱਥੇ, ਕਿਉਂਕਿ ਉਹਨਾਂ ਨੇ ਬੈਠ ਕੇ ਜਨਾਨੀ ਨੇ ਚੋਣੀਆਂ ਕਰਨੀਆਂ ਹੁੰਦੀਆਂ। ਆਹੋ, ਇੱਥੇ ਚੱਲ ਕੁਛ ਵੀ ਆ, ਕੁੜੀਆਂ ਮਿਲਦੀਆਂ ਨਹੀਂ ਇੱਥੇ, ਉਹ ਪੰਜਾਬ ਵਾਲੀ ਜੁਗਲੀਆਂ ਵੀ ਨਹੀਂ ਹੁੰਦੀਆਂ ਭਾਅ ਜੀ ਇੱਥੇ, ਇੱਥੇ ਤਾਂ ਵੱਧ ਤੋਂ ਵੱਧ ਵੀ ਆਹੀ ਜੁਗਲੀਆਂ ਹੁੰਦੀਆਂ, ਵੀ ਦੇਖੀ ਉਹਨਾਂ ਦੀ ਕੁੜੀ ਕਿਹੋ ਜਿਹੇ ਕੱਪੜੇ ਪਾਈ ਫਿਰਦੀ ਆ, ਬਸ ਇੱਥੇ ਕਿਤੇ ਗੱਲ ਨਿਬੜ ਜਾਂਦੀ ਆ। ਨਹੀਂ ਭੈਣੇ, ਕਿਉਂ ਗੱਲ ਗੱਲ 'ਤੇ ਪੌੜੀਆਂ ਚੜ੍ਹਨਾ ਪੈਂਦਾ ਇੱਥੇ, ਪੌੜੀਆਂ ਚੜ੍ਹਨਾ ਪੈਂਦਾ ਇੱਦਾਂ ਦੇ ਕੋਈ ਵਧੀਗਾ ਹੌਲੀ ਤਾਂ ਮੈਨੂੰ ਨਹੀਂ ਲੱਗਦਾ ਵੀ ਆਪਾਂ ਉਹਨਾਂ ਨੂੰ ਬਦਲ ਸਕਦੇ ਹਾਂ, ਕਿਉਂਕਿ ਉਹਨਾਂ ਨੇ ਜਿਨ੍ਹਾਂ ਨੇ 60-70 ਸਾਲ ਆਪਦੀ ਜ਼ਿੰਦਗੀ ਦੇ ਖੁੱਲ੍ਹੇ 'ਚ ਗੁਜ਼ਾਰੇ, ਉਹਨਾਂ ਉਹ ਨਹੀਂ ਇੱਥੇ ਛੇਤੀ ਛੇਤੀ ਐਕਸੈਪਟ ਕਰਦੇ, ਕਈ ਮਜਬੂਰੀ ਦੇ ਮਾਰੇ ਵਿਚਾਰੇ ਫਸੇ। ਮੈਂ 4 ਮਹੀਨੇ ਆ ਜੀ, ਮੈਨੂੰ ਐਕਸੈਪਟ ਕਰਨਾ ਔਖਾ ਬੜਾ ਹੋ ਜਾਂਦਾ, ਮੈਂ ਤਾਂ ਮੈਂ ਉੱਥੇ ਇੰਨਾ ਹੁੰਦੇ ਆ ਇੱਥੇ ਤਾਂ ਮਾੜਾ ਜਿਹਾ ਤਾਂ ਸਿੱਧਾ ਆਪਾਂ ਬੈਡ ਤੇ ਜਾ ਕੇ ਕੋਲੇ ਜੁੱਤੇ ਲਾਉਂਦੇ ਆ, ਭੁੱਲ ਜਾਣਾ ਕਈ ਵਾਰੀ ਮੈਂ ਬੈਡ ਉਹ ਜੁੱਤੇ ਬਾਹਰ ਲਾਉਣੇ ਸੀ ਯਾਰ, ਫਿਰ ਤੂੰ ਡਿੱਗੀ ਜਾਂਦਾ। ਮੈਂ ਭਾਜੀ ਪਤਾ ਏਦਾਂ ਨਹੀਂ ਆ, ਗੁੱਸਾ ਕਰ ਗਿਆ ਭਾਜੀ। ਵਰਦੀ ਪਾਈ ਹੋਈ, ਲੋਕ ਦੇਖਣ ਲੱਗੇ ਕਹਿੰਦੇ ਵੀ ਆਏ ਸੱਭਿਆਚਾਰ ਸਾਂਭਣਾ ਤੇ ਗੱਲ ਕੀ ਕਰੀ ਜਾਂਦੇ ਆ। ਨਹੀਂ, ਵਰਦੀ ਪਾਉਣ ਵਾਲਾ ਵੀ ਮੇਰਾ ਡਿਸੀਜ਼ਨ ਸੀ ਭਾਈ, ਮੈਂ ਸਾਰਿਆਂ ਨੂੰ ਦੱਸ ਦੇਣਾ ਮੈਂ ਵੀਰਾ ਉਵੇਂ ਆਉਣ ਲੱਗਿਆ ਸੀ, ਮੈਂ ਕਿਹਾ ਨਹੀਂ ਤੁਸੀਂ ਨਾ ਡਰੈਸ ਪਾ ਕੇ ਆਇਓ, ਇੰਪੈਕਟ ਜ਼ਿਆਦਾ ਪੈਂਦਾ ਤੇ ਇਹ ਵਧੀਆ ਹੈ ਇੰਪੈਕਟ, ਜਦੋਂ ਮੈਂ ਫੋਟੋ ਲਾਊਂਗਾ ਥੰਬਨੇਲ ਤੇ ਪਤਾ ਤਾਂ ਲੱਗਦਾ ਹੀ ਹੈ। ਫਿਰ ਤੁਸੀਂ ਭਾਜੀ ਯੋ ਹਨੀ ਸਿੰਘ ਦੇ ਗਾਣੇ ਬੜੇ ਸੁਣੇ ਹੋਣਗੇ। ਹਾਂਜੀ ਹਾਂਜੀ, ਉਹ ਬੰਦੇ ਨੇ ਹਰ ਗਾਣੇ ਦੇ ਵਿੱਚ ਰੈਪ ਕੀਤਾ, ਚਾਹੇ ਕੋਈ ਸੈਡ ਸੌਂਗ ਆ ਕੋਈ ਪੌਪ ਸੌਂਗ ਆ, ਪਰ ਇੱਕ ਤਰ੍ਹਾਂ ਦੇ ਗਾਣੇ ਆ ਭਾਜੀ ਜਿਹੜੇ ਛੱਡ ਗਿਆ, ਉਹ ਹੈਗੇ ਧੀਆਂ ਭੈਣਾਂ ਨੇ ਜੋ ਡੋਲੀ ਤੁਰਦੀ ਹੁੰਦੀ ਨਾ, ਉਹਦੇ ਵਿੱਚ ਉਹਨੇ ਰੈਪ ਨਹੀਂ ਕੀਤਾ। ਅਤੇ ਮੈਂ ਅਤੇ ਇੱਕ ਗਾਣਾ ਤੁਸੀਂ ਸ਼ੈਰੀ ਮਾਨ ਦਾ ਬੜਾ ਸੁਣਿਆ ਹੋਣਾ ਹੈਗਾ, ਨੀ ਮਾਏ ਇੱਕ ਘਰ ਤੇਰਾ ਜੋੜਿਆ ਅਤੇ ਇੱਕ ਜੋੜਨ ਚੱਲੀ ਜੀ, ਬਹੁਤ ਸੁਣਿਆ। ਜੇ ਸੋਚੋ ਤੁਸੀਂ ਵੀ ਜਿਹਦੇ ਜੋ ਹਨੀ ਸਿੰਘ ਫਿੱਟ ਕਰਦੀ ਹੈ, ਵੀ ਸ਼ੈਰੀ ਮਾਨ ਨੇ ਗਾਣਾ ਗਾਉਣਾ, ਹਨੀ ਸਿੰਘ ਨੇ ਰੈਪ ਕਰਨਾ, ਹੈ ਨਾ, ਮਾਹੌਲ ਗਾਣੇ ਦਾ ਚੇਂਜ ਹੋ ਜੂਗਾ। ਕੀ ਕਹਿੰਦਾ, ਸ਼ੈਰੀ ਮਾਨ ਗਾਣਾ ਗਾਊਗਾ, ਹਨੀ ਸਿੰਘ ਰੈਪ ਕਰੂਗਾ, ਸੁਣ ਕੇ ਮਾੜਾ ਜਿਹਾ। ਮੇਰੀ ਸਖੀਆਂ ਦੇ ਨਾਲ ਸਾਜ ਮੁਕੀ ਸ਼ੈਰੀ, ਮੇਰਾ ਪਿੰਡ ਹੋਇਆ ਪਰਜਾਈਆਂ ਦਾ, ਯੋ ਯੋ ਹਨੀ ਸਿੰਘ ਮੇਰੀ ਸੁੱਖ ਸਾਂਦ ਦਾ ਪਤਾ ਲੈਣਾ, ਮਾਫੀਆ ਮੰਜੀ ਵੀ ਤੁਹਾਡਾ ਪੁੰਨ ਹੋਊਗਾ, ਪਾਈਆਂ ਦਾ ਮਾਨ ਬੋਏ ਇੱਕ ਪਲ ਨਾ
ਅੱਖੀਓਂ ਹੋ ਦੂਰ ਕਰਦੀ ਤੇ ਅੱਜ ਤੋਰੇ ਕੱਲੀ ਨਹੀਂ ਨੀ ਮਾਹੇ ਇੱਕ ਕਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀ ਨੀ ਨੀ ਮਾਹੇ ਇੱਕ ਕਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀ ਨੀ ਯੇ ਗੱਲ ਸੁਣ ਮੇਰੀ ਭੈਣ ਤੇਰੀ ਸੱਸ ਹੈਗੀ ਡੈਣ ਤੈਨੂੰ ਲੱਗੇ ਕੁਝ ਕਹਿਣ ਦੀ ਮੰਜੇ ਤੇ ਨਾ ਪੈਣ ਉਹ ਤੇਰੇ ਪ੍ਰਾਹੁਣੇ ਦਾ ਨੀ ਪਾਪਾ ਜੇ ਪਾਵੇ ਕੁਛ ਸੀ ਆਪਾਂ ਫਿਰ ਚੱਕ ਲਈ ਤੂੰ ਥਾਪਾ ਬਾਕੀ ਸਾਂਭ ਲਾਂਗੇ ਆਪਾਂ ਅਯੋ ਹਣੀ ਸਿੰਘ ਨੀ ਮਾਏ ਇੱਕ ਕਰਦੇ ਰਾਹ ਜੋੜਿਆ ਤੇ ਇੱਕ ਜੋੜਨ ਚੱਲੀ ਨੀ ਇਹ ਔਰਾ ਹੀ ਬਦਲਤਾ ਤੁਸੀਂ ਤਾਂ ਗਾਣੇ ਦਾ ਨਾ ਭਾਜੀ ਮੈਂ ਕਹਿੰਦਾ ਸ਼ਾਇਰੀ ਮਾਨ ਤੱਕ ਭਾਜੀ ਇਹ ਵੀਡੀਓ ਜ਼ਰੂਰ ਭਜਾਈ ਨਹੀਂ ਅਸੀਂ ਟੈਗ ਕਰਕੇ ਕਲਿੱਪ ਕੱਢ ਕੇ ਪਾਵਾਂਗੇ ਇਹ ਗੱਲ ਦੀ ਰੀਝ ਆ ਮੈਂ ਬਾ ਵੀ ਸ਼ਾਇਰੀ ਮਾਨ ਨਾ ਭਾਜੀ ਨਾਲ ਬਹਿ ਕੇ ਮੇਰੇ ਗਾਉਣ ਤੇ ਮੈਂ ਆ ਰੈਪ ਕਰਾਂ ਪਰ ਕਦੇ ਮੇਲ ਮਿਲਾਪ ਹੀ ਨਹੀਂ ਹੋਇਆ ਭਾਜੀ ਨਹੀਂ ਕੋਈ ਨਹੀਂ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਮੇਲ ਮਿਲਾਪ ਹੋ ਜਾਏ ਵੀਡੀਓ ਜ਼ਰੂਰ ਪੋਸਟ ਕਰਾਂਗੇ ਭਾਜੀ ਆ ਕੋਲੈਬੋਰੇਸ਼ਨ ਕਰਨੀ ਹੈ ਤੁਹਾਡੇ ਨਾਲ ਮੈਂ ਯੋ ਹਣੀ ਸਿੰਘ ਬੰਨਾ ਤੇ ਤੁਸੀਂ ਤਿਆਰ ਹੋ ਜਾਓ ਇਹ ਆਪਾਂ ਗਾਣੇ ਤੇ ਕੋਲੈਬੋਰੇਸ਼ਨ ਕਰਨੀ ਹੈ ਨਾ ਹਾਂ ਇਹ ਇਹ ਆਪਾਂ ਪਹੁੰਚਾਵਾਂਗੇ ਜ਼ਰੂਰ ਪਹੁੰਚਾਵਾਂਗੇ ਨਹੀਂ ਜ਼ਰੂਰ ਭਾਜੀ ਜ਼ਰੂਰ ਮੈਂ 2017-18 ਦਾ ਸੁਪਨਾ ਮੇਰਾ ਹੈ ਤੁਸੀਂ ਬੋਲੀਆ ਰਿਕਾਰਡ ਵੀ ਕੀਤੀਆਂ ਕੋਈ ਨਹੀਂ ਭਾਜੀ ਹੁਣ ਹੈਗੀ ਆ ਮੈਨੂੰ ਰੀਝ ਮੈਂ ਨਾ ਬੋਲੀਆ ਰਿਕਾਰਡ ਕਰੀਏ ਬਸ ਉਹਦੀ ਮੈਂ ਇੱਕ ਕੀ ਕਹਿੰਦੇ ਥੀਮ ਜੀ ਤਿਆਰ ਕਰ ਰਹੇ ਹਾਂ ਵੀ ਆਪਾਂ ਆਪਦੀਆਂ ਲਿਖੀਆਂ ਹੀ ਪਾਊਂਗਾ ਮੈਂ ਬੋਲੀਆਂ ਕਿਉਂਕਿ ਕੁਛ ਪੁਰਾਣੀਆਂ ਬੋਲੀਆਂ ਹੁੰਦੀਆਂ ਨੇ ਪੁਰਾਣੀਆਂ ਬੋਲੀ ਜਿਵੇਂ ਤੁਸੀਂ ਭਾਜੀ ਬੋਲੀ ਸੁਣੀ ਹੋਣੀ ਆ ਸਾਰੇ ਤਾਂ ਕਹਿਣੇ ਮੇਰੇ ਮਾਪਿਆਂ ਨੇ ਪਾਏ ਇਹ ਪੰਜਾਬ ਦੀ ਹਰੇਕ ਬੁੜੀ ਨੂੰ ਆਉਂਦੀ ਹੈ ਭਾਜੀ ਹਰੇਕ ਬੁੜੀ ਨੂੰ ਆਉਂਦੀ ਹੈ ਨਾ ਹਰੇਕ ਬੁੜੀ ਨੂੰ ਆਉਂਦੀ ਸਾਰੇ ਤਾਂ ਕਹਿਣੇ ਮੇਰੇ ਮਾਪਿਆਂ ਨੇ ਪਾਏ ਇੱਕੋ ਤਵੀਤ ਉਹਦੇ ਘਰ ਦਾ ਨੀ ਜਦੋਂ ਲੜਦਾ ਤੇ ਲਾਦੇ ਘਰ ਇਹ ਭਾਜੀ ਪੁਰਾਣੀ ਹੋ ਗਈ ਇਹ ਬੁੜੀ ਪੁਰਾਣੀ ਹੋ ਗਈ ਹੁਣ ਇਹਦੀ ਇਹ ਤੁਸੀਂ ਇਹਦੀ ਕੰਪੋਜੀਸ਼ਨ ਮੈਂ ਤੁਹਾਨੂੰ ਸੁਣਾਉਂ ਕੰਪੋਜੀਸ਼ਨ ਇਹੀ ਹੋਊਗੀ ਹੈ ਨਾ ਬੀਟ ਸੇਮ ਹੋਊਗੀ ਇਹਦੇ ਨਵੇਂ ਸ਼ਬਦ ਹੋਣਗੇ ਅਤੇ ਉਹ ਅੱਜ ਦੀਆਂ ਕੁੜੀਆਂ ਉਹ ਬੋਲੀਆਂ ਪਾਉਣਗੀਆਂ ਕਹਿਣਗੀਆਂ ਸਾਰੇ ਮੋਬਾਈਲ ਮੇਰੇ ਮਾਪੇ ਆਣੇ ਦਿੱਤੇ ਸਾਰੇ ਮੋਬਾਈਲ ਮੇਰੇ ਮਾਪੇ ਆਣੇ ਦਿੱਤੇ ਕੱਲਾ ਵਾਈਫਾਈ ਕੀਤਾ ਆਉਣੇ ਰੇਂਜ ਕੁੜੀ ਉਹ ਨਹੀਂ ਜਦੋਂ ਲੜਦਾ ਤੇ ਪਾਸਵਰਡ ਚੇਂਜ ਕੁੜੀ ਉਹ ਨਹੀਂ ਜਦੋਂ ਲੜਦਾ ਤੇ ਪਾਸਵਰਡ ਚੇਂਜ ਕੀ ਬਾਤ ਹੈ ਐਦਾਂ ਐਦਾਂ ਦਾ ਮੈਂ ਬੜੀ ਬਸ ਮੇਰਾ ਦਿਮਾਗ ਮੈਂ ਸੱਚੀ ਗੱਲ ਨਾਲ ਮੈਂ 24 ਘੰਟੇ ਹੀ ਸੋਚਦਾ ਵੀ ਹੁਣ ਕੀ ਨਵਾਂ ਕਰੀਏ ਕਦੇ ਹੂੰ ਕਰਕੇ ਨਹੀਂ ਕਦੇ ਹਾਂ ਕਰਕੇ ਇਹ ਵੀ ਪੁਰਾਣੀ ਆ ਇਹਨੂੰ ਵੀ ਨਵੇਂ ਤਰੀਕੇ ਨਾਲ ਬਣਾਈ ਹੋਈ ਆ ਵੀ ਨੈੱਟ ਔਨ ਕਰਕੇ ਨੀ ਨੈੱਟ ਔਫ ਕਰਕੇ ਨੈੱਟ ਔਨ ਕਰਕੇ ਨੀ ਨੈੱਟ ਔਫ ਕਰਕੇ ਮੈਸੇਜ ਹੋਣਾ ਨੀ ਰਕਾਨੇ ਫਲਾਈਟ ਮੋੜ ਕਰਕੇ ਮੈਸੇਜ ਹੋਣਾ ਨੀ ਰਕਾਨੇ ਫਲਾਈਟ ਮੋੜ ਹੋਰ ਵੀ ਬਹੁਤ ਚੀਜ਼ਾਂ ਨੇ ਜੇ ਸੁਣਾਈ ਚੱਲੀਏ ਦੋਹੇ ਲਾ ਲਓ ਇੱਕ ਮੈਂ ਦੋਹਾ ਕ੍ਰੀਏਟ ਕੀਤਾ ਪਹਿਲਾਂ ਕੁੜੀਆਂ ਦੋਹਾ ਬੁੜੀਆਂ ਦੋਹਾ ਗਾਉਂਦੀਆਂ ਨੇ ਜਿਹੜੀਆਂ ਉਹਨਾਂ ਨੂੰ ਜਿਹੜੀਆਂ ਬੁੜੀਆਂ ਜਿਉਂਦੀਆਂ ਨੇ 1960-70-80-90 ਉਹਨਾਂ ਨੂੰ ਦੋਹੇ ਆਉਂਦੇ ਨੇ ਦੋਹਾ ਲਾ ਲਓ ਵਿਆਹ 'ਚ ਗਾਉਂਦੇ ਨੇ ਨੀ ਦਾੜੀ ਤੇਰੀ ਤੈਨੂੰ ਵੇ ਗੁੱਸਾ ਮੰਨਣਾ ਜੱਜ ਇਹ ਭਾਜੀ ਪੁਰਾਣੇ ਬਜ਼ੁਰਗਾਂ ਨੂੰ ਆਉਂਦੇ ਆ ਅੱਜ ਕੱਲ੍ਹ ਦੀਆਂ ਕੁੜੀਆਂ ਸੁਣ ਲਓ ਨਹੀਂ ਦੋਹੇ ਆਉਂਦੇ ਅੱਛਾ ਇਹਨਾਂ ਨੂੰ ਕਹਿਣਾ ਇਹਨੇ ਜਵਾਕ ਹੋ ਜਾਣਗੇ ਕੱਲ੍ਹ ਨੂੰ ਵੱਡੇ ਹੋਣ ਵੱਡੀਆਂ ਹੋਣਗੇ ਕਿ ਮੰਮੀ ਸੱਭਿਆਚਾਰ ਸੁਣਾਊਗੀ ਸਾਨੂੰ ਪੁਰਾਣਾ ਇਹਨਾਂ ਨੇ ਕੀ ਕਰਨਾ ਤਰਜ ਇਹਨਾਂ 'ਤੇ ਯਾਦ ਹੋਣੀ ਆ ਅਤੇ ਤਰਜ ਸੇਮ ਫੜਨੀ ਆ ਅਤੇ ਜਿਹੜਾ ਅੱਜ ਦੇ ਜ਼ਮਾਨੇ 'ਚ ਸੁਣਿਆ ਉਹ ਗਾਣਾ ਫਿੱਟ ਕਰ ਦੇਣਗੀਆਂ ਸੁਣ ਕੇ ਕਹਿੰਦੀਆਂ ਨੈਰੋ ਸਲਵਾਰ ਸੂਟ ਰੈੱਡ ਮੁੰਡਿਆ
ਕਰਾਚੀ ਜੀ ਕਮਾਨ ਤੇ ਥਰੈਡ ਮੁੰਡਿਆ ਵਾਈਟ ਗੋਲਡ ਦੀ ਵੰਗ ਵਿਣੀ ਵਿੱਚ ਜਣਕੇ ਮੁੰਡੀਆਂ ਦੀਆਂ ਨਿਕਲੇ ਨਿਕਲੇ ਜਦੋਂ ਵੀ ਜਟੀਆ ਬਣ ਕੇ ਆਹੋ ਬਿਲਕੁਲ ਬੜਾ ਬੜਾ ਇਹ ਚੀਜ਼ ਹੁੰਦੀ ਹੈ ਪਤਾ ਕੀ ਚੱਕਰ ਮੈਂ ਬੋਲੀਆਂ ਵੀ ਤੁਹਾਨੂੰ ਕਿਉਂ ਕਹਿਣਾ ਕਿ ਜਦੋਂ ਵੀ ਕਿਸੇ ਵਿਆਹ ਉੱਤੇ ਜਾਈਦਾ ਨਾ ਸਭ ਤੋਂ ਵੱਡਾ ਇੱਥੇ ਰੌਲਾ ਚੱਲਦਾ ਹੁੰਦਾ ਜਦੋਂ ਨੱਚਣਾ ਹੁੰਦਾ ਹੈ ਕਿ ਬੀਬੀ ਉਹ ਬੋਲੀਆਂ ਪਾਓ ਬੋਲੀਆਂ ਕਿਸੇ ਨੂੰ ਨਹੀਂ ਆਉਂਦੀਆਂ ਇੱਕ ਬੋਲੀਆਂ ਨੇ ਉੱਥੇ ਯੂਟਿਊਬ 'ਤੇ ਪਈਆਂ ਬਹੁਤ ਚੱਲਦੀਆਂ ਉਹਦੇ ਦੋ ਵਰਜ਼ਨ ਆਏ ਹੋਏ ਆ ਤੁਸੀਂ ਸਰਚ ਕਰੋਗੇ ਤਾਂ ਸ਼ਾਇਦ ਮੈਨੂੰ ਹੁਣ ਟਾਈਟਲ ਨਹੀਂ ਪਤਾ ਪੰਜਾਬੀ ਬੋਲੀਆਂ ਹੀ ਉਹਦੇ 'ਤੇ ਤੇ ਉਹ ਹਰੇਕ ਨੇ ਲਾਉਣੀਆਂ ਹੁੰਦੀਆਂ ਵਿਆਹਾਂ ਤੇ ਚੱਲਦੀਆਂ ਹੀ ਚੱਲਦੀਆਂ ਉਹ ਹੈਗਾ ਹੈਗਾ ਪੰਮੀ ਬਾਈ ਫਿਲਮ ਦਾ ਉਹ ਹੈ ਨਾ ਨਹੀਂ ਉਹ ਮੁੰਡੇ ਕੋਈ ਹੋਰ ਹੈ ਪੰਮੀ ਬਾਈ ਦੀਆਂ ਤਾਂ ਨਹੀਂ ਹੈਗੀਆਂ ਚਲੋ ਖੈਰ ਨਹੀਂ ਉਹ ਇੱਕ ਬੋਲੀ ਭਾਜੀ ਬਾਬਾ ਜਾਨ ਪਾਈ ਹੋਈ ਫਿਲਮ ਦੀ ਉਹ ਹੈਗੀ ਫਿਲਮ ਦਾ ਹੀ ਸੀਨ ਆ ਉਹ ਕੀ ਤੈਨੂੰ ਪੀੜ ਪਈ ਮਰਦੋ ਬਣੇ ਉਹ ਨਾਨਕੇ ਨੇ ਤੈਨੂੰ ਮੱਕੀ ਮਚਾਈ ਪਈ ਜਾਓ ਉਹ ਐਕਚੁਅਲੀ ਹੁਣ ਲੋਕਾਂ ਨੂੰ ਆਪ ਤਾਂ ਉਹ ਚੀਜ਼ ਕਰਨੀ ਨਹੀਂ ਆਉਂਦੀ ਹੁਣ ਉਹ ਯੂਟਿਊਬ ਨੇ ਕਵਰ ਅਪ ਕਰੀ ਹੈ ਕਿ ਹਾਂ ਬਈ ਉਹ ਲਾ ਦੋ ਬਸ ਸਰਜੂਗਾ ਡੰਗ ਹੀ ਸਾਰੀ ਜਾਂਦੇ ਭਾਈ ਡੰਗ ਸਾਰਦੇ ਆ ਡੰਗ ਸਾਰਦੇ ਆ ਇੱਥੋਂ ਵਾਲਾ ਹੁਣ ਮੈਂ ਉਹ ਉਦਣ ਵੀ ਗੱਲ ਹੈ ਮੁੰਡਾ ਕਿੱਡਾ ਖੁਸ਼ ਸੀ ਤੁਹਾਡੇ ਤੋਂ ਕਹਿੰਦਾ ਭਾਜੀ ਆਪ ਤੁਹਾਨੂੰ ਆਹ ਵੀ ਪ੍ਰੋਗਰਾਮ ਤੁਹਾਨੂੰ ਮੈਂ ਵਿਆਹ ਮੁੰਡਾ ਖੁਦ ਉਹ ਸਾਰਾ ਪ੍ਰੋਗਰਾਮ ਛੱਡ ਕੇ ਮੇਰੇ ਨਾਲ ਗੱਲਾਂ ਮਾਰੀ ਜਾਂਦਾ ਆਹੋ ਮੈਂ ਕਿਹਾ ਭਾਈ ਤੂੰ ਇੰਜੋਏ ਕਰ ਯਾਰ ਕੋਈ ਗੱਲ ਨਹੀਂ ਮੁੱਕ ਦੀ ਗੱਲ ਰਹਿ ਗਈ ਸੀ ਉਹਦੇ ਵਿੱਚ ਆਪਾਂ ਤੁਸੀਂ ਉਹ ਗੱਲ ਸਟਾਰਟ ਕੀਤੀ ਸੀ ਵੀ ਡੀ ਜੇ ਵਾਲੇ ਸੀਗੇ ਹੁਣ ਅਸੀਂ ਤਾਂ ਕਹੀ ਜਾਂਦੇ ਸੀ ਵੀ ਬਾਈ ਜੀ ਚਲੋ ਬਹੁਤ ਆ ਬਹੁਤ ਆ ਹੁਣ ਅਗਲਾ ਬਾਹ ਫੜ ਕੇ ਕਹੀ ਜਾਂਦਾ ਲਾਓ ਲਾਓ ਉਹ ਵਰਿੰਦਰ ਜੱਗੀ 'ਤੇ ਬੋਲੀ ਪਾ ਉਦੋਂ ਬਾਅਦ ਹੀ ਉਹ ਬੋਲੀ ਬੋਲੀ ਜਿਹੜੀ ਜੱਗੇ ਵਾਲੀ ਜੱਗੇ ਵਾਲੀ ਉਦੋਂ ਬਾਅਦ ਬਣਾਈ ਆ ਅਤੇ ਸਾਰੇ ਮੁੰਡੇ ਮੁੰਡੇ ਕਿਉਂ ਕਹਿੰਦੇ ਆਪਾਂ ਭਾਜੀ ਭੱਜਣ ਵਾਲੇ 'ਚ ਨਹੀਂ ਪਹਿਲੀ ਗੱਲ ਤਾਂ ਇਹ ਹੈ ਤੁਸੀਂ ਦੇਖਿਓ ਮੈਂ ਕਦੋਂ ਵੀ ਸਮਾਪਤੀ ਕਰ ਸਕਦਾ ਸੀ ਉਹ ਕਹਿੰਦੇ ਲੈਸ਼ ਤਾਂ ਆਈ ਹੋਣਾ ਜੇ ਮੈਂ ਉੱਥੇ ਕਹਿ ਆ ਜਾਂਦਾ ਵੀ ਮੈਨੂੰ ਘੰਟਾ ਹੋਇਆ ਗਾਉਂਦੇ ਨੂੰ ਇਹ ਕਹਿੰਦੇ ਅਸੀਂ ਆਈ ਹੋਣਾ ਠੀਕ ਆ ਉਹਨਾਂ ਨੂੰ ਵੀ ਨਚਾ ਕੇ ਉਹਨਾਂ ਦਾ ਉਹਨਾਂ ਨੂੰ ਸੈਟੀਸਫਾਈ ਕਰਾ ਕੇ ਆਪਾਂ ਫਿਰ ਹੀ ਆਏ ਕਿਉਂਕਿ ਮੈਨੂੰ ਮੈਂ ਭਾਜੀ ਕੀੜਾ ਕੱਢਣਾ ਆ ਮੈਂ ਤਾਂ ਕਿਤੇ ਤੁਸੀਂ ਪੰਜਾਬ ਦੇ ਕਈ ਸਿੰਗਰਾਂ ਨਾਲੋਂ ਚੰਗੇ ਆ ਕਿਉਂਕਿ ਅਸ ਸਾਡੇ ਸਿੰਗਰ ਅੱਜ ਕੱਲ੍ਹ ਇਕੱਲੇ ਸਟੂਡੀਓ 'ਚ ਗਾਉਣ ਜੋਗੇ ਰਹਿ ਗਏ ਉਹਨਾਂ ਦੇ ਜਿਹੜੇ ਗਲੇ ਨੇ ਨਾ ਉਹ ਇੰਨੇ ਪਾਵਰਫੁੱਲ ਨਹੀਂ ਹੈਗੇ ਕਿ ਉਹ ਟਾਈਮ ਲਾ ਜਾਣ ਬਹੁਤ ਘੱਟ ਸਿੰਗਰ ਨੇ ਜਿਹੜੇ ਹਿੱਕ ਦੇ ਜ਼ੋਰ 'ਤੇ ਗਾਉਂਦੇ ਆ ਪੁਰਾਣੇ ਟਾਈਮਾਂ 'ਚ ਤਾਂ ਸਾਰੇ ਹਿੱਕ ਦੇ ਜ਼ੋਰ 'ਤੇ ਗਾਉਂਦੇ ਸੀ ਪਰ ਮੈਨੂੰ ਲੱਗਦਾ ਕਿ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹੁਣ ਜਿਹੜੀ ਚੀਜ਼ਾਂ ਤੁਸੀਂ ਗਾਉਂਦੇ ਹੋ ਹੈ ਨਾ ਇਹ ਹੌਲੀ ਹੌਲੀ ਸਟੈਮਿਨਾ ਬਣਦਾ ਹਾਂਜੀ ਹਾਂਜੀ ਭੰਗੜੇ 'ਚ ਵੀ ਜਦੋਂ ਅਸੀਂ ਬੋਲੀਆਂ ਪਾਉਂਦੇ ਸੀ ਮਲਵਈ ਗਿੱਧੇ 'ਚ ਬੋਲੀਆਂ ਪਾਉਂਦੇ ਸੀ ਸਟੈਮਿਨਾ ਹੌਲੀ ਹੌਲੀ ਬਣਦਾ ਕਈ ਵਾਰੀ ਦੂਜੀ ਬੋਲੀ 'ਤੇ ਆ ਕੇ ਸਾਹ ਨਹੀਂ ਰਲਦਾ ਸੀ ਹਾਂਜੀ ਹਾਂਜੀ ਹੈ ਨਾ ਇਹ ਫਿਰ ਹੋਰ ਪ੍ਰੈਕਟਿਸ ਹੁੰਦੀ ਹੈ ਪ੍ਰੈਕਟਿਸ ਹੁੰਦੀ ਹੈ ਬਾਈ ਕਰੋਨਾ ਟਾਈਮ ਇਹੀ ਕੀਤਾ ਹਾਂ ਮਤਲਬ ਪਾਰਕਾਂ 'ਚ ਗਾ ਜਾ ਕੇ ਉਹਦੀ ਕੰਮ ਸ਼ੁਰੂ ਕਰਨਾ ਸੀਗਾ ਉਦੋਂ ਪਾਰਕਾਂ 'ਚ ਜਾ ਕੇ ਐਂ ਬੁਕਚੂ ਵਜਾਈ ਜਾਣਾ ਗਾਈ ਜਾਣਾ ਉੱਥੋਂ ਸਟੈਮਿਨਾ ਬਣਿਆ ਹੋਇਆ ਹੈਗਾ ਪਰ ਠੀਕ ਹੈ ਖਾਣਾ ਦੇਖ ਕੇ ਵੀ ਗਲੇ ਨੂੰ ਉਹਦੀ ਪ੍ਰੋਪਰ ਥੋੜ੍ਹੀ ਖੁਰਾਕ ਦੇਈ ਚੱਲੋ ਪ੍ਰੋਪਰ ਤਾਂ ਖੈਰ ਨਹੀਂ ਦੇ ਸਕਦੇ ਅਜੇ ਵੀ ਪਰ ਠੀਕ ਹੈ ਬਚਾ ਕੇ ਰੱਖਦੇ ਹਾਂ ਵੀ ਠੰਡਾ ਤੱਤਾਂ ਨਾ ਖਾਧਾ ਜਾਵੇ ਇਹ ਜਿਹਾ ਵੀ ਕਦੇ ਕੰਮ ਖਰਾਬ ਹੋ ਜਾਵੇ ਕਿਸੇ ਵੀ ਚੀਜ਼ ਦਾ ਹੁਣ ਜਿਹੜਾ ਅਸਲ ਆਪਾਂ ਗੱਲ ਕਰੀ ਜਾਂਦੇ ਸੀਗੇ ਗੁਰਦਿੱਤ ਉਸਤਾਦ ਜੀ ਕਿਹੜਾ ਗੁਰਦਿੱਤ ਉਸਤਾਦ ਜੀ ਹਾਂਜੀ ਗੱਲ ਚੱਲੀ ਸੀ ਉਹਨਾਂ ਨੇ ਤੁਸੀਂ ਐਂ ਦੇਖੋ ਜੀ ਕਿੰਨੇ ਕਿੰਨੇ ਬੰਦੇ ਟੀਮਾਂ ਬਣ ਚੁੱਕੀਆਂ ਹਾਂ ਉਹਨਾਂ ਨੇ ਜਾਂਦੇ ਰਹੇ ਸ਼ੁਰੂ ਚੱਲਿਆ ਜਿਹੜੇ ਸਾਡਾ ਆਪਣੇ ਨਾਲ ਪਿੰਡ ਆ ਉੱਥੋਂ ਹੀ ਆ ਜਿਹੜੇ ਪੰਜਾਬ ਦਾ ਇੱਕ ਵੱਡਾ ਪਿੰਡ ਮੰਨਿਆ ਗਿਆ ਮਹਾਰਾਜ ਉਹਨਾਂ 'ਚੋਂ ਨਿਕਲੇ ਵੀ ਇਹ ਪਿੰਡ ਆ ਜੀ ਬਾਈ ਬਾਈਏ ਦੇ ਬਾਅਦ ਦੇ ਸੀ ਉਹਨਾਂ 'ਚੋਂ ਆਏ ਸੀ ਉਸਤਾਦ ਜੀ ਅਤੇ ਇਹ ਇਹ ਵੀ ਵੱਡੀ ਗੱਲ ਆ ਕਿ ਮਾਲਵੇ ਦੀ ਇਹ ਜਿਹੜੀ ਮਾਲਵੇ ਦੇ ਲੋਕ ਹੀ ਮੈਨੂੰ ਲੱਗਦਾ ਮਲਵਈ ਗਿੱਧਾ ਹੁਣ ਮੈਂ ਨਹੀਂ ਦੇਖਿਆ ਕਿ ਕੋਈ ਮਾਝੇ ਵਾਲ ਵੀ ਭਾਈ ਗਰੁੱਪ ਭਾਜੀ ਮਾਝੇ ਦੁਆਬੇ 'ਚ ਵੀ ਹੋ ਗਏ ਹਾਂ ਪਰ ਉਹ ਬੋਲੀ ਪਾਉਣ ਦਾ ਅੰਦਾਜ਼ ਵੱਖਰਾ ਹਾਂ ਵੱਖਰਾ ਹੁੰਦਾ ਕਿਉਂਕਿ ਉਹ ਆਪਦੀ ਭਾਸ਼ਾ ਜਿਵੇਂ ਵਾਂਗੂ ਬੋਲਦੇ ਆ ਜਿਹੜੀ ਸਾਡੀ ਭਾਸ਼ਾ ਆਪਾਂ ਜਮ੍ਹਾਂ ਠੇਠ ਮਲਵਈ ਬੋਲਦੇ ਹਾਂ ਹਾਂਜੀ ਹਾਂਜੀ
ਉਹ ਪਾਉਂਦੇ ਕਰਨਾ ਚਾਹੀਦਾ ਐਂ ਕੋਈ ਗੁੱਸਾ ਗਿਲਾ ਨਹੀਂ ਵੀ ਉਹਨੇ ਕਿਉਂ ਕਰ ਲਿਆ ਨਹੀਂ 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 ਉਹ ਕੋਈ ਗੁੱਸਾ ਗਿਲਾ ਨਹੀਂ ਪੰਜਾਬ ਅਸੀਂ ਪੰਜ ਦਰਿਆਵਾਂ ਨੂੰ ਸਾਂਝਾ ਮੰਨਦੇ ਹਾਂ ਅੱਜ ਹਾਂ ਬਟ ਇਹ ਵੰਡੀਆਂ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਮਿਊਜ਼ਿਕ ਨੇ ਪਾਤੀਆਂ ਮਾਝਾ ਮਾਲਵਾ ਮੁਜੈਲ ਬਾਰ ਬਾਰ ਕਿਸੇ ਤੇ ਗਾਣੇ ਤੇ ਮੁਜੈਲ ਕਰਨਾ ਉਸ ਤੋਂ ਬਾਅਦ ਸਿੱਧੂ ਬਾਈ ਨੇ ਵੀ ਇਸੇ ਕਰਕੇ ਲਿਆ ਮਾਲਵਾ ਮਾਲਵਾ ਬਲੋਕ ਉਹਨਾਂ ਨੇ ਵੀ ਉਸ ਚੀਜ਼ ਦਾ ਜਵਾਬ ਦਿੱਤਾ ਕਿ ਹੈਗੇ ਹਾਂ ਬਟ ਅਸੀਂ ਮੈਨੂੰ ਨਹੀਂ ਸਮਝ ਆਉਂਦੀ ਕਿ ਅਸੀਂ ਕਿਉਂ ਆਪਸ 'ਚ ਕਿਉਂ ਤੂੰ ਤੂੰ ਮੈਂ ਕਰਨ ਲੱਗੇ ਹੋਏ ਹਾਂ ਇਹ ਤਾਂ ਹੈ ਭਾਅ ਜੀ ਬਟ ਚਲੋ ਜਿਹੜੀ ਹੁਣ ਬਣਿਆ ਆ ਮਾਝਾ ਦੁਆਬਾ ਮਾਲਵਾ ਦੇ ਕੋਈ ਹੈਗਾ ਤਾਂ ਪੰਜਾਬ ਹੀ ਆ ਹਾਂ ਸਿੱਧੀ ਗੱਲ ਹੈਗਾ ਤਾਂ ਪੰਜਾਬ ਹੀ ਹੈ ਨਾ ਪਰ ਠੀਕ ਆ ਉਹ ਕਰਨ ਚੁੱਕੋ ਉੱਧਰ ਜਿੰਨਾ ਜਿੰਨਾ ਜਿਵੇਂ ਜਿਵੇਂ ਵਧੂਗਾ ਪਰ ਮਾਝੇ ਦਾ ਭੰਗੜਾ ਬਹੁਤ ਸੋਹਣਾ ਹਾਂਜੀ ਖਾਲਸਾ ਕਾਲਜ ਦੀ ਹਰੇਕ ਚੀਜ਼ 'ਚ ਭਾਅ ਜੀ ਹੈ ਨਾ ਅੱਗੇ ਹੋ ਆਪ ਸਾਡੇ ਵਾਲੇ ਹੁਣ ਮਾਲਵੇ ਵਾਲੇ ਭਾਅ ਜੀ ਹੁਣ ਮਾੜਾ ਜਿਹਾ ਅੱਗੇ ਨੇ ਬਾਹਰ ਬੂਹਰ ਆਉਣ 'ਚ ਵੀ ਥੋੜ੍ਹੇ ਹੁਣ ਮਾੜੇ ਜੇ ਰੁਚੀ ਦਿਖਾਉਣ ਲੱਗੇ ਨੇ ਅਸੀਂ ਬਾਰਡਰ 'ਤੇ ਪੈ ਜਾਂਦੇ ਨਾ ਹਰੇਕ ਪਿੰਡ ਤਾਂ ਬਾਰਡਰ 'ਤੇ ਆਉਂਦਾ ਆ ਕਿੱਧਰ ਨੂੰ ਚੱਲ ਜੀ ਉਹ ਦੂਸਰੇ ਪਾਸੇ ਰਲਣ ਕਰਕੇ ਹੁਣ ਮੈਂ ਫਿਰੋਜ਼ਪੁਰ ਰਹਿੰਦਾ ਅਸੀਂ ਪਾਕਿਸਤਾਨ ਬਾਰਡਰ 'ਤੇ ਹਾਂ ਸੋ ਸਾਰੀਆਂ ਚੀਜ਼ਾਂ ਇਸ ਕਰਕੇ ਲੇਟ ਪਹੁੰਚਦੀਆਂ ਮੈਂ ਇਹ ਸੋਚਿਆ ਕਿ ਜਦੋਂ ਜਿਹੜੇ ਸ਼ਹਿਰਾਂ 'ਚ ਅਸੀਂ ਰਹਿੰਦੇ ਹਾਂ ਨਾ ਜਿਵੇਂ ਅੱਜ ਵੀ ਉੱਥੇ ਚੱਲ ਜਾਂ ਤਾਂ ਮੈਨੂੰ ਘਰ ਜਾ ਕੇ ਐਂ ਲੱਗਦਾ ਕਿ ਜਿਹੜਾ ਚੀਜ਼ ਮੇਰੇ ਪਿੰਡ ਤੱਕ ਪਹੁੰਚਣੀ ਉਹਨੂੰ ਟਾਈਮ ਲੱਗਣਾ ਹੈ ਨਾ ਕਿ ਮੈਂ ਜਿਹੜੀ ਚੀਜ਼ 3 ਸਾਲ ਪਹਿਲਾਂ ਦੇਖ ਲਈ ਮੋਹਾਲੀ ਜਾ ਕੇ ਉਹਨੂੰ 3-5 ਸਾਲ ਵੀ ਲੱਗ ਸਕਦੇ ਪਿੰਡ ਪਹੁੰਚਣ ਤੱਕ ਲਾਈਕ CCD ਦੀ ਜੇ ਗੱਲ ਕਰਾਂ ਕੈਬ ਉਹੀ ਗੱਲ ਕਰ ਲਾਂ ਬ੍ਰਾਂਡਾਂ ਦੀ ਗੱਲ ਕਰਾਂ ਹੁਣ ਖੁੱਲ੍ਹੇ ਨੇ 2-3 ਸਾਲ ਹੋਏ ਆ ਅਤੇ ਅਸੀਂ ਜੇ ਮੋਹਾਲੀ ਜਾ ਕੇ ਗੱਲ ਕਰੀਏ ਤਾਂ ਅਸੀਂ 8-8 ਸਾਲ ਪਹਿਲਾਂ ਖਾਂਦੇ ਸੀ ਉਹਨਾਂ 'ਤੇ ਹੈ ਨਾ ਅਤੇ ਉਹ ਲੇਟ ਪਹੁੰਚਦੀਆਂ ਚੀਜ਼ਾਂ ਹੁਣ ਇਹੋ ਜਿਹੇ ਬਾਹਰਲੇ ਮੁਲਕਾਂ 'ਤੇ ਵੀ ਹੁਣ ਆਉਣ ਲੱਗੇ ਆ ਕਿਉਂਕਿ ਲੇਟ ਪਹੁੰਚੇ ਇਹ 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 ਸਾਡੇ ਇਲਾਕਿਆਂ ਨੂੰ ਥੋੜ੍ਹਾ ਜਿਹਾ ਹੈਗਾ ਆ ਕਿ ਚੀਜ਼ਾਂ ਲੇ ਜੇ ਮੈਂ ਕਹਿੰਦਾ ਕਿ ਬਾਰਡਰ ਖੁੱਲ੍ਹ ਜੇ ਸਾਡੇ ਵਾਲਾ ਤਾਂ ਸਭ ਤੋਂ ਪਹਿਲਾਂ ਪਹੁੰਚਿਆ ਕਰੂ ਚੀਜ਼ ਇਹ ਸਰਕਾਰਾਂ ਨੇ ਖੋਲ੍ਹਣ ਨਹੀਂ ਦਿੰਦੇ ਬਸ ਕਿਉਂਕਿ ਮਾਝੇ 'ਚ ਬਾਰਡਰ ਖੁੱਲ੍ਹਾ ਆ ਜੇ ਸਾਡਾ ਵੀ ਬਿਲਕੁਲ ਨਾਲ 16 ਕਿਲੋਮੀਟਰ 'ਤੇ ਬਾਰਡਰ ਹੈ ਜੇ ਖੁੱਲ੍ਹ ਜੇ ਵਪਾਰ ਸ਼ੁਰੂ ਹੋ ਜੇ ਤਾਂ ਓਬਵੀਅਸਲੀ ਗੱਲ ਆ ਹਰ ਇੱਕ ਬੰਦਾ ਉੱਥੇ ਆ ਕੇ ਵਸਣਾ ਚਾਹੂਗਾ ਹਰ ਇੱਕ ਚੀਜ਼ ਪਹਿਲਾਂ ਉੱਥੇ ਆਊਗੀ ਇਹ ਇਹ ਫਰਕ ਪੈ ਜਾਂਦਾ ਅੱਛਾ ਵੀਰੇ ਤੁਸੀਂ ਆਏ ਸੀ ਇੱਥੇ ਹੁਣ ਤੁਸੀਂ ਆਏ ਹੋ ਤਾਂ ਤੁਸੀਂ ਕਦੋਂ ਆਏ ਅਤੇ ਕਿਵੇਂ ਆਏ ਵੀ ਮੈਨੂੰ ਮੇਰੇ ਨਾਲ ਥੋੜ੍ਹਾ ਜਿਹਾ ਸਾਂਝਾ ਕਰ ਦਿਉ ਕਿ ਤੁਹਾਨੂੰ ਇੰਗਲੈਂਡ ਆਉਣ ਦਾ ਸਬੱਬ ਕਿਵੇਂ ਪ੍ਰਾਪਤ ਹੋਇਆ ਕਿ ਸੋਚਿਆ ਕਿ ਹਾਂ ਇੰਗਲੈਂਡ ਆ ਕੇ ਕਦੇ ਤੁਸੀਂ ਵੀ ਸੋਚਿਆ ਕਿ ਹਾਂ ਮੈਂ ਕੈਨੇਡਾ ਕੁਨੇਡਾ ਜਾਵਾਂ ਕਿ ਇੰਗਲੈਂਡ ਦਾ ਵੀਜ਼ਾ ਲੱਗ ਗਿਆ ਇਹਦਾ ਤਾਂ ਮੈਨੂੰ ਪਤਾ ਨਹੀਂ ਭਰਾ ਦਾ ਇਹ ਤਾਂ ਚਲੋ ਇੱਥੇ ਹੀ ਆ ਹੁਣ ਇੱਥੇ ਕਿਵੇਂ ਆਇਆ ਤੁਸੀਂ ਇਹ ਆਪਦਾ ਆਪਦੀ ਹੱਡ ਬੀਤੀ ਦੱਸੂਗਾ ਕਦੇ ਸੁਪਨਾ ਵੀ ਨਹੀਂ ਲੈਤਾ ਸੀ ਵੀ ਬਾਹਰ ਆਵਾਂਗੇ ਸੱਚੀ ਗੱਲ ਸਰ ਕਦੇ ਸੁਪਨਾ ਵੀ ਨਹੀਂ ਦੇਖਿਆ ਸੀ ਵੀ ਬਾਹਰ ਆਵਾਂਗੇ ਆਏ ਸੀਗਾ ਵੀ ਇੰਡੀਆ ਆਪਣਾ ਕੰਮ ਚੱਲ ਪਿਆ ਜਿੰਨਾ ਚਿਰ ਜਿਉਂਦੇ ਆ ਕਰ ਲਾਂਗੇ ਕੁਝ ਹੋਰ ਕਰ ਲਾਂਗੇ ਵੀ ਇੰਨੇ ਕੁ ਯੋਗੇ ਤਾਂ ਹੋ ਗਏ ਵੀ ਆਪਦੇ ਯੋਗੀ ਰੋਟੀ ਕਮਾ ਕੇ ਤਾਂ ਖਾਈ ਲਵਾਂਗੇ ਕਿ ਬਾਹਰ ਆਉਣ ਦਾ ਭਾਅ ਜੀ ਕਦੇ ਸੁਪਨਾ ਵੀ ਨਹੀਂ ਸੀ ਨਾ ਅੱਜ ਸਾਡੇ ਘਰਦਿਆਂ ਨੂੰ ਪਤਾ ਸੀ ਵੀ ਇੰਸਟਾਗ੍ਰਾਮ ਸੋਸ਼ਲ ਮੀਡੀਆ ਅੱਜ ਕੱਲ੍ਹ ਦੇਖੋ ਹੈ ਨਾ ਇਹਦੇ ਅਸੀਂ ਬੋਲੀਆਂ ਪਾਉਂਦੇ ਹੁੰਦੇ ਸੀਗੇ ਸੋ UK ਦੇ ਨੇ ਭਾਅ ਜੀ ਜਤਿੰਦਰ ਹੀਰ ਭਾਅ ਜੀ ਪ੍ਰਮੋਟਰ ਨੇ ਮਲਕੀਤ ਭਾਅ ਜੀ ਨਾਲ ਵੀ ਉਹ ਹੁੰਦੇ ਨੇਗੇ ਅਤੇ ਉਹਨਾਂ ਨੇ ਸਾਡੀ ਵੀਡੀਓ ਦੇਖੀ ਸੀ ਭਾਅ ਜੀ ਅਤੇ ਉਹ ਪੰਜਾਬੀ ਕਲਚਰ ਨੂੰ ਬੜਾ ਪਿਆਰ ਕਰਦੇ ਨੇ ਉਹ ਵੀ ਅਤੇ ਉਹਨਾਂ ਨੇ ਮਤਲਬ ਕਿ ਸਾਡੇ ਨਾਲ ਰਾਬਤਾ ਕੀਤਾ ਕਿ ਤੁਸੀਂ ਇਹ ਚੀਜ਼ ਇੱਥੇ ਦੇ ਵਿਆਹਾਂ ਦੇ ਵਿੱਚ ਕਰ ਸਕਦੇ ਹੋ ਸੋ ਉਹਨਾਂ ਦਾ ਕੰਟੈਕਟ ਹੋਇਆ ਸੋ ਉਹਨਾਂ ਨੇ ਸਾਨੂੰ ਸਪੋਂਸਰ ਕੀਤਾ ਪਿਛਲੇ ਸਾਲ ਵੀ ਇਸ ਸਾਲ ਵੀ ਸੋ ਉਹਨਾਂ ਦੀ ਬਦੌਲਤ ਅਸੀਂ UK ਅੱਜ ਬੈਠੇ ਹਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਚਲੋ ਵਧੀਆ ਇਹ ਤਾਂ ਬਲਕਿ ਰਾਹ ਬਣਾਉਂਦਾ ਪਰਮਾਤਮਾ ਕਿਸੇ ਨਾ ਕਿਸੇ ਜ਼ਰੀਏ ਪਹੁੰਚਣ ਦਾ ਚਲੋ ਅਸੀਂ ਤਾਂ ਫਸੇ ਹਾਂ ਮੈਂ ਜਿਹੜੇ ਪੰਜਾਬ ਚ ਬੈਠੇ ਨੇ ਉਹਨਾਂ ਨੂੰ ਮੈਂ ਚਾਹੇ ਲਾਇਆ ਉਹ ਤਾਂ UK ਵਗ ਗਿਆ ਬਈ ਉਹਨੂੰ ਵੀ ਪਤਾ ਨੀ ਵੀ ਕੀ ਜੰਗ ਜਿੱਤ ਲੈਣੀ ਆ ਜਿਹੜੇ ਤੁਸੀਂ ਬਾਹਰ ਆਏ ਭਾਵੇਂ ਕੰਧ ਨੂੰ ਹੱਥ ਲਾ ਕੇ ਮੁੜ ਜਾਓ ਬਿਲਕੁਲ ਥੋੜ੍ਹਾ ਉੱਥੇ ਜਾ ਕੇ ਬੜੀ ਇੱਜ਼ਤ ਵੱਧ ਜਾਂਦੀ ਆ ਬਹੁਤ ਇੱਜ਼ਤ ਵੱਧ ਜਾਂਦੀ ਆ ਬੰਦਾ ਬਾਹਰ ਜਾ ਕੇ ਆਇਆ ਹਨਾ ਹਾਂ ਬਾਹਰ ਜਾ ਕੇ ਆਇਆ ਇੱਕ ਭਾਜੀ ਦੇਖੋ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ ਆਪਣੇ ਪੰਜਾਬ 'ਚ ਵੀ ਬਹੁਤ ਕਮੀਆਂ ਨੇ ਜਿਹੜੀਆਂ ਇੱਥੇ ਬਹੁਤ ਵਧੀਆ ਲੱਗੀਆਂ ਮੈਨੂੰ ਗੱਲਾਂ
ਜਿਵੇਂ ਮੈਂ ਡਰਾਈਵਿੰਗ ਸਿਸਟਮ ਹੈ ਨਾ, ਉਹ ਬਹੁਤ ਵਧੀਆ ਹੈ, ਬਹੁਤ ਵਧੀਆ, ਠੀਕ ਹੈ। ਇਹ ਮੈਨੂੰ ਦੱਸਦਾ ਵੀ ਰਹਿੰਦਾ ਹੁੰਦਾ ਨਾਲ, ਉਹਦਾ ਖਮਿਆਜਾ ਜਿਹੜੇ ਇੰਟਰਨੈਸ਼ਨਲ ਲਾਇਸੈਂਸ ਆ ਉਹਦੇ ਤੇ ਭੁਗਤਣਾ ਪੈਂਦਾ ਹੈ। ਹਾਂ, ਪਰ ਮੈਂ ਵੀ ਸਟੂਡੈਂਟ ਨੂੰ ਬੜੀ ਵਾਰੀ ਕਹਿਣਾ ਹੁੰਦਾ ਕਿ ਥੋੜਾ ਇਹ ਇੱਥੇ ਜਗਾੜ ਨਾ ਲਾਓ, ਇਹ ਜਗਾੜ ਇੱਥੇ ਥੋੜਾ ਕੁ ਟਾਈਮ ਹੀ ਹੁੰਦੇ ਆ, ਫੇਲ ਹੋ ਜਾਂਦੇ। ਮੈਨੂੰ ਭਾਅ ਜੀ ਮੈਨੂੰ ਬਹੁਤ ਮਿਲਦੇ ਆ, ਤੂੰ ਆ ਗਿਆ ਨਾ, ਹੁਣ ਤੂੰ ਜਾਈ ਨਾ, ਤੂੰ ਇੱਥੇ ਆਏ ਗੁੰਮ ਜੇ ਹੋ ਜਾ, ਮੈਨੂੰ ਕੀ ਲੋੜ ਹੈ, ਮੈਂ ਦੂਜੀ ਵਾਰੀ ਤੀਜੀ ਵਾਰੀ ਫੇਰ ਉਹਨਾਂ ਦਾ ਕੰਮ ਕਰਕੇ ਜ਼ਿੰਦਗੀ ਜਿਹੜੀ ਬਰਬਾਦ ਹੁੰਦੀ ਹੈ ਉਹਦਾ ਉਹ ਨਹੀਂ। ਅਸੀਂ ਮੈਂ ਬੜੀ ਵਾਰੀ ਸਮਝਾਉਣਾ ਕਿ ਜਿੰਨਾ ਤੁਸੀਂ ਲੀਗਲ ਰਹੋਗੇ ਨਾ ਉਨਾ ਤੁਹਾਡੇ ਲਈ ਚੰਗਾ ਆ। ਮੈਂ ਅੱਜ ਜੇ ਆ ਕੇ ਬੈਠਾ, ਮੈਂ ਚਾਰ ਵਾਰੀ ਆ ਕੇ ਪਹਿਲਾਂ ਮੁੜਿਆ ਵੀ ਹਾਂ। ਮੈਂ 2019 'ਚ ਪਹਿਲੀ ਵਾਰੀ ਆਇਆ ਸੀ, ਉਸ ਤੋਂ ਬਾਅਦ ਮੈਂ 2019 ਤੋਂ ਬਾਅਦ 2020 'ਚ ਵੀ ਆ ਗਿਆ, ਕੋਵਿਡ ਤੋਂ ਬਾਅਦ ਵੀ ਆ ਗਿਆ, ਮੈਂ ਤਾਂ ਤਿੰਨ ਚਾਰ ਵਾਰੀ ਆ ਕੇ ਮੁੜਿਆ, ਚੌਥੀ ਵਾਰੀ ਆ ਕੇ ਮੈਂ ਟਿਕਿਆ ਇੱਥੇ, ਅਤੇ ਮੈਨੂੰ ਉਹ ਚੀਜ਼ ਦਾ ਪਤਾ ਸੀਗਾ। ਅਤੇ ਜਿਹੜਾ ਬੰਦਾ ਸਿੱਧਾ ਹੀ ਉੱਥੋਂ ਆਇਆ ਉਹਨੂੰ ਇਹ ਚੀਜ਼ ਦਾ ਆਈਡੀਆ ਨਹੀਂ ਹੁੰਦਾ ਕਿ ਕੀ ਸਟਰਗਲ ਹੈ, ਕੀ ਕੁਛ ਹੈ। ਆਉਣ 'ਤੇ ਤੁਹਾਨੂੰ ਇੱਕ ਵਾਰੀ, ਮੈਂ ਤਾਂ ਕਹਿੰਦਾ ਇੱਕ ਅੱਧੀ ਗੇੜਾ ਮਾਰ ਕੇ ਦੇਖੋ ਕਿਸੇ ਵੀ ਕੰਟਰੀ 'ਚ ਜਾਣਾ ਨਾ, ਪਹਿਲਾਂ ਇੱਕ ਗੇੜਾ ਤਾਂ ਮਾਰ ਕੇ ਵੇਖੋ ਕਿ ਤੁਹਾਡੇ ਰਹਿਣ ਲਾਇਕ ਹੈ ਵੀ ਕਿ ਨਹੀਂ, ਤੁਸੀਂ ਕਿੰਨੀ ਕੁ ਦੇਰ ਕੱਟ ਸਕਦੇ ਹੋ, 2-3 ਮਹੀਨੇ ਲਾ ਕੇ ਵੇਖੋ। ਮੈਂ ਹੈਨਾ ਮੈਥੋਂ ਸਿੱਖ ਲਓ, 2-3 ਮਹੀਨੇ ਲਾ ਕੇ, ਹੈਨਾ। ਅਸੀਂ ਇੰਨੇ ਕਮਜ਼ੋਰ ਹੋ ਗਏ ਕਿ ਅਸੀਂ ਟੂਰਿਸਟ ਵੀਜ਼ੇ ਨੂੰ ਵੀ ਐਂ ਲੈ ਲਿਆ, ਪਤਾ ਨਹੀਂ ਕਿੱਡਾ ਕੁ ਔਖਾ ਆ। ਵੀਜ਼ਾ ਦੇ ਵਿੱਚ ਤੁਸੀਂ ਸਿਰਫ ਲਿਮਿਟੇਸ਼ਨਸ ਪੂਰੀਆਂ ਕਰਨੀਆਂ ਹੁੰਦੀਆਂ ਕਿਸੇ ਵੀ ਕੰਟਰੀ ਦਾ, ਆ ਜ਼ਰੂਰਤਾਂ ਪੂਰੀਆਂ ਕਰ ਦਿਉ। ਜੇ ਤੁਸੀਂ ਨਹੀਂ ਕਰ ਸਕਦੇ 6 ਮਹੀਨੇ ਉਸ ਚੀਜ਼ 'ਤੇ ਵਰਕ ਕਰ ਲਓ, 6 ਮਹੀਨੇ ਬਾਅਦ ਵੀਜ਼ਾ ਲਾ ਲਓ। ਜ਼ਰੂਰਤਾਂ ਹੀ ਪੂਰੀਆਂ ਕਰਨੀਆਂ, ਜਦੋਂ ਪੂਰੀਆਂ ਹੋ ਗਈਆਂ ਚਲ ਜਾਓ, ਏਜੰਟ ਵੀ ਤੁਹਾਡਾ ਇਹੀ ਕਰਦਾ 6 ਮਹੀਨੇ ਟਿਕਾ ਕੇ ਤੁਹਾਨੂੰ ਜ਼ਰੂਰਤਾਂ ਪੂਰੀਆਂ ਕਰਕੇ ਤੁਹਾਡੇ ਕੋਲ ਪੈਸੇ ਵੱਧ ਮੰਗ ਕੇ, ਅਤੇ ਸਗੋਂ ਜਿਹੜੀ ਚੀਜ਼ 50,000 ਦੀ ਉੱਥੇ 5 ਲੱਖ ਦੀ ਹੋ ਜਾਂਦੀ ਹੈ। ਪਰ ਇੱਕ ਗੱਲ ਜ਼ਰੂਰ ਹੈ ਕਿ ਆ ਕੇ ਪਹਿਲਾਂ ਵੇਖੋ ਕਿ ਤੁਸੀਂ ਇੱਥੇ ਰਹਿ ਸਕਦੇ ਹੋ ਕਿ ਨਹੀਂ। ਹਾਂ, ਆਉਣਾ ਸਭ ਨੂੰ ਚਾਹੀਦਾ, ਕਿਉਂਕਿ ਜਿਹੜੇ ਇੰਡੀਆ 'ਚ ਬੈਠੇ ਨਾ ਇੱਥੇ ਫੋਨ ਕਰ ਦਿੰਦੇ, ਭਾਅ ਜੀ ਆਈਫੋਨ ਭੇਜ ਦਿਓ, ਆਪਾਂ ਹੀ ਮਾੜੇ 20 ਪਾਉਂਡ ਪਾ ਦੇ, 50 ਕੁ ਪਾ ਦੇ, ਅਤੇ 50 ਪਾਉਂਡ ਬਣਾਉਣ ਲੱਗੇ ਨੱਕ ਨਾ ਲੱਗੀ। ਇੱਕ ਬੰਦਾ ਪੰਜਾਬ ਪਰ ਜਾਂਦੇ ਆ, ਆਹੋ ਇੱਕ ਬੰਦਾ ਆ, ਅਸੀਂ ਉਹਨੂੰ ਬੜਾ ਸਮਝਾਈਦਾ, ਫੋਨ ਬਹੁਤ ਕਰਦਾ ਹੈ ਨਾ, ਕੱਪੜੇ ਦਾ ਬਿਜ਼ਨਸ ਕਰਦਾ ਲੁਧਿਆਣੇ ਉਹਦਾ, ਮੈਂ ਦੱਸਦਾ ਉਹਦੀ ਗੱਲ, ਉਹ ਫੋਨ ਕਰੀ ਜਾਊਗਾ ਹੈ ਨਾ ਕਿ ਭਾਅ ਜੀ ਮੇਰੇ ਤੋਂ ਕੱਪੜੇ ਮੰਗਾਓ। ਮੈਂ ਕਿਹਾ ਠੀਕ ਹੈ, ਇੱਕ ਅੱਧੀ ਵਾਰੀ ਮੰਗਾ ਵੀ ਲਏ ਭਾਅ ਜੀ। ਮੈਂ ਭਾਅ ਜੀ ਘੱਟੋ ਘੱਟ 2-3 ਲੱਖ ਦਾ ਤਾਂ ਆਰਡਰ ਕਰੋ, ਉਹ ਮੈਂ ਕਿਹਾ ਭਰਾਵਾ 2-3 ਹਜ਼ਾਰ ਪਾਉਂਡ ਸਾਲਾ ਮਹੀਨੇ ਦਾ ਨਹੀਂ ਕਮਾਈਦਾ ਸੀ, ਤੂੰ ਕਹਿੰਦਾ 2-3 ਲੱਖ ਦਾ ਆਰਡਰ ਕਰੋ ਹਨਾ। ਉਹ ਐ ਸਮਝਦੇ ਆ ਕਿ ਬਾਹਰ ਤਾਂ ਪਤਲੀ ਨੋਰਮਲੀ ਆ, ਦਰਖਤ ਲੱਗਿਆ ਹੋਇਆ, ਪਰ ਅਸੀਂ ਕਹਿੰਦੇ ਹਾਂ ਨਾ ਉਹੀ ਤਾਂ ਕਹਿੰਦੇ 100 ਬਣਨਗੇ ਜਾ ਕੇ ਤਾਂ ਫਾਇਦਾ, ਸਾਡਾ ਤਾਂ ਇੱਕ ਦਾ ਇੱਕ ਹੀ ਬਣਦਾ, ਇੱਕ ਦੇ 100 ਬਣਦੇ ਇੱਧਰ। ਮੈਂ ਬੋਲੀ ਡਿਲੀਟ ਕਰਾਂ ਯਾਰ, ਮੈਨੂੰ ਸਾਡਾ ਤਾਂ ਇੱਕ ਦਾ ਇੱਕ ਹੀ ਬਣਦਾ। ਨਹੀਂ ਭਾਅ ਜੀ, ਸਿੱਖਣ ਨੂੰ ਬਹੁਤ ਕੁਛ, ਬਿਲਕੁਲ, ਕੰਮ ਤੋਂ ਬਿਨਾਂ ਕੁਛ ਨਹੀਂ, ਬਹੁਤ ਚੀਜ਼ਾਂ, ਜ਼ਿੰਦਗੀ ਅਲਾਈਨ ਹੋ ਜਾਂਦੀ, ਜੋ ਆਪਾਂ ਪੰਜਾਬ 'ਚ ਵਿਹਲੇ ਬਹਿ ਕੇ ਰੋਟੀ ਖਾ ਸਕਦੇ ਹਾਂ, ਇੱਥੇ ਨਹੀਂ, ਠੀਕ ਆ। ਇਹ ਬਹੁਤ ਚੀਜ਼ਾਂ ਸਿੱਖਣ ਨੂੰ ਆ, ਸਿੱਖਣ ਨੂੰ ਬਹੁਤ ਕੁਝ ਆ ਭਾਜੀ ਇੱਥੇ। ਜੇ ਆਪਾਂ ਕਹੀਏ ਵੀ ਇੱਕ ਪਾਸੋਂ ਆਪਾਂ ਕਹੀਏ ਮਾੜਾ, ਇੱਕ ਸਹੀ ਵੀ ਆ, ਬਿਲਕੁਲ, ਪਰ ਜਿਹਨੇ ਕੰਮ ਕਰਨਾ ਉਹਦੇ ਲਈ ਬੈਸਟ, ਬਸ, ਬਿਲਕੁਲ, ਕਿਸੇ ਵੀ ਕਿਸੇ ਦਾ ਵਿਹਲੇ ਲਈ ਕੁਛ ਨਹੀਂ। ਅਸੀਂ ਇਹ ਸੋਚ ਕੇ ਆਉਂਦੇ ਹਾਂ ਕਿ ਬਾਹਰ ਜਾ ਕੇ ਅਸੀਂ ਦੁਨੀਆ ਜਿੱਤ ਲਈ, ਬਾਹਰ ਪਹੁੰਚ ਕੇ ਦੁਨੀਆ ਜਿੱਤ ਲਈ। ਮੈਂ ਕਿਸੇ ਦੀ ਗੱਲ ਨਹੀਂ ਕਰਦਾ ਹੁੰਦਾ, ਮੈਂ ਆਪਦੀ ਗੱਲ ਕਰ, ਪਹਿਲਾਂ ਜਿਹੜੇ ਪੰਜਾਬ 'ਚ ਬੈਠੇ ਨੇ, ਜਾਂ ਮੈਂ ਵੀ ਜਦੋਂ ਪੰਜਾਬ 'ਚ ਸੀਗਾ ਨਾ, ਮੈਨੂੰ ਵੀ ਜਦੋਂ ਮੁੰਡਾ ਜਹਾਜ਼ ਚੜ ਗਿਆ, ਇਹ ਲੈ ਜੀ ਲਾਈਫ ਸੈੱਟ ਹੋ ਗਈ ਮੇਰੇ ਮੇਰੀ ਸੋਚ ਸੀ। ਜੋ ਮੈਂ ਇੱਥੇ ਆਇਆ, ਮੈਂ ਹੁਣ ਸੋਚਦਾ ਵੀ ਜਦੋਂ ਮੁੰਡਾ ਜਹਾਜ਼ ਚੜ ਗਿਆ, ਸਮਝ ਲਓ ਉਹਦੀ ਲਾਈਫ ਅਪਸੈੱਟ ਹੋ ਗਈ, ਹੁਣ ਉਹ 0 ਤੋਂ ਸ਼ੁਰੂ ਹੋਊਗਾ ਜਾ ਕੇ। ਇੰਡੀਆ ਆਪਾਂ ਪਤਾ ਕੀ ਗੱਲ ਕਰ ਦਿੰਦੇ ਹਾਂ, ਇੰਡੀਆ ਜਦੋਂ ਆਪਾਂ ਕਿਸੇ ਨੂੰ ਫੋਨ ਲਾਉਣਾ, ਜਦੋਂ ਨਹੀਂ ਆਉਣਾ ਜਾਂਦਾ ਬਾਹਰ, ਆਪਾਂ ਹਿਸਾਬ ਲਾਉਣੇ ਹੁੰਦੇ ਹਾਂ, 2 ਲੱਖ ਮੈਂ ਕਮਾ ਲੈਣਾ, 2 ਲੱਖ ਇੱਧਰ ਹੋ ਜਾਣਾ, ਬੋਲ 20 ਲੱਖ ਰੁਪਈਆ ਲੱਗਿਆ ਤਾਂ 4-5 ਮਹੀਨੇ ਚਲਾ ਦੇਣੇ, ਪਰ ਇੱਥੇ ਪਤਾ ਲੱਗਦਾ
ਵੀ ਬਾਈ ਜੀ ਜਿਹੜੇ ਲਾ ਕੇ ਆਏ ਉਹ ਚੁਗਣੇ ਬਹਿਣਗੇ ਕਰਕੇ ਇੱਧਰ ਹੀ ਕੁੰਜੇ ਕੰਮ ਦੀ ਬੜੀ ਪ੍ਰੋਬਲਮ ਆ ਇੱਥੇ ਕਈਆਂ ਨੂੰ। ਅਤੇ ਮੈਂ ਕਹਿੰਦਾ ਜਾਣ ਤੋਂ ਪਹਿਲਾਂ ਤੁਸੀਂ ਦੋ ਕੁ ਬੋਲੀਆਂ ਸੁਣਾ ਹੀ ਦਿਓ। ਦੋ ਬੋਲੀਆਂ ਸੁਣਾਉਣ ਲੱਗਿਆ ਬਾਈ, ਇੱਕ ਜਲੰਧਰ ਵਾਲੀ ਆ, ਇੱਕ ਇੱਕ ਆਉਣ ਨੂੰ ਫਿਰ ਦੋਨੇ ਆਉਣ ਨੀ, ਇੱਕ ਆ ਗਈ ਕੁੜੀ, ਇੱਕ ਉਹ ਬੋਲੀ ਹੈ, ਇੱਕ ਜਿਹੜੀ ਆਉਣ ਨੂੰ ਕਹਿੰਦੀ ਹੈ ਉਹ ਬੋਲੀ ਹੈ ਸੁਣ ਕੇ, ਠੀਕ ਹੈ। ਚਾਹ ਬੜਾ ਸੀ ਯੂਕੇ ਆਉਣਾ, ਚਾਹ ਬੜਾ ਸੀ ਯੂਕੇ ਆਉਣਾ, ਮੁੰਡਾ ਨੂੰ ਮੈਂ ਜੱਫਾ ਲਾਉਣਾ, ਮੁੰਡਾ ਨੂੰ ਮੈਂ ਜੱਫਾ ਲਾਉਣਾ, ਲਾ ਕੇ ਹੈ ਸ਼ਿਫਟਾ ਮੈਂ ਤਾਂ, ਲਾ ਕੇ ਹੈ ਸ਼ਿਫਟਾ ਮੈਂ ਤਾਂ, ਇੱਥੇ ਜ਼ਮੀਨ ਦੱਸ ਗਈ ਵੀ ਕੁੜੀ ਜਲੰਧਰ ਦੀ, ਹੋ ਯੂਕੇ ਆ ਕੇ ਫਸ ਗਈ ਵੀ ਕੁੜੀ ਜਲੰਧਰ ਦੀ, ਯੂਕੇ ਆ ਕੇ ਫਸ ਗਈ ਕੁੜੀ ਜਲੰਧਰ ਦੀ, ਹੋ ਯੂਕੇ ਆ ਕੇ ਫਸ ਗਈ ਵੀ ਕੁੜੀ ਜਲੰਧਰ ਦੀ, ਯੂਕੇ ਆ ਕੇ ਫਸ ਗਈ ਵੀ ਕੁੜੀ ਜਲੰਧਰ ਦੀ। ਭਾਜੀ ਕੱਟ ਦਿਓ ਮਾੜਾ ਜਿਹਾ, ਦੂਜੀ ਮੈਂ ਲੈਣ ਯਾਦ ਕਰ ਲਾ, ਕੋਈ ਨੀ ਦੁਬਾਰਾ ਸੀ। ਮਰਜੇਗੀ ਇੱਥੇ ਕੰਮ ਭਾਲਦੀ, ਮਰਜੇਗੀ ਇੱਥੇ ਕੰਮ ਭਾਲਦੀ, ਬੈਕ ਮੁੜੀ ਆ ਤੇਰੇ ਨਾਲ ਦੀ, ਬੈਕ ਮੁੜੀ ਆ ਤੇਰੇ ਨਾਲ ਦੀ, ਕੇ ਇੰਡੀਆ ਕਰ ਲੈ ਐਸ਼ਾ, ਕੇ ਇੰਡੀਆ ਕਰ ਲੈ ਐਸ਼ਾ, ਅੱਲਾ ਮੇਰਾ ਕਹਿਣਾ ਨੀ ਛੱਡ ਕਿਹੜਾ ਯੂਕੇ ਦਾ, ਕੀ ਤੂੰ ਆ ਕੇ ਲੈਣਾ ਨੀ ਛੱਡ ਕਿਹੜਾ ਯੂਕੇ ਦਾ, ਕੀ ਤੂੰ ਆ ਕੇ ਲੈਣਾ ਨੀ ਛੱਡ ਕਿਹੜਾ ਯੂਕੇ ਦਾ, ਕੀ ਤੂੰ ਆ ਕੇ ਲੈਣਾ ਛੱਡ ਕਿਹੜਾ ਯੂਕੇ ਦਾ, ਕੀ ਤੂੰ ਆ ਕੇ ਲੈਣਾ ਛੱਡ ਕਿਹੜਾ ਯੂਕੇ ਦਾ। ਕਿਆ ਬਾਤ ਹੈ ਜੀ, ਮੈਨੂੰ ਬੜੀ ਖੁਸ਼ੀ ਹੋਈ ਕਿ ਅੱਜ ਤੁਸੀਂ ਸਾਡੇ ਨਾਲ ਸਟੂਡੀਓ 'ਚ ਆਏ, ਅਤੇ ਹਰ ਵਾਰੀ ਵੱਖਰੀ ਚੀਜ਼ ਮਿਲੇ ਲੋ ਆਡੀਅੰਸ ਨੂੰ। ਹਰ ਇੱਕ ਪੋਡਕਾਸਟ ਮੇਰੀ ਦਿਲ ਦੇ ਬੜੇ ਕਰੀਬ ਹੁੰਦੇ, ਕਿਉਂਕਿ ਤੁਹਾਨੂੰ ਹਰ ਇੱਕ ਬੰਦਾ, ਤੁਹਾਨੂੰ ਸਟਾਰ ਨਹੀਂ ਚਾਹੀਦਾ ਹੁੰਦਾ, ਜਦੋਂ ਅਸੀਂ ਇੰਟਰਵਿਊ ਕਰਦੇ ਸੀ ਤੁਹਾਨੂੰ ਸਟਾਰ ਚਾਹੀਦਾ ਹੁੰਦਾ ਸੀ, ਪਰ ਇਹ ਪੋਡਕਾਸਟ ਸਟਾਰ ਬਣਾਉਂਦਾ ਲੋਕਾਂ ਨੂੰ, ਹੈ ਨਾ। ਰਾਹ ਮਿਲਦਾ ਕਿ ਕਦੋਂ ਬੰਦਾ ਆ ਕੇ ਉਹਦੇ 'ਚ ਕੀ ਟੈਲੈਂਟ ਹੈ, ਬੋਲਣ ਵਾਲਾ ਬੰਦਾ ਆਪਣੇ ਵਿਚਾਰ ਰੱਖਦਾ। ਅੱਜ ਕੱਲ੍ਹ ਦਾ ਇਹ ਚੱਲੀ ਚੀਜ਼ ਬੜੀ, ਇਹਨੂੰ ਮੈਂ ਕਹਿੰਦਾ ਹੋਣਾ ਕਿ ਇਹ ਡਿਜੀਟਲ ਕਿਤਾਬ ਹੈ, ਜਿਵੇਂ ਅਸੀਂ ਕਿਤਾਬਾਂ ਪੜ੍ਹਦੇ ਹਾਂ, ਇਹ ਡਿਜੀਟਲ ਕਿਤਾਬ ਹੈ, ਅਤੇ ਇਹ ਕਿਤਾਬ ਹੁਣ ਤੁਹਾਡੀ ਛਪ ਚੁੱਕੀ ਹੈ, ਅਤੇ ਇਹਨੂੰ ਆਪਾਂ ਸਾਰੀ ਉਮਰ ਰਹਿਣੀ ਹੈ ਭਾਜੀ, ਇਹ ਸਾਰੀ ਉਮਰ ਰਹਿਣੀ ਹੈ, ਅਤੇ ਯੂਟਿਊਬ ਜਿੰਨੀ ਦੇਰ ਰਹੂਗਾ ਉੰਨੀ ਦੇਰ ਉਹਦੇ 'ਤੇ ਰਹਿਣੀ ਹੈ। ਹਾਂਜੀ, ਮੈਨੂੰ ਪਹਿਲਾਂ ਬੜਾ ਉਹ ਹੁੰਦਾ ਸੀ ਨਾ, ਮੈਨੂੰ ਵੀ ਮੇਰੇ ਮਨ 'ਚ ਹੁੰਦਾ ਸੀ ਵੀ ਆਪਾਂ ਇੰਟਰਵਿਊ ਕਰਦੇ ਜਿਹੜੇ ਵੀ ਉਹ ਕਲਾਕਾਰ ਜਾਂ ਵੱਡੇ ਕਲਾਕਾਰਾਂ ਦੀ ਹੁੰਦੀ ਆ, ਉਹ ਛੋਟੇ ਬੰਦਿਆਂ ਦੀ ਇੰਟਰਵਿਊ, ਪਰ ਉਹਨੂੰ ਖੁਸ਼ੀ ਹੁੰਦੀ ਹੈ ਜਦੋਂ ਮੈਨੂੰ ਮੇਰੀ ਇੰਟਰਵਿਊ ਹੁੰਦੀ ਹੈ ਨਾ, ਤਾਂ ਮੇਰੀ ਪਹਿਲੀ ਸਾਫ ਸਿੱਧੀ ਜਿਹੀ ਗੱਲ ਹੁੰਦੀ ਵੀ ਭਾਜੀ ਮੈਂ ਕੋਈ ਬਾਹਲਾ ਸਿਆਣਾ ਬੰਦਾ ਨਹੀਂ ਹੈਗਾ, ਜਿਵੇਂ ਤੁਹਾਨੂੰ ਤੁਸੀਂ ਕਿਹਾ ਵੀ ਠੀਕ ਹੈ ਵਰਿੰਦਰ, ਜਿਵੇਂ ਤੂੰ ਹੈਗਾ ਉਹਦਾ ਉਵੇਂ ਚੱਲਣਾ, ਠੀਕ ਹੈ। ਮੈਨੂੰ ਬੜਾ ਮਜ਼ਾ ਬਹੁਤ ਆਇਆ, ਮੈਨੂੰ ਸਹੀ ਗੱਲ ਤਾਂ, ਠੀਕ ਹੈ। ਉਹ ਜਦੋਂ ਤੁਸੀਂ ਕਹਿ ਵੀ ਦਿੱਤਾ ਜੀ, ਮੈਂ ਭਾਜੀ ਸਿਆਣੀਆਂ ਗੱਲਾਂ ਕਹਿੰਦਾ, ਮੈਨੂੰ ਵਾਸੀ ਆਉਣ ਲੱਗ ਗਿਆ, ਕਿਉਂਕਿ ਮੈਂ ਬਾਹਲਾ ਸਿਆਣਾ ਹੈ ਨਹੀਂ, ਮੈਨੂੰ ਚੌੜਾ ਤੀਆਂ ਗੱਲਾਂ ਕਰੋ ਵੀ ਹੱਸਦੇ ਰਹੋ ਬਸ। ਮੇਰਾ ਮੇਨ ਮਕਸਦ ਹੁੰਦਾ ਭਾਜੀ ਚਿਹਰੇ 'ਤੇ ਸਮਾਈਲ ਲਿਆਉਣਾ, ਚਾਹੇ ਮੈਂ ਆਪਦੀ ਖੁਦ ਮੈਂ ਆਪਦੀ ਬੇਇੱਜ਼ਤੀ ਕਰਾਂ, ਬੇਇੱਜ਼ਤੀ ਕਰ ਲਓ, ਚਾਹੇ ਪੰਜ ਆਪਦੇ 'ਤੇ ਪੰਚ ਲਾਵਾਂ, ਚਾਹੇ ਤੁਹਾਡੇ 'ਤੇ ਪੰਚ ਲਾਵਾਂ, ਚਾਹੇ 'ਤੇ ਪੰਜ, ਹੱਸਣਾ ਜ਼ਰੂਰੀ ਹੈ। ਬਿਲਕੁਲ ਭਾਜੀ, ਤੁਸੀਂ ਵੀ ਸਾਨੂੰ ਸੁਣਾਓ, ਤੁਸੀਂ ਵੀ ਬੋਲੀਆਂ ਬੋਲੀ ਤੇ ਵਧੋ ਵਧੀ, ਨਹੀਂ ਵਧੋ ਵਧੀ ਵਧੋ ਵਧੀ, ਚਲੋ ਉਹ ਤਾਂ ਆਪਾਂ ਬਾਅਦ ਹੀ ਸੁਣਾਉਂਦੇ ਹਾਂ। ਇੱਕ ਬੋਲੀ ਮੈਂ ਹਮੇਸ਼ਾ ਪਾਉਣਾ ਹੁੰਦਾ ਤੁਹਾਨੂੰ, ਮੈਂ ਪਹਿਲਾਂ ਵੀ ਇਹਨਾਂ ਨੇ ਸੁਣ ਲਿਆ ਸੀਗਾ ਕਿ ਭਾਅ ਜੀ ਬੋਲੀਆਂ ਪਾ ਲੈਂਦੇ ਆ, ਅਤੇ ਕਹਿੰਦੇ ਕਿ ਭਾਅ ਜੀ ਤੁਹਾਡੇ ਕੋਲ ਵੀ ਸੁਣਨੀ ਆ। ਹੁਣ ਮੈਨੂੰ ਪਤਾ ਨਹੀਂ ਬੁਕਚੂ ਤਾਂ ਨਹੀਂ ਮੈਂ ਪਾਈ ਕਦੀ, ਅਸੀਂ ਤਾੜੀ ਪਾਉਣ ਫਿਰ ਵੀ ਨਹੀਂ ਨਹੀਂ ਤੁਸੀਂ ਵਜਾਓ ਬੁਕਚੂ ਆਪਾਂ। ਹਾਂ ਚਲੋ ਕੋਈ ਗੱਲ ਨਹੀਂ, ਆਪਾਂ ਕੋਸ਼ਿਸ਼ ਪੂਰਾ ਨੰਬਰ ਦੇਣੇ ਆ, ਆਪਾਂ ਕੋਸ਼ਿਸ਼ ਤਾਂ ਕਰਾਂਗੇ। ਹਰੀਆਂ ਬੋਤਲਾਂ ਲਾਲ ਬੋਤਲਾਂ, ਹਰੀਆਂ ਬੋਤਲਾਂ ਲਾਲ ਬੋਤਲਾਂ, ਹਰੀਆਂ ਬੋਤਲਾਂ ਲਾਲ ਬੋਤਲਾਂ, ਹਰੀਆਂ ਬੋਤਲਾਂ ਲਾਲ ਬੋਤਲਾਂ, ਖੂਹ ਤੋਂ ਪਾਣੀ ਭਰਦੀ,
ਖੂਹ ਤੋਂ ਪਾਣੀ ਭਰਦੀ, ਉਹ ਖੂਹ ਤੋਂ ਪਾਣੀ ਭਰਦੀ, ਖੂਹ ਤੋਂ ਪਾਣੀ ਭਰਦੀ। ਪੁਸ਼ਪਾ ਪੰਡਤਾਂ ਦੀ ਸੱਟ ਪੱਗ ਦੇ ਪੇਚ ਤੇ ਮਰਦੀ, ਪੁਸ਼ਪਾ ਪੰਡਤਾਂ ਦੀ ਸੱਟ ਪੱਗ ਦੇ ਪੇਚ ਤੇ ਮਰਦੀ, ਪੁਸ਼ਪਾ ਪੰਡਤਾਂ ਦੀ ਸੱਟ ਪੱਗ ਦੇ ਪੇਚ ਤੇ ਮਰਦੀ, ਪੁਸ਼ਪਾ ਪੰਡਤਾਂ ਦੀ। ਹੋਏ ਆਏ ਹੋਏ ਪੈ ਹੀ ਗਈ। ਚਲੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵਰਿੰਦਰ ਵੀਰੇ ਤੇ ਵਿਕਰਮ ਵੀਰੇ, ਤੁਸੀਂ ਆਏ ਤੇ ਮੈਨੂੰ ਲੱਗਦਾ ਆ ਪੋਡਕਾਸਟ ਸਾਡੇ ਲਈ ਬਹੁਤ, ਤੁਹਾਨੂੰ ਮਜ਼ਾ ਆਇਆ ਕਿ ਨਹੀਂ? ਬਹੁਤ ਮਜ਼ਾ ਆ ਭਾਜੀ, ਬਹੁਤ ਮਜ਼ਾ ਆਇਆ। ਮੈਂ ਤਾਂ ਬਹੁਤ ਇੰਜੋਏ ਕੀਤਾ, ਮੈਨੂੰ ਤਾਂ ਲੱਗ ਰਿਹਾ ਵੀ ਆਪਾਂ ਬਹੁਤ ਚਿਰਾਂ ਤੋਂ ਜਾਣਦੇ ਹਾਂ ਇੱਕ ਦੂਜੇ ਨੂੰ, ਆਪਾਂ ਠੀਕ ਹੈ ਪਰਸੋਂ ਮਿਲਿਆ, ਬਟ ਮੈਨੂੰ ਲੱਗ ਨਹੀਂ ਰਿਹਾ ਜਿਸ ਹਿਸਾਬ ਨਾਲ ਆਪਾਂ ਗੱਲਾਂ ਕੀਤੀਆਂ ਨੇ ਨਾ, ਖੁੱਲ੍ਹ ਕੇ ਦਿਲ ਖੁੱਲ੍ਹ ਕੇ ਗੱਲਾਂ ਕੀਤੀਆਂ, ਮਜ਼ਾ ਆ ਗਿਆ। ਮਜ਼ਾ ਵੀ ਉਦੋਂ ਹੀ ਆਉਂਦਾ ਜਦੋਂ ਬੰਦਾ ਦਿਲ ਖੋਲ੍ਹ ਕੇ ਆਪਣੀ ਗੱਲ ਰੱਖ ਸਕੇ ਜੀ, ਕੰਫਰਟੇਬਲ ਹੋਵੇ। ਅਤੇ ਅਸੀਂ ਕੋਸ਼ਿਸ਼ ਕਰਦਾ ਕਿ ਜਿਹੜਾ ਬੰਦਾ ਵੀ ਸਾਡੇ ਕੋਲ ਆਇਆ ਅਸੀਂ ਉਹਨੂੰ ਕੰਫਰਟੇਬਲ ਫੀਲ ਕਰਾਈਏ। ਅਤੇ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ, ਤੁਸੀਂ ਪੰਜਾਬ ਦੇ ਇੱਕ ਅਨਮੋਲ ਵਿਰਸੇ ਨੂੰ ਸੰਭਾਲਿਆ, ਅਤੇ ਵੱਡੀ ਮਾਣ ਵਾਲੀ ਗੱਲ ਇਹ ਹੈ ਕਿ ਉਸ ਵਿਰਸੇ ਨੇ ਤੁਹਾਨੂੰ ਕੰਮ ਵੀ ਦਿੱਤਾ, ਤੁਹਾਡੀ ਰੋਜ਼ੀ ਰੋਟੀ ਵੀ ਚਲਾਈ ਹੈ, ਅਤੇ ਇਸ ਚੀਜ਼ ਦਾ ਵੀ ਸ਼ੁਕਰ ਹੈ, ਹੈ ਨਾ, ਕਿ ਸੰਭਾਲਿਆ ਤੁਸੀਂ ਉਸ ਚੀਜ਼ ਨੂੰ। ਥੈਂਕ ਯੂ ਸੋ ਮੱਚ ਤੁਹਾਡਾ, ਤੁਸੀਂ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਬੁਲਾਇਆ ਇੱਥੇ, ਦਰਸ਼ਕਾਂ ਦੇ ਰੂਬਰੂ ਕੀਤਾ, ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਸਾਰੇ ਦਰਸ਼ਕ ਵੀਰਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਾਣੇ ਅਣਜਾਣੇ 'ਚ ਕੋਈ ਗਲਤ ਸ਼ਬਦ ਨਿਕਲ ਜਾਂਦਾ ਮੁੰਹ 'ਚੋਂ, ਪਹਿਲੇ ਹੀ ਹੱਥ ਜੋੜ ਕੇ ਮਾਫ਼ੀ ਮੰਗਦੇ ਹਾਂ। ਸੋ ਤੁਹਾਡਾ ਵੀ ਭਾਜੀ ਬਹੁਤ ਬਹੁਤ ਧੰਨਵਾਦ। ਬਿਲਕੁਲ, ਅਤੇ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਅੱਜ ਦਾ ਪੋਡਕਾਸਟ 'ਚ ਤੁਹਾਨੂੰ ਬੋਲੀ ਕਿਹੜੀ ਸਭ ਤੋਂ ਘੈਂਟ ਲੱਗੀ, ਅਤੇ ਪੋਡਕਾਸਟ ਦੇ ਵਿੱਚ ਕਿਸੇ ਤੋਂ ਕੁਛ ਪੁੱਛਣਾ ਤੁਸੀਂ ਕਮੈਂਟਾਂ 'ਚ ਦੱਸ ਸਕਦੇ ਹੋ, ਬਾਅਦ 'ਚ ਵੀਰਾ ਕਮੈਂਟ ਪੜ੍ਹ ਕੇ ਆਪੇ। ਬਾਕੀ ਮੇਰੀ ਆਈ ਡੀ 'ਤੇ ਵੀ ਮੈਸੇਜ ਕਰ ਦਿਓ, ਵਰਿੰਦਰ ਮਾਨਸਾ ਦੇ ਨਾਂ 'ਤੇ ਆਈ ਡੀ ਬਣੀ ਹੋਈ ਹੈ। ਬਿਲਕੁਲ ਇੰਸਟਾ 'ਤੇ, ਜੇ ਕਿਸੇ ਨੇ ਪ੍ਰੋਗਰਾਮ ਬੁੱਕ ਕਰਨਾ ਹੋਵੇ ਤਾਂ ਵੀ ਵੀਰ ਦੀ ਆਈ ਡੀ 'ਤੇ ਜਾ ਸਕਦੇ ਡਾਇਰੈਕਟਲੀ। ਹਾਂਜੀ, ਹੈ ਨਾ, ਅਤੇ ਜਿਹੜੇ ਯੂਕੇ 'ਚ ਹੁਣ, ਯੂਕੇ ਵਾਲਿਆਂ ਨੂੰ ਹੈਗੇ ਆਪਸ਼ਨ ਕਿ ਅਜੇ 22 ਸਪਤੰਬਰ ਤੱਕ ਇੱਥੇ ਹੀ ਆ, ਨਹੀਂ ਤਾਂ ਵੀਰਾ ਤਾਂ ਹੈ ਹੀ ਆ। ਅਤੇ ਮਿਲਦੇ ਹਾਂ ਜੀ ਅਗਲੀ ਵਾਰ, ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ।